ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬੁੱਧਵਾਰ ਦਾ ਦਿਨ ਹੈ, 2 ਦਸੰਬਰ ਹੈ, 9:09 ਹੋਏ ਹੈ, 19 ਮੱਘਰ ਨਾਨਕ ਸ਼ਹੀਦ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਪਹਿਲੇ ਹਿੱਸੇ ਦੇ ਵਿੱਚ ਨਵਕਿਰਨ ਸਿੰਘ ਪੱਤੀ ਦੇ ਨਾਲ ਦਿੱਲੀ ਦੇ ਬਾਰਡਰ ਤੋਂ ਗੱਲਬਾਤ ਹੋਏਗੀ। ਨਵਕਿਰਨ ਸਿੰਘ ਪੱਤੀ ਕੁਝ ਖਾਸ ਦਵਾਈਆਂ ਜਿਹੜੀਆਂ ਲੈਣੀਆਂ ਸੀ, ਦਵਾਈਆਂ ਲੈ ਕੇ ਵਾਪਸ ਸਿੰਘੂ ਬਾਰਡਰ 'ਤੇ ਪਹੁੰਚ ਗਿਆ, ਪਹਿਲੇ ਹਿੱਸੇ ਸ਼ਾਮਿਲ ਹੋਣਗੇ। ਕੁਝ ਖਬਰਾਂ ਅਤੇ 10:20 'ਤੇ ਕਹਾਣੀ ਤੁਹਾਡੇ ਸਨਮੁੱਖ ਬਾਈ ਜੱਗੀ ਕੁੱਸੇ ਦੀ। ਸਮਾਂ ਬਚ ਗਿਆ, ਇੱਕ ਛੋਟੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਾਂਗਾ, ਤੁਸੀਂ ਵੀ ਸ਼ਾਮਿਲ ਹੋਣਾ। 604-204-0600-604-204-0600। ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਣ ਚੱਲ ਰਿਹਾ, ਲਿਸਨ ਲਾਈਵ ਦਾ ਬਟਨ ਦੱਬ ਕੇ ਸੁਣ ਸਕਦੇ ਹੋ। ਐਪ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ, ਕਰ ਦੇਣਾ ਅਤੇ ਫਿਰ ਸੌਖ ਹੋ ਜਾਏਗੀ। ਸ਼ੇਰੇ ਪੰਜਾਬ radio.ca ਲਿਸਨ ਲਾਈਵ ਲਈ ਤਾਂ 604-204-0600-604-729-1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ। ਵਪਾਰਕ ਵਾਧਿਆਂ ਲਈ ਵੀ ਇੱਥੇ ਸੁਨੇਹਾ ਛੱਡ ਸਕਦੇ ਹੋ ਅਤੇ ਤੁਹਾਨੂੰ ਦਫ਼ਤਰ ਫਿਰ ਫੋਲੋ ਕਰ ਲਵੇਗਾ। ਅਤੇ 604-204-0600 ਫੇਸਬੁੱਕ ਦਾ ਪੇਜ 600 AM ਸ਼ੇਰੇ ਪੰਜਾਬ ਰੇਡੀਓ, ਜਿੱਥੇ ਤੁਸੀਂ ਨਾਲ ਨਾਲ ਰਹਿੰਦੇ ਹੋ। ਅੱਜ ਕੋਸ਼ਿਸ਼ ਕਰਾਂਗੇ, ਜਿਹੜੀ ਰੈਲੀ ਸ਼ੁਰੂ ਹੋਣੀ ਹੈ 1 ਵਜੇ ਸਟ੍ਰਾਬਰੀ ਹਿੱਲ ਤੋਂ, ਉਹਦੇ ਬਾਰੇ ਵੀ ਕੁਛ ਬੇਨਤੀਆਂ ਕਰਾਂਗੇ ਅਤੇ ਉਸਦਾ ਕੀ ਖਿਆਲ ਰੱਖਣ ਦੀ ਲੋੜ ਹੈ ਇਸ ਸਮੇਂ ਦੇ ਵਿੱਚ, ਪੈਂਡੈਮਿਕ ਦੇ ਵਿੱਚ, ਮਹਾਂਮਾਰੀ ਦੇ ਵਿੱਚ ਕੀ ਖਿਆਲ ਰੱਖਣਾ। ਅਤੇ ਨਾਲ ਹੀ ਲਾਈਵ ਵੀ ਕੋਸ਼ਿਸ਼ ਕਰਾਂਗਾ, ਨਾਲ ਰੈਲੀ ਦੇ ਸਟਾਫ ਸਾਡਾ ਨਾਲ ਰਹੇਗਾ, ਮੁੰਡੇ ਨਾਲ ਰਹਿਣਗੇ ਅਤੇ ਰੈਲੀ ਨੂੰ ਤੁਹਾਡੇ ਨਾਲ ਨਾਲ ਰੂਪਮਾਨ ਕਰਾਂਗੇ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਅਤੇ ਦੰਦ ਕਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਰੂਹ ਬਣਗੀ ਇੱਕ ਹਾਵਾ ਹੈ, ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ, ਜਿੱਥੇ ਕੈਦ ਅਣਖ ਦਾ ਲਾਵਾ ਹੈ, ਜਿੱਥੇ ਅਕਲ ਮਸੂਸੀ ਮੁੜ ਪਈ ਖਾਰੋਜ ਥਪੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਲੋਕ ਬੜੇ ਮਜਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ ਅਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ, ਜਿੱਥੇ ਮਰਕੇ ਚਾਵਲ ਜਾਮਦੇ ਨੇ ਭੂਤ ਜਠੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਬੰਦਾ ਜੰਮਦਾ ਸੀਰੀ ਹੈ, ਟੱਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦਾ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜੇ ਸੋਕਾ ਇਹੀ ਸੜਦੇ ਨੇ, ਜੇ ਸੋਕਾ ਇਹੀ ਸੜਦੇ ਨੇ, ਜੇ ਡੋਬਾ ਇਹੀ ਮਰਦੇ ਨੇ, ਸਭ ਕਹਿਰ ਇਹਨਾਂ ਸਿਰ ਵਰਦੇ ਨੇ, ਜਿੱਥੇ ਫਸਲਾਂ ਨੂੰ ਛੱਡ ਜਾਂਦੀਆਂ ਅਰਮਾਨ ਤਰੇੜੇ, ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਹਾਰ ਮੰਨ ਲਈ ਚਾਵਾਂ ਨੇ, ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ, ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ, ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ, ਜਿੱਥੇ ਹਨੇਰਾ ਦੱਬ ਕੇ ਜੁੱਟਿਆ ਹੈ, ਜਿੱਥੇ ਗੈਰਤ ਦਾ ਤੱਗ ਟੁੱਟਿਆ ਹੈ, ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਤੂੰ ਆਪਣਾ ਆਪ ਮਚਾਉਂਦਾ ਹੈ ਪਰ ਆਪਾ ਹੀ ਰੁਸ਼ਨਾਉਂਦਾ ਹੈ, ਕਿਉਂ ਕੰਮੀਆਂ ਤੋਂ ਸ਼ਰਮਾਉਂਦਾ ਹੈ, ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ। ਸੰਤਰਾਮ ਉਦਾਸੀ ਜੀ ਲਿਖਦੇ ਨੇ, ਨਵਕਿਰਨ ਸਿੰਘ ਪੱਤੀ ਜੀ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਿੰਘੂ ਬਾਰਡਰ ਤੋਂ ਪੱਤੀ ਪਿੰਡ ਦਾ ਜਿਹੜਾ ਸਫ਼ਰ ਹੈ ਉਹਦੇ ਬਾਰੇ ਦੱਸੋ, ਆਉਣ ਦੇ ਵਿੱਚ ਆਏ ਕਿਵੇਂ ਤੇ ਗਏ ਕਿਵੇਂ, ਰਾਹ ਦੀਆਂ ਰੋਕਾਂ ਹੁਣ ਕਿਵੇਂ ਨੇ, ਆਏ ਕੀ ਕਰਨ ਸੀ, ਇਹਦੇ ਬਾਰੇ ਵੀ ਦੱਸੋ ਜੀ ਗਿੱਲ ਸਾਹਿਬ। ਗਿੱਲ ਸਾਹਿਬ, ਸਥਿਤੀ ਇਹ ਹੈਗੀ ਵੀ ਪੰਜਾਬੀਆਂ ਨੇ ਖੇਤ ਬਣਾ ਲਿਆ ਦਿੱਲੀ ਨੂੰ, ਪੰਜਾਬੀ
ਦਿੱਲੀ ਚ ਆਏ ਜਾਂਦੇ ਨੇ ਜਿਵੇਂ ਖੇਤ ਪਾਣੀ ਲਾਉਣ ਜਾਂਦੇ ਹੁੰਦੇ ਨੇ, ਸੋ ਇੱਥੋਂ ਮੋਟਰਸਾਈਕਲਾਂ ਦੇ ਉੱਤੇ ਲੋਕ ਦਿੱਲੀ ਆ ਜਾ ਰਹੇ ਨੇ। ਬੜੀ ਕਮਾਲ ਦੀ ਗੱਲ ਹੈ ਗਿੱਲ ਸਾਹਿਬ, ਜਿਹੜੀ ਦਿੱਲੀ ਬੜੀ ਦੂਰ ਲੱਗਦੀ ਸੀ, ਹੁਣ ਦਿੱਲੀ ਬਿਲਕੁਲ ਨੇੜੇ ਲੱਗਣ ਲੱਗ ਗਈ। ਪੰਜਾਬੀਆਂ ਨੂੰ ਵੀ ਆ ਖੜੀ ਆ ਦਿੱਲੀ, ਦਿੱਲੀ ਦਾ ਕੀ ਮਸਲਾ ਗਾ। ਸੋ ਮੈਂ ਵੀ ਲਗਭਗ 6 ਘੰਟਿਆਂ ਦੇ ਵਿੱਚ, ਗਿੱਲ ਸਾਹਿਬ ਮੇਰਾ ਸਫ਼ਰ ਹੈ, ਉਸ ਦਿਨ ਗਿਆ ਸੀਗਾ 6 ਘੰਟਿਆਂ ਦੇ ਵਿੱਚ, ਔਰ ਅੱਜ ਗੱਡੀ ਦੇ ਉੱਤੇ 6 ਘੰਟਿਆਂ ਦੇ ਵਿੱਚ ਅਸੀਂ ਫਿਰ ਦਿੱਲੀ ਜਿਹੜਾ ਉਹ ਪਹੁੰਚ ਗਏ। ਸੋ ਮੁੱਖ ਕਾਰਨ ਸੀਗਾ ਜਾਣ ਦਾ ਕਿ ਇੱਥੇ ਕੁਛ ਵਿਅਕਤੀਆਂ ਨੂੰ ਦਵਾਈ ਦੀ ਲੋੜ ਸੀਗੀ। ਵੈਸੇ ਇੱਥੇ ਦਵਾਈ ਬਹੁਤ ਮਿਲ ਰਹੀ ਹੈ, ਦਵਾਈ ਦੇ ਲੰਗਰ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ, ਦਵਾਈ ਹੈ ਜਿਹੜੀ ਉਹ ਚੱਲ ਰਹੀ ਹੈ। ਬ੍ਰਿਟਿਸ਼ ਸਿੱਖ ਕੌਂਸਲ ਵਾਲਿਆਂ ਨੇ ਵੀ ਆ ਕੇ ਇੱਥੇ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ, ਪਰ ਕੁਛ ਵਿਅਕਤੀਆਂ ਨੂੰ ਉਹਨਾਂ ਦੀ ਦਵਾਈ ਲੱਗੀ ਹੋਈ ਸੀ, ਉੱਥੋਂ ਹੀ ਮਿਲਦੀ ਸੀਗੀ। ਮੈਂ ਕਿਹਾ ਚਲੋ ਅਸੀਂ ਲਿਆ ਦਿੰਦੇ ਹਾਂ, ਨਾਲੇ ਘਰ ਗੇੜਾ ਮਾਰ ਆਵਾਂਗੇ, ਤੇ ਦਵਾਈ ਲਿਆਤੀ ਗੱਲ ਸਾਹਿਬ, ਹੁਣ ਇੱਕ ਦੋ ਦਿਨ ਇੱਥੇ ਰਹਾਂਗੇ। ਇਸ ਸੰਘਰਸ਼ ਨੂੰ, ਇਸ ਐਜੀਟੇਸ਼ਨ ਨੂੰ ਬਹੁਤ ਨੇੜਿਓਂ, ਬਹੁਤ ਡੀਪਲੀ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕਰ ਰਿਹਾ। ਬਹੁਤ ਸਾਰੇ ਰੰਗ ਇਸ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ। ਰੋਕਾਂ ਹੁਣ ਕੋਈ ਨੀ ਗੱਲ ਸਾਹਿਬ, ਸਿਰਫ ਲੰਗਰ ਹੀ ਲੈਣੇ। ਹਰਿਆਣਵੀ ਜਦੋਂ ਅਸੀਂ ਇੱਥੋਂ ਤੁਰੇ ਤਾਂ ਜਾਂਦਿਆਂ ਨੂੰ ਵੀ ਮੁਸਲਮਾਨ ਭਾਈਚਾਰੇ ਨੇ, ਮੈਂ ਦੱਸਿਆ ਕਿ ਕੇਲੇ ਤੇ ਸਿਓ ਜਿਹੜੇ ਉਹ ਦਿੱਤੇ ਬੱਚਿਆਂ ਦੇ ਲਈ, ਔਰ ਜਦੋਂ ਉਧਰੋਂ ਆਏ ਤਾਂ ਰਸਤੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਰਿਆਣਵੀਆਂ ਨੇ ਥਾਂ ਥਾਂ ਦੇ ਉੱਤੇ ਲੰਗਰ ਨੇ ਜਿਹੜੇ ਉਹ ਲਾਏ ਹੋਏ ਨੇ। ਸ੍ਰੀ ਗੁਰੂ ਨਾਨਕ ਦੇਵ ਸ਼ੁਰੂ ਕੀਤੀ ਉਹ ਲੰਗਰ ਦੀ ਪ੍ਰਥਾ ਜਿਹੜੀ ਉਹ ਹਰਿਆਣੇ ਦੇ ਵਿੱਚ ਅੱਜ ਬਾਲਸੂਰ ਜਾ ਰਹੀ ਹੈ, ਔਰ ਉਹ ਲੰਗਰਾਂ ਦੇ ਉੱਤੇ ਚੱਲ ਰਹੇ ਨੇ, ਭਜਨ ਕੀਰਤਨ ਚੱਲ ਰਹੇ ਨੇ। ਤੇ ਜਿਹੜਾ ਮਨੋਹਰ ਲਾਲ ਖੱਟਰ ਕਹਿੰਦਾ ਸੀਗਾ ਕਿ ਸਾਡੇ ਹਰਿਆਣੇ ਦੇ ਵਿੱਚੋਂ ਕਿਸਾਨ ਨਹੀਂ ਜਾਣਗੇ, ਉਸੇ ਹਰਿਆਣੇ ਦੇ ਵਿੱਚ ਪੰਜਾਬੀਆਂ ਨੂੰ ਆਉਂਦਿਆਂ ਨੂੰ ਵੀ ਲੰਗਰ ਛਕਾਉਂਦੇ ਨੇ, ਜਾਂਦਿਆਂ ਨੂੰ ਵੀ ਲੰਗਰ ਛਕਾਉਂਦੇ ਨੇ। ਸੋ ਇਹ ਜਿਹੜੀ ਏਕਤਾ ਜਿਹੜੀ ਦੇਖਣ ਨੂੰ ਮਿਲ ਰਹੀ ਆ, ਸੋ ਬੜਾ ਮਾਹੌਲ ਹੈ। ਔਰ ਹੁਣ ਗਿੱਲ ਸਾਹਿਬ, ਇੱਥੇ ਮੈਂ ਦੇਖਿਆ ਕਿ ਕਾਫੀ ਤਬਦੀਲੀਆਂ ਨੇ ਜਿਹੜੀਆਂ ਉਹ ਆਈਆਂ ਨੇ ਪੰਜਾਬੀਆਂ ਨੇ, ਬੜੇ ਕਮਾਲ ਦੇ ਲੰਗਰ ਨੇ ਜਿਹੜੇ ਇੱਥੇ, ਸਾਰਾ ਕੁਛ ਆਮ ਹੋ ਗਿਆ, ਪਾਣੀ ਦੀਆਂ ਬੋਟਲਸ, ਹੋਰ ਬੜਾ ਕੁਛ ਜਿਹੜਾ ਉਹ ਜਿਹਦੀ ਪਹਿਲਾਂ ਘਾਟ ਸੀ, ਪਹਿਲਾਂ ਪਾਣੀ ਦੀ ਕਾਫੀ ਘਾਟ ਜਿਹੜੀ ਉੱਥੇ ਇੱਥੇ ਉਹ ਸੀਗੀ, ਹੁਣ ਉਹ ਸਾਰੀ ਘਾਟ ਆ ਜਿਹੜੀ ਇੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਪਾਣੀ ਦੀਆਂ ਬੋਟਲਸ, ਗਲਾਸ, ਪਾਣੀ ਦੇ ਭਰੇ ਹੋਏ ਲਿਆ ਕੇ ਆਪਣੇ ਪੰਜਾਬੀ ਭਾਈਚਾਰੇ ਨੇ, ਪ੍ਰਵਾਸੀ ਵੀਰਾਂ ਨੇ ਲਿਆ ਕੇ ਦਿੱਤੇ। ਕਿ ਬਾ ਕਮਾਲ, ਕਈ ਪਿੰਡਾਂ ਦੇ ਵਿੱਚੋਂ NRI ਵੀਰਾਂ ਨੇ ਗੱਡੀਆਂ ਲਾ, ਮੈਨੂੰ ਰਸਤੇ ਦੇ ਵਿੱਚ ਵੀ ਇੱਕ ਦੋ ਟੈਕਸੀਆਂ, ਉਹ ਕਹਿੰਦੇ ਵੀ ਸਾਨੂੰ ਜਿਹੜੇ ਕੈਨੇਡਾ ਤੋਂ ਅਮਰੀਕਾ ਤੋਂ ਪ੍ਰਵਾਸੀ ਭਾਰਤੀ ਨੇ ਕਹਿਤਾ ਵੀ ਆਪਣੇ ਪਿੰਡ ਦੇ ਵਿੱਚ ਤੂੰ ਗੇੜੇ ਲਾਈ ਚੱਲ ਦਿੱਲੀ ਨੂੰ, ਹਰ ਰੋਜ਼ ਤੂੰ ਜਾਣਾ, ਹਰ ਰੋਜ਼ ਵਾਪਸ ਆਉਣਾ, ਜਿੰਨੇ ਪਿੰਡ ਚੋਂ ਜਾਂਦੇ ਨੇ ਉਹਨੇ ਲੈ ਗਿਆ, ਇੰਨੇ ਵਾਪਸ ਆਉਂਦੇ ਨੇ ਉਹਨੇ ਲਿਆ, ਪੈਸੇ ਮੈਥੋਂ ਲੈ ਲਈ। ਕਹਿੰਦਾ ਵੀ ਮੈਨੂੰ NRI ਨੇ ਜਿਹੜਾ ਉਹ ਸਪੋਂਸਰ ਕਰਤਾ, ਤੇ ਹੁਣ ਮੈਂ ਕਹਿੰਦਾ ਗੇੜੇ ਲਾ ਰਿਹਾ। ਸੋ ਬਹੁਤ ਸਾਰੀਆਂ ਗੱਡੀਆਂ ਇਸ ਰੂਪ ਦੇ ਵਿੱਚ ਚੱਲ ਰਹੀਆਂ ਨੇ ਗਿੱਲ ਸਾਹਿਬ, ਔਰ ਇਹ ਇੱਕ ਬਾ ਕਮਾਲ ਜਿਹੜੀ NRI ਵੀਰਾਂ ਦਾ ਸਹਿਯੋਗ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਔਰ ਇੱਥੇ ਵੀ ਬੜਾ ਮਤਲਬ ਐਂ ਬੋਲ ਰਿਹਾ ਪੂਰਾ ਸਿੰਘੂ ਬਾਰਡਰ ਕਿ NRI ਦੇ ਸਹਿਯੋਗ ਦੇ ਨਾਲ ਆ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ, ਔਰ ਪਾਈ ਪਾਈ NRI ਦੀ ਜਿਹੜੀ ਸਹਿਯੋਗ ਦੇ ਨਾਲ ਇੱਥੇ ਦੇਖਣ ਨੂੰ ਮਿਲ ਰਹੀ ਹੈ। ਜੀ ਗੁਰੂ ਪਾਤਸ਼ਾਹ ਕਿਰਪਾ ਰੱਖੇ, ਇਸ ਤਰ੍ਹਾਂ ਹੀ ਗੱਲ ਬਣੇ। ਅੱਛਾ, ਫੋਟੋਆਂ ਅਸੀਂ ਵੇਖ ਲਈਆਂ ਜਦ ਬੱਸ ਦੇ ਵਿੱਚ ਚੜ੍ਹ ਕੇ ਆਏ, ਅੰਦਰ ਬੈਠੇ, ਲਿਸਟ ਦੀ ਗੱਲ ਚੱਲੀ ਅਤੇ ਅੰਦਰੋਂ ਮੁੜ ਕੇ ਆ ਗਏ, ਜਦੇ ਆ ਕੇ ਲਾਗੇ ਬਾਹਰ ਬੋਲਣ ਬਈ ਇਹ ਕੁਛ ਨਹੀਂ। ਵੱਡੀ ਗੱਲ ਜਿਹੜੀ ਸੁਰਜੀਤ ਸਿੰਘ ਫੂਲ ਨੇ ਕੀਤੀ ਐਡੇ ਇਕੱਠ ਦੇ ਵਿੱਚ, ਪੰਜਾਬ ਤੋਂ ਗਾਇਕ ਜੱਟ ਨੇ ਕਹਿੰਦਾ ਤੇਰੀ ਬੋਡੀ ਲੈਂਗੁਏਜ ਸੂਤ ਨਹੀਂ ਹੈ ਮੈਨੂੰ ਲੱਗਦੀ, ਤੈਂ ਕੱਖ ਨਹੀਂ ਕਰਨਾ, ਤੇਰੀ ਨਾੜ ਕਿਸੇ ਹੋਰ ਦੱਬੀ ਹੋਈ ਆ, ਸਾਡੇ ਮੂਹਰੇ ਤੂੰ ਉਈਓ ਬੈਠਾ। ਇਸ ਤੋਂ ਬਾਅਦ ਹੁਣ ਦੋ ਦੀ ਤੁਹਾਡੇ ਰਾਤ ਹੋ ਗਈ, ਕੱਲ੍ਹ ਨੂੰ ਇੱਕ ਮੀਟਿੰਗ ਹੈ, ਮੀਟਿੰਗ ਤੇ ਤੋਂ ਬਾਅਦ ਕਿਹੋ ਜਿਹਾ ਆ ਕੇ ਜਿਹੜਾ ਮਲਾਲ ਹੈ, ਗੱਲਾਂ ਬਾਤਾਂ ਕੀ ਹੋ ਰਹੀਆਂ ਨੇ ਹੁਣ, ਇਸ ਇਕੱਠ ਦੇ ਵਿੱਚ ਜਥੇਬੰਦੀਆਂ ਕੀ ਕਰ ਰਹੀਆਂ ਨੇ, ਛੋਟੀ ਜਿਹੜੀ ਕਮੇਟੀ ਬਣਾਉਣ ਦਾ ਮਤਲਬ ਇਹ ਸੀ ਵੀ ਖੋਰਾ ਲਾਉਣਾ, ਅਤੇ ਇਹਦੇ ਵਿੱਚ ਹੁਣ ਕੀ ਕੀ ਗੱਲ ਚੱਲ ਰਹੀ ਹੈ ਵੀ ਹੋਊ ਕੀ, ਸੁਲਗੋ ਸੁਲਗੋ ਕੀ ਹੈ? ਜਲ ਸਾਹਿਬ ਦੇਖੋ, ਹੋਊ ਇਹ ਕਿ ਅੱਜ ਇੱਕ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ, ਦੋ ਦਿਨ ਚ ਦੋ ਵਾਰ ਮੀਟਿੰਗ ਜਿਹੜੀ ਉਹਨਾਂ ਨੇ ਕੀਤੀ ਹੈ, ਔਰ ਮੀਟਿੰਗ ਮੈਂ ਹੁਣ ਸਾਰਾ ਡਾਕਟਰ ਦਰਸ਼ਨਪਾਲ ਨਾਲ ਗੱਲ ਹੋਈ, ਸੁਰਜੀਤ ਸਿੰਘ ਫੂਲ ਨਾਲ ਵੀ ਗੱਲ ਹੋਈ, ਪੁੱਛਿਆ ਕਿ ਕਿਸ ਤਰੀਕੇ ਦੇ ਨਾਲ ਚੱਲ ਰਿਹਾ, ਉਹ ਕਹਿੰਦੇ ਵੀ ਕੱਲ ਨੂੰ ਮੀਟਿੰਗ ਚ ਜਾਵਾਂਗੇ, ਪੂਰੀ ਤਿਆਰੀ ਦੇ ਨਾਲ ਜਾਵਾਂਗੇ। ਸਰਕਾਰ ਕਹਿੰਦੀ ਹੈ ਮੈਂ ਅਸੀਂ ਮਾਹਰ ਲੈ ਕੇ ਆਵਾਂਗੇ, ਉਹ ਕਹਿੰਦੇ ਸਾਨੂੰ ਮਾਹਰ ਲਿਆਉਣ ਦੀ ਕੋਈ ਲੋੜ ਨਹੀਂ ਹੈ, ਅਸੀਂ ਆਲਰੇਡੀ ਮਾਹਰ ਹਾਂ, ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ, ਬਹੁਤ ਸਾਰੇ ਚੈਨਲਾਂ ਦੇ ਉੱਤੇ ਚੱਲ ਰਿਹਾ ਵੀ ਸ਼ਾਇਦ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ, ਪਰ ਇੱਦਾਂ ਦੀ ਕੋਈ ਗੱਲ ਨਹੀਂ। ਸੁਰਜੀਤ ਸਿੰਘ ਫੂਲ ਆਪਣੇ ਸਮੇਂ 'ਚ BSc ਜਿਹੜਾ ਨੋਨ ਮੈਡੀਕਲ ਕੀਤੀ ਹੋਈ ਆ, ਉਹਨੇ ਇੱਕ ਧਨੀ ਕਿਸਾਨੀ ਨੂੰ ਮੈਂ ਕਹੂੰਗਾ ਕਿ ਉਹ ਬਿਲੋਂਗ ਕਰਦਾ, ਉਹਦਾ ਉਹਦੀਆਂ ਦੋ ਧੀਆਂ ਤੇ ਮੁੰਡਾ ਕੈਨੇਡਾ 'ਚ, ਪਰ ਅੱਜ ਤੱਕ ਉਹ ਕੈਨੇਡਾ ਨਹੀਂ ਜਾ ਸਕਿਆ, ਉਹਦੇ 'ਤੇ ਕੇਸ ਇੰਨੇ ਜ਼ਿਆਦਾ ਨੇ। ਸੋ ਇਹ ਵੈਲ ਐਜੂਕੇਟਡ ਪਰਸਨ ਨੇ, ਡਾਕਟਰ ਦਰਸ਼ਨਪਾਲ MBBS MD ਹੈ,
ਔਰ ਹੋਰ ਇੱਕ ਹੋਰ ਡਾਕਟਰ ਹੈ ਇਸ 31 ਕਿਸਾਨ ਜਥੇਬੰਦੀਆਂ ਦੇ ਵਿੱਚ, ਕੈਮਟੈਕ ਆ ਵਿਅਕਤੀ ਜੀ, 3 ਬੰਦੇ ਬੀ ਟੈਕ ਨੇ ਔਰ 6 ਬੰਦੇ ਗ੍ਰੈਜੂਏਟ ਨੇ। ਤਾਂ ਇਹ ਮਤਲਬ ਕਹਿੰਦੇ ਅਸੀਂ ਆਪੇ ਗੱਲ ਰੱਖਾਂਗੇ, ਔਰ ਹੁਣੇ ਮੰਗੇ ਕਰ ਰਹੇ ਨੇ ਵੀ ਖੇਤੀ ਕਾਨੂੰਨ ਦਾ ਕੋਈ ਕੁਝ ਨਹੀਂ, ਕਿਉਂਕਿ ਸਰਕਾਰ ਇਹ ਗੱਲ ਲਿਆ ਰਹੀ ਹੈਗੀ ਕਿ ਤੁਹਾਨੂੰ ਅਸੀਂ MSP ਦੇ ਦਿੰਦੇ ਹਾਂ, ਜਿਹੜੇ ਪਹਿਲਾਂ MSP ਦੇਣ ਨੂੰ ਵੀ ਤਿਆਰ ਨਹੀਂ ਸੀ, MSP ਦੀ ਗਰੰਟੀ ਦੇ ਦਿਆਂਗੇ ਜੇ ਸਰਕਾਰ ਤਜਵੀਜ਼ ਲਿਆ ਸਕਦੀ ਆ। ਪਰ ਕਿਸਾਨਾਂ ਦਾ ਇਹ ਕਹਿਣਾ ਹੈਗਾ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਨ ਤੋਂ ਉਰੇ ਖੜ, ਤਾਂ ਹੁਣ ਇਹਨਾਂ ਨੇ ਇਹ ਵੀ ਮੰਗ ਰੱਖਣੀ ਆ ਕੱਲ ਨੂੰ ਜਾ ਕੇ ਕਿ ਤੁਸੀਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਓ, ਵਿਸ਼ੇਸ਼ ਸੈਸ਼ਨ ਜਿਵੇਂ ਪੰਜਾਬ ਚ ਬੁਲਾਇਆ ਸੀ ਨਾ ਕੱਲ ਤੇ ਗੋਡਾ ਧਰ ਕੇ, ਤੋਂ ਐਜੀਟੇਸ਼ਨ ਚੱਲਦੀ ਸੀ ਉਧਰੋਂ ਕੈਪਟਨ ਅਮਰਿੰਦਰ ਸਿੰਘ ਤੋਂ ਵਿਧਾਨ ਸਭਾ ਦਾ ਸੈਸ਼ਨ ਬੁਲਵਾਇਆ ਗਿਆ, ਔਰ ਜਦੋਂ ਕੱਲ ਤੇ ਗੋਡਾ ਧਰਿਆ ਹੋਵੇ ਗਿੱਲ ਸਾਹਿਬ, ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਾਰੇ ਹਾਜ਼ਰ ਜਾ ਹੋਏ ਸਿੱਧੇ ਆਪ ਵਾਲੇ, ਔਰ ਉੱਥੇ ਸਾਰਿਆਂ ਨੂੰ ਪੱਖ ਦੇ ਵਿੱਚ ਜਿਹੜਾ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਚ ਭੁਗਤਣਾ, ਨਵੇਂ ਐਕਟ ਦੇ ਪੱਖ ਚ, ਭਾਵੇਂ ਉਹ ਨਵਾਂ ਐਕਟ ਜਿਹੜਾ ਕੈਪਟਨ ਅਮਰਿੰਦਰ ਨੇ ਬਣਾਇਆ ਉਹ ਕੇਂਦਰ ਦੇ ਪੈਰ ਚ ਪੈਰ ਸੀ, ਪਰ ਇਹ ਇੱਕ ਯੂਰਪ ਵਾਲੀ ਗੱਲ ਸੀਗੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਕਿਸਾਨਾਂ ਦੇ ਦਬਾਅ ਦੇ ਕਰਕੇ ਇੱਕ ਜਿਹੜਾ ਬਰੋਬਰ ਦੇ ਉੱਤੇ ਕਾਨੂੰਨ ਬਣਾਉਣੇ ਪਏ। ਸੋ ਹੁਣ ਇਹੀ ਤਜਵੀਜ਼ ਆ ਜਿਹੜੀ ਕੱਲ ਨੂੰ ਰੱਖਣ ਜਾਣਗੇ। ਇੱਕ ਦੂਸਰੀ ਗੱਲ ਗਿੱਲ ਸਾਹਿਬ, ਜਿਹੜੀ ਕਿਸੇ ਮੀਡੀਆ ਦਾ ਹਿੱਸਾ ਨਹੀਂ ਬਣ ਰਹੀ, ਉਹ ਹੈਗੀ ਆ ਕਿ BM ਸਿੰਘ ਫਤਿਹ, ਜਿਹੜੀਆਂ ਇਹ 500 ਦੇ ਲਗਭਗ ਕਿਸਾਨ ਜਥੇ ਬਣੇ ਜੀ, BM ਸਿੰਘ ਯੂਪੀ ਦਾ ਇੱਕ ਬਹੁਤ ਲੈਂਡਲੋਰਡ ਆ, ਔਰ ਉਹ ਕਨਵੀਨਰ ਬਣਿਆ ਸੀਗਾ 260 ਦੇ ਲਗਭਗ ਪਹਿਲਾਂ ਆਰਗੇਨਾਈਜੇਸ਼ਨਾਂ ਦਾ, ਹੁਣ ਵੀ 500 ਲਗਭਗ ਜਥੇਬੰਦੀਆਂ ਦਾ ਉਹ ਮੇਨ ਆਗੂ ਸੀਗਾ, ਵੈਲ ਐਜੂਕੇਟਡ ਆ ਵੀ ਉਹ ਗਿੱਲ ਸਾਹਿਬ। ਅਸਲ ਦੇ ਵਿੱਚ ਮੈਨੂੰ ਉਹਦਾ ਕਿਰਦਾਰ ਹੈਗਾ ਜਿਹੜਾ, ਉਹਦਾ ਕਿਰਦਾਰ ਸ਼ੱਕੀ ਜਾਪਦਾ ਸ਼ੁਰੂ ਤੋਂ, ਕਿਉਂਕਿ ਜਦੋਂ ਸਭ ਤੋਂ ਪਹਿਲਾਂ ਜਥਾ ਆਇਆ ਸੀ ਮੈਂ ਉਹਦੇ ਉਦੋਂ ਕਵਰ ਕਰ ਰਿਹਾ ਸੀ ਕਿ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਇਹ BM ਸਿੰਘ ਪੁਲਿਸ ਦੀ ਗੱਡੀ ਚ ਬੈਠ ਕੇ ਆਇਆ, ਔਰ ਇਹਨੇ ਪੁਲਿਸ ਦੀ ਗੱਡੀ ਚ ਆ ਕੇ ਪੁਲਿਸ ਵਾਲੇ ਪਾਸੋਂ ਬੈਰੀਗੇਟਾਂ ਦੇ, ਦੇਖੋ ਇੱਕ ਪਾਸੇ ਉਹ ਇੱਕ ਕਤਾਰ ਹੈ, ਕਤਾਰ ਉਹ ਇਹ ਦੱਸਦੀ ਹੈ ਵੀ ਤੁਸੀਂ ਕਿਹੜੇ ਪਾਸੇ ਹੋ, ਤੁਸੀਂ ਸਰਕਾਰ ਵਾਲੇ ਪਾਸੋਂ ਜਾਂ ਤੁਸੀਂ ਲੋਕਾਂ ਵਾਲੇ ਪਾਸੇ ਹੋ। ਉਹ ਬੰਦਾ ਪੁਲਿਸ ਦੀ ਗੱਡੀ ਦੇ ਵਿੱਚ ਬੈਠ ਕੇ ਆਇਆ, ਔਰ ਦੂਸਰੇ ਪਾਸੋਂ ਪੁਲਿਸ ਦੇ ਮੈਕ ਤੋਂ ਜਿਹੜਾ ਉਹ ਅਨਾਊਂਸਮੈਂਟ ਕਰ ਰਿਹਾ ਸੀ ਕਿ ਇੱਥੇ ਨੀ ਆਪਾਂ ਬੈਠਣਾ, ਆਪਾਂ ਬਰਾੜੀ ਮੈਦਾਨ ਜਾਣਾ। ਤਾਂ ਮੈਂ ਉਹਦੇ ਵੀ ਸਵਾਲ ਖੜਾ ਕੀਤਾ ਸੀ ਕਿ ਵਿਅਕਤੀ ਜਿਹੜਾ ਪੁਲਿਸ ਦੀ ਗੱਡੀ ਚ ਬੈਠ ਕੇ ਆਇਆ ਕਿ ਬਰਾੜੀ ਮੈਦਾਨ ਜਾਣਾ, ਇਹਦਾ ਕਿਰਦਾਰ ਹੈਗਾ ਜਿਹੜਾ ਸ਼ੱਕੀ ਜਾਪਦਾ। ਉਸ ਤੋਂ ਬਾਅਦ ਉਹ ਹੁਣ ਬਰਾੜੀ ਮੈਦਾਨ ਬੈਠਾ ਉਹਦੇ ਦਾ, ਕਿਸਾਨ ਆਗੂ ਆਪਣੇ ਪੰਜਾਬ ਵਾਲੇ ਕਹਿ ਰਹੇ ਨੇ ਵੀ ਬਰਾੜੀ ਅਸੀਂ ਨੀ ਜਾਣਾ, ਉਹ ਇੱਕ ਅਸੀਂ ਖੁੱਲੀ ਜੇਲ ਚ ਨੀ ਜਾਣਾ, ਅਸੀਂ ਉੱਥੇ ਬਹਿ ਕੇ ਰੋਟੀਆਂ ਨੀ ਖਾਣੀਆਂ, ਅਸੀਂ ਇੱਥੇ ਬਹਿ ਕੇ ਦਿੱਲੀ ਦੇ ਨੱਕ ਚ ਦਾਮ ਕਰਨਾ। ਪਰ ਉਹ ਬਰਾੜੀ ਮੈਦਾਨ ਚ ਬੈਠਾ ਪ੍ਰੈਸ ਕਾਨਫਰੰਸਾਂ ਕਰ ਰਿਹਾ, ਉਹ ਅਜੇ ਵੀ ਸੱਦੀ ਜਾਂਦਾ ਵੀ ਇੱਥੇ ਸਾਰੇ ਜਾਣੇ। ਤਾਂ ਇਹ ਵੀ ਇੱਕ ਮਤਲਬ ਬੜਾ ਵਧੀਆ ਜਿਹੜਾ ਐਜੂਕੇਸ਼ਨ ਹੈ ਵੀ ਉਹ ਬੰਦੇ ਨੂੰ ਗੋਲੇ ਹੀ ਨੀ ਕਿਸੇ ਨੇ, ਤੂੰ ਹੋਵੇਗਾ ਤੂੰ ਹੋਵੇਗਾ, ਇਹ ਤਾਂ ਪੰਜਾਬ ਵਾਲੇ ਨੇ, ਮਤਲਬ ਪੰਜਾਬ ਵਾਲਿਆਂ ਨਾਲ ਮੀਟਿੰਗ ਹੈ ਜਿਹੜੀ ਉਹ ਸੈਂਟਰ ਕਰ ਰਿਹਾ ਹੈਗਾ। ਸੋ ਇਸ ਐਜੂਕੇਸ਼ਨ ਦੇ ਵਿੱਚੋਂ ਇਹ ਵੀ ਗੱਲ ਸਾਹਿਬ ਸਾਹਮਣੇ ਆ ਰਿਹਾ ਵੀ ਜਿਹੜਾ ਅੱਜ ਇੱਥੇ ਦਿੱਲੀ ਘੇਰੀ ਬੈਠਾ ਚੋਂ ਪਾਸਿਓਂ, ਇਹ 400 ਤੋਂ 500 ਦੇ ਲਗਭਗ ਜਥੇਬੰਦੀਆਂ ਦਾ ਜਿਹੜਾ ਕਾਫਲਾ ਹੈਗਾ ਉਹਨਾਂ, ਪਰ ਜਦੋਂ ਕੇਂਦਰ ਮੀਟਿੰਗ ਲਈ ਸਾਦਾ ਤਾਂ ਉਹ ਪੰਜਾਬ ਵਾਲੀਆਂ 30-36 ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਸਾਦਾ, ਉਹਦਾ ਕਿ ਉਹਨਾਂ ਨੂੰ ਵੀ ਪਤਾ ਹੈਗਾ ਕਿ ਬਾਕੀ ਸਾਰੇ ਜਿਹੜੇ ਨੇ ਉਹ ਇੰਨਾ ਕਿਸਾਨ ਆਗੂਆਂ ਦੀ ਅਗਵਾਈ ਦੇ ਵਿੱਚ ਨੇ। ਹਰਿਆਣਵੀ ਜਦੋਂ ਵੀ ਕਹਿੰਦੇ ਨੇ ਉਹ ਕਹਿੰਦੇ ਨੇ ਹਮਾਰਾ ਬੜਾ ਬਾਈ ਹੈ ਪੰਜਾਬ, ਹਮ ਤੋਂ ਛੋਟਾ ਬਾਈ ਹੈ ਜੀ। ਅੱਛਾ, ਰਾਜਨੀਤੀ ਵਾਲੇ ਪਾਸੇ ਕੈਪਟਨ ਅਮਰਿੰਦਰ ਤੇ ਕੇਜਰੀਵਾਲ ਦੀ ਹੁਣ ਕੀ ਖੜਕ ਰਹੀ ਹੈ, ਤੇ ਕੇਜਰੀਵਾਲ ਨੇ ਕੁਛ ਦਿੱਲੀ ਦੇ ਵਿੱਚ ਕੋਈ ਕਾਨੂੰਨ ਨਵਾਂ ਲਾਗੂ ਕੀਤਾ ਗਿੱਲ ਸਾਹਿਬ? ਜਿਹੜੇ ਕਾਲੇ ਕਾਨੂੰਨ 3 ਰੱਦ ਕਰਾਉਣ ਲਈ ਕਿਸਾਨ ਦਿੱਲੀ ਦੀਆਂ ਸੜਕਾਂ ਨੱਪੀ ਬੈਠੇ ਨੇ, ਔਰ ਜਿਹੜੇ ਕਾਲੇ ਕਾਨੂੰਨ 3 ਰੱਦ ਕਰਾਉਣ ਦੇ ਲਈ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਹਿਯੋਗ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਕਾਨੂੰਨ ਨੂੰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਨੋਟੀਫਾਈ ਕਰਤਾ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਦਿੱਲੀ ਚੋਂ ਪਾਸਾਂ ਤੋਂ ਘੇਰੀ ਹੋਈ ਹੈ, ਔਰ ਅਰਵਿੰਦ ਕੇਜਰੀਵਾਲ ਕੇਂਦਰ ਦਾ ਕਾਨੂੰਨ ਦਿੱਲੀ ਚ ਨੋਟੀਫਾਈ ਕਰਕੇ ਕੇਂਦਰ ਦੇ ਪੱਖ ਚ ਖੜਾ ਹੋ ਰਿਹਾ ਹੈਗਾ। ਔਰ ਇਹ ਜਿਹੜਾ ਕੇਜਰੀਵਾਲ ਦਾ ਸਟੈਪ ਹੈ, ਕਿਉਂਕਿ ਪ੍ਰਵਾਸੀ ਭਾਰਤੀ ਅੱਜ ਜਦੋਂ ਆਪਾਂ ਨੂੰ ਵੀ ਸੁਣ ਰਹੇ ਹੋਣਗੇ, ਕਈਆਂ ਨੂੰ ਲੱਗਦਾ ਉਹਨਾਂ ਨੇ ਕੇਜਰੀਵਾਲ ਦੇ ਪੱਖ ਦੇ ਵਿੱਚ ਬਹੁਤ ਡਾਲਰ ਭੇਜੇ, ਬਹੁਤ ਮੁਹਿੰਮਾਂ ਚਲਾਈਆਂ ਕੇਜਰੀਵਾਲ ਦੇ ਪੱਖ ਦੇ ਵਿੱਚ, ਪਰ ਕੇਜਰੀਵਾਲ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਦੇ ਤੌਰ ਦੇ ਉੱਤੇ ਬਿਹੇਵ ਕਰ ਰਿਹਾ, ਕਿਉਂਕਿ ਤਿੰਨੇ ਕਾਲੇ ਕਾਨੂੰਨ ਨੇ ਵਿਰੋਧੀ ਨੇ। ਇਹ ਪੂਰੀ ਦੁਨੀਆਂ ਦੀ ਆਵਾਜ਼ ਉੱਠ ਰਹੀ ਆ, ਤੁਹਾਡਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਸਾਨਾਂ ਦੇ ਹੱਕ ਚ ਬੋਲਦਾ, ਤੇ ਅਜਿਹੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ 3 ਚੋਂ 1 ਨੂੰ ਨੋਟੀਫਾਈ ਕਰਨਾ ਦਿੱਲੀ ਦੇ ਵਿੱਚ ਲਾਗੂ ਕਰਨ ਵਾਲੇ ਪਾਸੇ ਨੂੰ ਫਸਟ ਸਟੈਪ ਹੈਗਾ, ਔਰ ਇਹਨੂੰ ਇਹ ਦੱਸ ਰਿਹਾ ਹੈਗਾ ਕਿ ਮੈਂ ਕੇਂਦਰ ਦੇ ਪਾਲੇ ਖੜਾਂਗਾ। ਪੰਜਾਬ ਵਾਲਿਆਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੁਣ ਕਿ ਉਹ ਕੇਜਰੀਵਾਲ ਨਾਲ ਖੜੇ ਨੇ ਜਾਂ ਕਿਸਾਨਾਂ ਨਾਲ ਖੜੇ ਨੇ। ਕੇਜਰੀਵਾਲ ਨੇ ਸਪਸ਼ਟ ਕਰਤਾ ਨੋਟੀਫਾਈ ਕਰਕੇ, ਕਹਿਣ ਨੂੰ ਉਹ ਜੋ ਮਰਜ਼ੀ ਕਹੇ, ਪਰ ਜੋ ਉਹਨੇ ਕੀਤਾ ਉਹ ਸਿੱਧੇ ਤੌਰ ਦੇ ਉੱਤੇ ਇਸ ਸੰਘਰਸ਼ ਦੀ ਪਿੱਛ ਚ ਸ਼ੁਰਾਗਾ। ਔਰ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਗੱਲ ਤਾਂ ਬੜਾ ਅੱਜ ਕੱਲ੍ਹ ਜਿਹੜਾ
ਸ਼ਬਦੀ ਜੰਗ ਆ ਉਹ ਅੱਜ ਸ਼ੁਰੂ ਹੋਈ ਹੈ ਇਸੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੇਜਰੀਵਾਲ ਤੇ ਕਹਿ ਰਿਹਾ ਔਰ ਕੇਜਰੀਵਾਲ ਕਹਿੰਦਾ ਵੀ ਕੈਪਟਨ ਅਮਰਿੰਦਰ ਚਾਹੁੰਦਾ ਤਾਂ ਰੋਕ ਸਕਦਾ ਸੀ ਕਹਿੰਦਾ ਮੈਨੂੰ ਇਹ ਪਤਾ ਕਿਉਂਕਿ ਇੱਕ ਦੂਜੇ ਦਾ ਗੱਲ ਤਾਂ ਪਤਾ ਹੀ ਹੈ ਕੈਪਟਨ ਅਮਰਿੰਦਰ ਪਹਿਲਾਂ ਮਨੋਹਰ ਲਾਲ ਖੱਟਰ ਨਾਲ ਜਿਹੜਾ ਉਹ ਮੇਰੇ ਨਹੀਂ ਹੋ ਰਿਹਾ ਸੀ ਉਹ ਅਸਲ ਦੇ ਵਿੱਚ ਮੀਡੀਆ ਗਾ ਜਿਹੜਾ ਉਹ ਕਿਸਾਨ ਐਜੂਕੇਸ਼ਨ ਨੂੰ ਕਵਰ ਕਰ ਰਿਹਾ ਔਰ ਇਹਨਾਂ ਨੂੰ ਇਹ ਇੰਨੇ ਦੇ ਨਾਲ ਇੱਕ ਦੂਜੇ ਦੇ ਖਿਲਾਫ਼ ਬਿਆਨ ਦੇ ਕੇ ਮੀਡੀਆ ਦਾ ਧਿਆਨ ਵੀ ਆਪਦੇ ਕਣੀ ਨੂੰ ਖਿੱਚ ਲੈਂਦੇ ਨੇ ਔਰ ਖੁਦ ਵੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਔਰ ਇਹ ਠਾਣਾ ਹੋਰ ਕੋਈ ਨੀ ਹੈ ਅਦਰਵਾਈਜ਼ ਕੈਪਟਨ ਅਮਰਿੰਦਰ ਸਿੰਘ ਵੀ ਕੇਜਰੀਵਾਲ ਵੀ ਭਾਰਤੀ ਜਨਤਾ ਪਾਰਟੀ ਵੀ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਅਜੇ ਤੱਕ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਯੋਗਦਾਨ ਨਹੀਂ ਪਾਇਆ ਜੋ ਹੋ ਰਿਹਾ ਗਾ ਉਹ ਕਿਸਾਨ ਐਜੂਕੇਸ਼ਨ ਦੇ ਦਬਾਅ ਤਹਿਤ ਹੀ ਹੋ ਰਿਹਾ ਗਾ। ਅੱਛਾ ਸਨੀ ਦਿਓਲ ਸੰਸਦ ਤੋਂ ਗੇੜਾ ਮਾਰ ਕੇ ਮਨਾਲੀ ਜਾ ਵੜਿਆ ਤੇ ਕਰੋਨਾ ਹੋ ਗਿਆ ਵਾਕਈ ਗੱਲ ਸਾਹਿਬ ਇੱਕ ਬੰਨੇ ਪੰਜਾਬ ਦੇ ਵਿੱਚ ਇੱਕ ਬੰਨੇ ਪੰਜਾਬ ਦੇ ਕਿਸਾਨ ਸੰਘਰਸ਼ ਲੜ ਰਹੇ ਨੇ ਦਿੱਲੀ ਦੇ ਨਾਲ ਇੱਕ ਸਿੱਧੀ ਸਿੱਧੀ ਲੜਾਈ ਦੇ ਵਿੱਚ ਪੂਰਾ ਪੰਜਾਬ ਕੁੱਟਿਆ ਹੋਇਆ ਹੈਗਾ ਤਾਂ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਜਦੋਂ ਕਹਿੰਦਾ ਸੀ ਕਿ ਮੈਂ ਕਿਸਾਨ ਦਾ ਪੁੱਤ ਹਾਂ ਉਹ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਗਿਆ ਸਾਹਿਬ ਸੰਸਦ ਦੇ ਵਿੱਚ ਪਹੁੰਚਿਆ ਔਰ ਹੁਣ ਪਤਾ ਲੱਗਿਆ ਕਿ ਉਹਨੂੰ ਕਰੋਨਾ ਵਾਇਰਸ ਹੋ ਗਿਆ। ਕਰੋਨਾ ਉਹਨੂੰ ਇਸ ਕਰਕੇ ਨੀ ਹੋਇਆ ਵੀ ਉਹ ਕਰੋਨਾ ਪੇਸ਼ੈਂਟਾਂ ਕੋਲੇ ਗਿਆ ਜਾਂ ਉਹਨਾਂ ਦੀ ਕੋਈ ਸੇਵਾ ਕਰਦਾ ਸੀ ਜਾਂ ਉਹਨਾਂ ਦੀ ਕੋਈ ਸਾਂਭ ਸੰਭਾਲ ਕਰਦਾ ਸੀ ਜਾਂ ਉਹ ਲੋਕਾਂ ਦੇ ਵਿੱਚ ਵਿਚਰਿਆ। ਉਹ ਹੁਣ ਪਤਾ ਲੱਗਿਆ ਵੀ ਉਹ ਤਾਂ ਮਨਾਲੀ ਚ ਛੁੱਟੀਆਂ ਮਨਾਉਂਦਾ ਸੀ ਪਿਛਲੇ ਕਈ ਦਿਨਾਂ ਚ ਔਰ ਮਨਾਲੀ ਚ ਉਹਨੂੰ ਕਰੋਨਾ ਹੋਇਆ। ਸ਼ਰਮਨਾਕ ਗੱਲ ਹੈ ਵੀ ਇੱਕ ਬੰਨੇ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ਤੇ ਇੰਨੀ ਠੰਡ ਦੇ ਵਿੱਚ ਖੁੱਲੇ ਅਸਮਾਨ ਚ ਬੈਠਾ ਗਾ ਰਾਤ ਤਾਂ ਉਹ ਆਪਣੀਆਂ ਟਰਾਲੀਆਂ ਚ ਪੈ ਕੇ ਕੱਟ ਰਿਹਾ ਜਿਹੜਾ ਪੂਰੀ ਦੁਨੀਆਂ ਨੂੰ ਅੰਨ ਵਰਤਾਉਣ ਵਾਲਾ ਪੂਰੀ ਦੁਨੀਆਂ ਦੇ ਅੰਨ ਭੰਡਾਰ ਭਰਨ ਵਾਲਾ ਉਹ ਅੱਜ ਟਰਾਲੀਆਂ ਚ ਪੈ ਪੈ ਰਾਤਾਂ ਕੱਟਣ ਲਈ ਮਜਬੂਰ ਆ ਔਰ ਉਹਨਾਂ ਦੀਆਂ ਵੋਟਾਂ ਨਾਲ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਮਨਾਲੀ ਚ ਛੁੱਟੀਆਂ ਮਨਾ ਰਿਹਾ। ਸੋ ਇਹ ਜੇ ਤਾਂ ਕਰੋਨਾ ਸਾਹਿਬ ਇਹਨੂੰ ਪਤਾ ਲੱਗ ਗਿਆ ਨਹੀਂ ਤਾਂ ਇਹ ਵੀ ਨਹੀਂ ਸੀ ਪਤਾ ਲੱਗਣਾ ਵੀ ਉਹ ਜਨਾਬ ਮਨਾਲੀ ਚ ਛੁੱਟੀਆਂ ਮਨਾ ਰਹੇ ਸੀ ਤਾਂ ਉਹਨਾਂ ਨੂੰ ਕਰੋਨਾ ਹੋਇਆ ਗਾ। ਸੋ ਸਨੀ ਦਿਓਲ ਉਹ ਬੰਦਾ ਗਾ ਜਿਹੜਾ ਸਿੱਧੇ ਤੌਰ ਦੇ ਉੱਤੇ ਕਹਿੰਦਾ ਗਾ ਕਿ ਜਿਹੜੇ ਇਹ ਕਾਨੂੰਨ ਨੇ ਉਹ ਕਿਸਾਨਾਂ ਦੇ ਪੱਖ ਚ ਨੇ ਹਾਲਾਂਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਆਗੂ ਨੇ ਸੁਰਜੀਤ ਕੁਮਾਰ ਜਿਆਣੀ ਵਰਗੇ ਉਹ ਵੀ ਨੀ ਇੰਨਾ ਖੁੱਲ ਕੇ ਤਾਂ ਕਹਿੰਦੇ ਉਹ ਵੀ ਕਹੀ ਜਾਂਦੇ ਨੇ ਵੀ ਅਸੀਂ ਕਿਸਾਨਾਂ ਦੇ ਪੱਖ ਚ ਖੜੇ ਹਾਂ ਪਰ ਸਨੀ ਦਿਓਲ ਜਿਹੜਾ ਖੁਦ ਨੂੰ ਕਿਸਾਨ ਦਾ ਪੁੱਤ ਕਹਿੰਦਾ ਸੀ ਸਾਰੀ ਉਮਰ ਕਿਸਾਨਾਂ ਨੇ ਲਾਤੀ ਧਰਮਿੰਦਰ ਨੇ ਜਿਹੜਾ ਉਹ ਪ੍ਰਮੋਟ ਕਰਦੇ ਨੇ ਸਾਰੀ ਉਮਰ ਕਿਸਾਨਾਂ ਨੇ ਲਾਤੀ ਪੰਜਾਬਦਿਆਂ ਨੇ ਇਹ ਕਹਿੰਦੇ ਨੇ ਵੀ ਧਰਮਿੰਦਰ ਤਾਂ ਸਾਡਾ ਜੀ ਉਹ ਸਨੀ ਦਿਓਲ ਤਾਂ ਸਾਡਾ ਭਤੀਜਾ ਗਾ ਪਰ ਉਸ ਨੂੰ ਅੱਜ ਕਰੋਨਾ ਹੋਇਆ ਚੰਗਾ ਹੁੰਦਾ ਜੇ ਉਹ ਕਿਸਾਨ ਐਜੂਕੇਸ਼ਨ ਦੇ ਵਿੱਚ ਆਉਂਦਾ ਇੱਥੇ ਚਾਹੇ ਉਹਨੂੰ ਕਰੋਨਾ ਆਉਂਦਾ ਪੰਜਾਬੀਆਂ ਨੇ ਉਹਨੂੰ ਚੱਕ ਲੈਣਾ ਸੀ ਵੀ ਕੋਈ ਗੱਲ ਨੀ ਸਾਡਾ ਮੁੰਡਾ ਪਰ ਹੁਣ ਪੰਜਾਬੀਆਂ ਨੂੰ ਉਹਦੇ ਨਾਲ ਕੋਈ ਹਮਦਰਦੀ ਨਜ਼ਰ ਨਹੀਂ ਆ ਰਹੀ। ਅੱਛਾ ਇੱਕ ਹੋਰ ਕਿਸਾਨ ਇਸ ਮੋਰਚੇ ਤੇ ਸ਼ਹੀਦ ਹੋਣੇ ਬੱਛੋ ਆਣੇ ਦੇ ਹੁਣੇ ਗਿਣਤੀ 4 ਹੋ ਗਈ ਜੀ ਫਿਰ ਟੋਟਲ ਕੀ ਗੱਲ ਸਾਹਿਬ ਇਹ ਬੜੀ ਮੰਦਭਾਗੀ ਘਟਨਾ ਵਾਪਰੀ ਆ ਜੇ ਦੋ ਕਿਸਾਨਾਂ ਦੀ ਹੋਰ ਸ਼ਹਾਦਤ ਆ ਜਿਹੜੀ ਹੋਈ ਹੈ ਇੱਕ ਕਿਸਾਨ ਦੀ ਪਹਿਲਾਂ ਧੰਨਾ ਸਿੰਘ ਦੀ ਸ਼ਹਾਦਤ ਹੋਈ ਸੀ ਉਸ ਤੋਂ ਇਲਾਵਾ ਇੱਕ ਧਨੌਲਾ ਪਿੰਡ ਦੇ ਜਿਹੜੇ ਟਰੈਕਟਰ ਮਕੈਨਿਕ ਸੀ ਉਹਦੀ ਸ਼ਹਾਦਤ ਹੋਈ ਸੀ ਜਿਹੜੇ ਫ੍ਰੀ ਚ ਟਰੈਕਟਰ ਜਿਹੜੇ ਠੀਕ ਕਰਨ ਆਏ ਸੀ ਦੋ ਕਿਸਾਨਾਂ ਦੀ ਸ਼ਹਾਦਤ ਜਿਹੜੀ ਉਹ ਅੱਜ ਹੋਈ ਇੱਕ ਬੱਛੋਆਣਾ ਪਿੰਡ ਦੇ ਨੇ ਦੂਸਰੇ ਮੋਗਾ ਜ਼ਿਲ੍ਹੇ ਦੇ ਭਿੰਡਰਾਂ ਦੇ ਕਿਸਾਨ ਨੇ ਔਰ ਜਿਹੜੇ ਬੱਛੋਆਣਾ ਦੇ ਕਿਸਾਨ ਨੇ ਉਹ ਸੰਘਰਸ਼ ਦੇ ਵਿੱਚ ਹੀ ਬਿਮਾਰ ਹੋਏ ਸੀ ਉਹਨਾਂ ਨੂੰ ਇੱਥੋਂ ਨੇੜੇ ਸੋਨੀਪਤ ਦੇ ਹੋਸਪਿਟਲ ਲਿਜਾਇਆ ਗਿਆ ਹੋਸਪਿਟਲ ਦੇ ਵਿੱਚ ਉਹਨਾਂ ਦੀ ਤਬੀਅਤ ਵਿਗੜ ਗਈ ਉਹਨਾਂ ਨੂੰ ਪੀਜੀਆਈ ਭੇਜਿਆ ਗਿਆ ਤੇ ਉੱਥੇ ਉਹਨਾਂ ਦੀ ਮੌਤ ਆ ਜਿਹੜੀ ਉਹ ਹੋ ਗਈ। ਦੂਸਰੇ ਕਿਸਾਨ ਨੇ ਜਿਹੜੇ ਉਹ ਇੱਥੋਂ ਕਿਸਾਨ ਐਜੂਕੇਸ਼ਨ ਦੇ ਵਿੱਚ ਬਿਮਾਰ ਹੋਏ ਉਹਨਾਂ ਨੂੰ ਕਿਹਾ ਵੀ ਤੂੰ ਬਿਮਾਰ ਆ ਘਰੇ ਚਲਿਆ ਜਾ ਔਰ ਰਸਤੇ ਜਾਂਦਿਆਂ ਦੀ ਹਾਰਟ ਅਟੈਕ ਦੇ ਨਾਲ ਮੋਗਾ ਡਿਸਟ੍ਰਿਕਟ ਦੇ ਉਸ ਕਿਸਾਨ ਦੀ ਵੀ ਸ਼ਹਾਦਤ ਆ ਜਿਹੜੀ ਉਹ ਹੋਈ ਹੈ। ਗਿੱਲ ਸਾਹਿਬ ਇਹਨਾਂ ਦੇ ਸੰਸਕਾਰ ਅਜੇ ਨਹੀਂ ਕੀਤੇ ਗਏ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਇਹ ਹੈ ਕਿ ਉਦੋਂ ਹੀ ਸੰਸਕਾਰ ਕਰਾਂਗੇ ਜਦੋਂ ਇਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ 10 ਲੱਖ ਰੁਪਇਆ ਮੁਆਵਜ਼ਾ ਔਰ ਇੱਕ ਜਿਹੜਾ ਇਹਨਾਂ ਦਾ ਜਿੰਨਾ ਕਰਜ਼ਾ ਗਾ ਉਹ ਸਾਰਾ ਕਰਜ਼ਾ ਜਿਹੜਾ ਮਾਫ਼ ਕੀਤਾ ਜਾਊ ਤਾਂ ਹੀ ਸੰਸਕਾਰ ਕੀਤੇ ਜਾਣਗੇ। ਸੋ ਇਹਨਾਂ ਦੇ ਸੰਸਕਾਰ ਅਜੇ ਤੱਕ ਨਹੀਂ ਕੀਤੇ ਗਏ। ਪਿਛਲੇ ਕਈ ਦਿਨਾਂ ਤੋਂ ਜਿਹੜੀ ਡੈੱਡ ਬੋਡੀ ਆ ਉਹ ਧਨੌਲਾ ਦੇ ਮਕੈਨਿਕ ਦੀ ਵੀ ਹਰਿਆਣੇ ਦੇ ਵਿੱਚ ਹੀ ਪਈ ਆ ਅਜੇ ਤੱਕ ਉਹਦਾ ਵੀ ਅੰਤਿਮ ਸੰਸਕਾਰ ਹੈਗਾ ਜਿਹੜਾ ਉਹ ਨਹੀਂ ਕੀਤਾ ਗਿਆ ਜੀ। ਮਲੇਰਕੋਟਲੇ ਤੋਂ ਸਬਜ਼ੀ ਮੰਡੀ ਤੋਂ ਕੱਲ੍ਹ ਇੱਕ ਵੱਡਾ ਇਕੱਠ ਦਿੱਲੀ ਨੂੰ ਜਿਹੜਾ ਉਹ ਚਾਲੇ ਪਾ ਰਿਹਾ ਇਸ ਦੇ ਬਾਰੇ ਜਾਂ ਕੋਈ ਹੋਰ ਇਸ ਸੰਘਰਸ਼ ਦੇ ਬਾਰੇ ਖਬਰ ਦੁਨੀਆ ਦੇ ਵਿੱਚ ਫੰਡਸ ਇਕੱਠੇ ਹੋ ਰਹੇ ਨੇ ਤੁਸੀਂ ਉੱਥੇ ਹੋ ਸਾਰਾ ਕੁਝ ਉੱਥੇ ਜ਼ਰੂਰਤਾਂ ਪੂਰੀਆਂ ਨੇ ਜੇ
ਹੁਣੇ ਤਤਕਾਲੀ ਕਿਸੇ ਚੀਜ਼ ਦੀ ਜ਼ਰੂਰਤ ਆ, ਉਹ ਕਿਹੜੇ ਪਾਸੇ ਤੋਂ ਜ਼ਰੂਰਤ ਹੈ? ਅਤੇ ਇੱਥੇ ਦੇ ਬੈਠਾ ਪਰਦੇਸੀ ਖਾਲਸਾ ਕੀ ਕਰ ਸਕਦਾ ਹੈ ਆਪਣੇ ਪਿੰਡਾਂ 'ਚ ਜਾਂ ਬਾਹਰ, ਜਾਂ ਕੀ, ਜੇ ਇਸ ਨੂੰ ਸਾਰੀ ਗੱਲ ਨੂੰ ਆਪਾਂ ਸਮ ਅਪ ਕਰੀਏ, ਸੰਘਰਸ਼ ਦੇ ਬਾਰੇ ਕੋਈ ਹੋਰ ਗੱਲਬਾਤ ਜਿਹੜੀ ਤੁਸੀਂ ਕਰਨੀ ਚਾਹੋ? ਬਿਲਕੁਲ, ਦੇਖੋ ਸੰਘਰਸ਼ ਦੇ ਬਾਰੇ ਮੈਂ ਇਹੀ ਕਰਨੀ ਚਾਹੁੰਦਾ ਗਾ ਕਿ ਸਾਡੇ ਪ੍ਰਵਾਸੀ ਪੰਜਾਬੀ ਬੜੀ ਮਿਹਨਤ ਨਾਲ ਪੈਸਾ ਕਮਾਉਂਦੇ ਆ, ਇੱਥੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਲੰਗਰ ਬਹੁਤ ਆ ਰਹੇ ਨੇ, ਬਹੁਤ ਬਹੁਤਾਤ ਦੇ ਵਿੱਚ ਜਿਹੜਾ ਸਾਰਾ ਕੁਛ ਪੂਰਾ, ਦਵਾਈਆਂ ਵੀ ਪੂਰੀਆਂ ਹੋ ਚੁੱਕੀਆਂ। ਜੇ ਕਿਸੇ ਨੂੰ ਲੋੜ ਆ, ਮੈਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਦਵਾਈਆਂ ਜਿਹੜੀਆਂ ਉਹ ਲੈ ਕੇ ਆਇਆ, ਆਪਣੇ ਕਬੀਰ ਨੇ ਵੀ ਮਦਦ ਕੀਤੀ ਔਰ ਲੈ ਸਕਦਾ। ਇੱਥੇ ਕੋਈ ਕਿਸੇ ਚੀਜ਼ ਦੀ ਘਾਟ ਆ ਜਿਹੜੀ ਨਜ਼ਰ ਨਹੀਂ ਆ ਰਹੀ। ਇਹ ਕਹਿਣਾ ਹੈਗਾ ਕਿ ਜੇ ਕੋਈ ਲੋੜ ਹੋਊਗੀ ਤਾਂ ਪਤਾ ਲੱਗ ਜੂ ਆਉਣ ਵਾਲੇ ਦਿਨਾਂ 'ਚ। ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਘਾਟਾ ਨਹੀਂ ਆ ਰਹੀ। ਸਿਰਫ ਜੇ ਲੋੜ ਆ ਗਈ ਤਾਂ ਇੱਥੇ ਪੰਜਾਬੀਆਂ ਦੇ ਪਹੁੰਚਾਉਣ ਦੀ ਲੋੜ ਹੈ, ਇੱਥੇ ਵੱਧ ਤੋਂ ਵੱਧ ਗਿਣਤੀ ਕਿਸਾਨਾਂ ਦੇ ਪਹੁੰਚਾਉਣ ਦੀ ਲੋੜ ਹੈ। ਸੋ ਉਹਦੇ ਲਈ ਪ੍ਰਬੰਧ ਕਰ ਸਕਦੇ ਹੋ, ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਦੂਸਰੀ ਗੱਲ ਗਿਲ ਸਾਹਿਬ, ਇਸ ਚੀਜ਼ ਦੇ ਉੱਤੇ ਥੋੜਾ ਬਚਣਾ ਚਾਹੀਦਾ ਗਾ ਆਪਣੇ ਪ੍ਰਵਾਸੀ ਭਾਰਤੀਆਂ ਨੂੰ ਕਿ ਜੇ ਤੁਹਾਡਾ 1 ਰੁਪਿਆ ਵੀ ਪਹੁੰਚ ਰਿਹਾ ਗਾ ਇੱਥੇ, ਤੁਹਾਡਾ ਬੜਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ, ਤਾਂ ਉਹ ਸਹੀ ਥਾਂ ਦੇ ਉੱਤੇ ਸਹੀ ਹੱਥਾਂ ਦੇ ਵਿੱਚ ਜਿਹੜਾ ਉਹ ਵੀ ਪਹੁੰਚਣਾ ਚਾਹੀਦਾ ਗਾ। ਕਿਉਂਕਿ ਕਾਫੀ ਜਿਹੜਾ ਪੈਸਾ ਗਾ ਉਹ ਪੈਸੇ ਵੀ ਇਕੱਠਾ ਹੋ ਜਾਂਦਾ। ਸੋ ਇਹ ਗੱਲ ਦਾ ਜ਼ਰੂਰ ਖਿਆਲ ਆ ਜਿਹੜਾ ਉਹ ਰੱਖਣਾ ਚਾਹੀਦਾ, ਆਪਾਂ ਸਾਰੀ ਸਿਆਣੇ ਆ। ਇਹ ਗੱਲ ਸਾਹਿਬ, ਧੰਨਵਾਦ ਬਹੁਤ ਬਹੁਤ, ਅਤੇ ਕੱਲ੍ਹ ਨੂੰ ਫਿਰ ਆਪਾਂ ਗੱਲਬਾਤ ਕਰਾਂਗੇ। ਕੋਈ ਹਰ ਵਕਤ ਤੁਸੀਂ ਕੰਟੈਕਟ ਦੇ ਵਿੱਚੋਂ ਮੇਰੇ ਅਰਾਊਂਡ ਦਾ ਕਲੋਕ, ਕੋਈ ਅਜਿਹੀ ਗੱਲ ਹੋਵੇ ਜਿਹੜੀ ਤੁਸੀਂ ਜਦੇ ਦੱਸਣੀ ਚਾਹੋ ਤਾਂ ਆਪਾਂ ਸਨਮੁੱਖ ਕਰਾਂਗੇ ਸਾਰੇ ਸਰੋਤਿਆਂ ਦੇ। ਸਾਡੇ ਫੇਸਬੁੱਕ 'ਤੇ ਸ਼ੋਅ ਸਾਰਾ ਦਿਨ 12-13 ਘੰਟੇ ਚੱਲਦੇ ਨੇ। ਧੰਨਵਾਦ, ਆਪਣਾ ਖਿਆਲ ਰੱਖਿਓ ਅਤੇ ਚੜ੍ਹਦੀ ਕਲਾ, ਥੈਂਕ ਯੂ। ਬਾਕੀ ਗੱਲ ਸਾਹਿਬ, ਜਦੋਂ ਮਰਜ਼ੀ ਆਪਾਂ ਦੁਬਾਰੇ ਅਪਡੇਟ ਆ ਜਿਹੜੀ ਉਹ ਕਰ ਸਕਦੇ ਹਾਂ। ਕਿਸੇ ਹੋਰ ਵੀ ਵੀਰ ਨੇ ਅਪਡੇਟ ਲੈਣੀ ਹੋਵੇ ਤਾਂ ਮੈਂ ਇੱਥੇ ਹੀ ਹਾਂ, ਕੁਛ ਦਿਨ ਅਪਡੇਟ ਲੈ ਸਕਦਾ। ਵੈਸੇ ਅੱਜ 2 ਮੰਦਭਾਗੀਆਂ ਘਟਨਾਵਾਂ ਗੱਲ ਸਾਹਿਬ ਪੰਜਾਬ 'ਚ ਹੋਰ ਵਾਪਰੀਆਂ। ਇੱਕ ਤਰਨ ਤਾਰਨ ਦੇ ਵਿੱਚ 3 ਔਰਤਾਂ ਦੀ ਮੌਤ ਹੋਈ ਹੈ, ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ। ਸੈਕਿੰਡ ਮੈਰਿਜ ਸੀਗੀ, ਉਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਸਮਰਾਲੇ ਦੇ ਵਿੱਚ ਐਕਸੀਡੈਂਟ ਹੋਇਆ ਜਿਹਦੇ 'ਚ ਮਾਂ ਤੇ ਧੀ ਖੇਤ ਪੱਠੇ ਲੈਣ ਜਾਂਦੀਆਂ ਸੀ, ਉਹਨਾਂ ਦੀ ਮੋਟਰਸਾਈਕਲ ਚਾਲਕ ਨਾਲ ਟੱਕਰ ਹੋਈ ਹੈ, ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ, ਮਾਂ ਧੀ ਦੀ ਮੌਤ ਹੋ ਗਈ। ਸੋ ਇਹ ਬੜੀਆਂ ਮੰਦਭਾਗੀਆਂ ਖਬਰਾਂ ਵੀ ਪੰਜਾਬ 'ਚ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਧੰਨਵਾਦ ਬਹੁਤ ਬਹੁਤ ਨਵਕਿਰਨ, ਚੜ੍ਹਦੀ ਕਲਾ, ਥੈਂਕ ਯੂ, ਸ਼ੁਕਰੀਆ ਜੀ। ਇਨਵੈਸਟਾ ਪ੍ਰਾਈਮ ਰਿਐਲਟੀ ਦੇ ਸਰਦਾਰ ਸਤਿੰਦਰਪਾਲ ਸਿੰਘ ਬਰਾੜ ਪ੍ਰੋਗਰਾਮ ਦੇ ਸਪੌਂਸਰ ਨੇ। 604-906-7413 ਦੇਸ਼ ਪੰਜਾਬ ਦੇ ਚਰੋਖੇ ਤੋਂ ਸੈਗਮੈਂਟ ਨਵਕਿਰਨ ਸਿੰਘ ਪੱਤੀ ਦੀ, ਸਤਿੰਦਰਪਾਲ ਸਿੰਘ ਬਰਾੜ ਹੋਣੀ ਲੈ ਕੇ ਆਉਂਦੇ ਨੇ। ਤੁਸੀਂ ਕੋਈ ਵੀ ਜਾਇਦਾਦ ਖਰੀਦਣੀ ਵੇਚਣੀ ਸਾਰੀ ਫਰੇਜ਼ਰ ਵੈਲੀ 'ਚ, ਲੋਅਰ ਮੇਨਲੈਂਡ 'ਚ, ਤਾਂ ਸਰਦਾਰ ਸਤਿੰਦਰਪਾਲ ਸਿੰਘ ਬਰਾੜ 604-906-7413 ਵਪਾਰਕ ਸੰਦੇਸ਼ ਨਾਲ ਨਾਲ ਤੁਹਾਡੀ ਸੰਘਰਸ਼ ਦੇ ਬਾਰੇ ਗੱਲਬਾਤ ਕੋਈ ਕਰਨੀ ਚਾਹੋ। ਅੱਜ ਦੀ ਰੈਲੀ ਦੀ ਮੈਂ ਗੱਲ ਕਰਨੀ ਚਾਹੁੰਦਾ ਕਿ ਕੀ ਖਿਆਲ ਰੱਖਣ ਦੀ ਲੋੜ ਆ, ਕੀ ਕਰਨਾ ਚਾਹੀਦਾ, ਅਤੇ ਜਿਹੜੀ ਅਸੀਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਸਦਭਾਵਨਾ ਰੈਲੀ ਅਤੇ ਇੱਕ ਸੁਨੇਹਾ ਜਿਹੜਾ ਉਹ ਦਿੱਤਾ ਜਾਵੇ। ਜਿਹੜੀ ਅੱਜ ਰੈਲੀ ਹੈ, ਰੈਲੀ 12 ਵਜੇ ਮਿਲਣ ਦੀ ਜਗ੍ਹਾ ਜਿਹੜੀ ਸਟਾਵਰੀ ਹਿੱਲ ਪਾਰਕਿੰਗ ਲੋਟ, ਕਾਰਾਂ ਦੇ ਵਿੱਚ ਹੀ ਰਹਿਣਾ, ਇੱਕ ਪਰਿਵਾਰ ਦੇ ਜੀਓ ਹੀ ਇੱਕ ਆਪਣੀ ਗੱਡੀ 'ਚ ਹੋਣ, ਨਿਕਲਣਾ ਨਹੀਂ ਬਾਹਰ। 1:15 ਕਾਰ ਰੈਲੀ ਨੇ ਤੁਰਨਾ ਇੰਡੀਅਨ ਕੌਂਸਲੇਟ 325 ਹੌਸ ਸਟਰੀਟ 'ਤੇ। ਬੇਨਤੀਆਂ ਕੁਝ ਇਹ ਹੈ ਕਿ ਇਸ ਰੈਲੀ ਦੇ ਨਾਲ ਸਭ ਤੋਂ ਵੱਡੀ ਤਾਂ ਗੱਲ ਇਹ ਕਰਨੀ ਆ ਵੀ ਕਿਸੇ ਨੂੰ ਇਹਦੇ ਨਾਂ ਕਰਕੇ ਤੰਗੀ ਨਾ ਹੋਵੇ ਸੜਕ 'ਤੇ ਜਾਂ ਡਾਊਨ ਟਾਊਨ ਜਾਂ ਰਾਹ ਦੇ ਵਿੱਚ ਕਿਤੇ ਵੀ। ਇਹ ਖਾਸ ਖਿਆਲ ਰੱਖਣਾ, ਸ਼ਾਂਤਮਈ ਅਤੇ ਜ਼ਾਬਤੇ ਦੇ ਵਿੱਚ ਰਹਿਣਾ ਪੂਰਾ, ਅਤੇ ਕਿਸਾਨਾਂ ਨੂੰ ਸੰਬੰਧਿਤ ਹੀ ਇਹ ਰੈਲੀ ਆ, ਅਤੇ ਉਹੀ ਗੱਲ ਇਹ 'ਤੇ ਹੋਣੀ ਚਾਹੀਦੀ ਹੈ। ਕੁਛ ਹੋਰ ਅਲੱਗ ਗੱਲ, ਕਈ ਵਾਰ ਸ਼ਰਾਰਤੀ ਕੁਛ ਬੰਦੇ ਗੜਬੜ ਕਰ ਦਿੰਦੇ ਨੇ, ਕੋਈ ਹੋਰ ਗੱਲ ਤੋਰ ਲੈਣਗੇ ਵਿੱਚ, ਉਹਦਾ ਖਿਆਲ ਰੱਖਣਾ। ਰੈਲੀ ਆ ਜਿਹੜੀ ਸਥਾਨਕ ਲੋਕਾਂ ਦੀ ਮਦਦ ਲੈਣ ਲਈ, ਜਿਵੇਂ ਜਰਮਨੀ ਦੇ ਵਿੱਚ ਪਿਛਲੇ ਦਿਨੀਂ ਟਰੈਕਟਰਾਂ ਦੀ ਰੈਲੀ ਜਰਮਨ ਦੇ ਕਿਸਾਨਾਂ ਨੇ ਕੱਢੀ, ਇਸ ਤਰ੍ਹਾਂ ਇਹਨਾਂ ਦੀ ਲੋਕਾਂ ਦੀ ਹਮਾਇਤ ਅਤੇ ਜਾਣਕਾਰੀ ਜਿਹੜੀ ਦੇਣੀ ਹੈ, ਇਹ 'ਚ ਤੰਗੀ ਨਹੀਂ ਘਟਾਉਣੀ ਕਿਸੇ ਨੂੰ। ਕਰੋਨਾ ਦਾ ਪੂਰਾ ਜਿਹੜਾ ਖਿਆਲ ਰੱਖਿਆ ਜਾਵੇ, ਕਰੋਨਾ ਦੇ ਲਈ ਜਿਹੜੀਆਂ ਵੀ ਗਾਈਡਲਾਈਨਸ ਨੇ ਉਹ ਰੱਖੀਆਂ ਜਾਣ, ਗੱਡੀਆਂ 'ਚੋਂ ਨਾ ਨਿਕਲਿਆ ਜਾਵੇ, ਗੱਡੀ ਜਿਵੇਂ ਕਿਹਾ ਵੀ ਘਰ ਦੇ ਹੀ ਮੈਂਬਰ ਹੋਣ, ਹੁੱਲੜਬਾਜ਼ੀ ਅਤੇ ਖੱਪ ਖਾਨੇ ਦਾ ਖਾਸ ਖਿਆਲ ਰੱਖਣਾ। ਪਲੀਜ਼, ਇਹ ਹੁੱਲੜਬਾਜ਼ੀ ਵਾਲਾ ਸਮਾਂ ਨਹੀਂ ਹੈ।
ਹੁੱਲੜਬਾਜ਼ੀ ਕੋਈ ਵੀ ਕਿਸੇ ਕਿਸਮ ਦੀ ਗੱਡੀਆਂ 'ਚੋਂ ਬਾਹਰ ਨਿਕਲਣਾ, ਸਨਰੂਫ 'ਚੋਂ ਬਾਹਰ ਨਿਕਲਣਾ, ਬਾਹਰ ਲਮਕਣਾ, ਆਵਾਜ਼ਾਂ ਕਰਨੀਆਂ, ਰੇਸਾਂ ਦੇਣੀਆਂ, ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪਲੀਜ਼। ਇਹ ਆਪਾਂ ਕੋਈ ਜਿਹੜੀ ਗੇਮ ਜਿੱਤਣ ਵਾਲੀ ਇਹ ਰੈਲੀ ਨਹੀਂ ਹੈ। ਜੇ ਕੋਈ ਗਲਤ ਹੁੰਦਾ ਨਿਕਲ ਕੇ ਗੱਡੀ ਦੇ ਵਿੱਚੋਂ ਜਾਂ ਸਮਝਾ ਕੇ ਦੂਜੇ ਨੂੰ ਟੋਕੋ ਬਈ ਇਹ ਨਹੀਂ ਠੀਕ ਹੈ ਯਾਰ। ਇਹ ਰੈਲੀ ਜਿਹੜੀ ਹੈ ਇਹ ਇੰਨੀ ਵਧੀਆ ਹੋਵੇ ਕਿ ਤੁਹਾਨੂੰ ਕੋਈ ਟਾਰਗੇਟ ਨਾ ਕਰ ਸਕੇ, ਪਹਿਲੀ ਗੱਲ। ਨੰਬਰ ਦੋ, ਤੁਹਾਡਾ ਸੁਨੇਹਾ ਇੰਨਾ ਵਧੀਆ ਜਾਵੇ ਕੋਈ ਕੱਲ੍ਹ ਨੂੰ ਇਉਂ ਨਾ ਤੁਹਾਨੂੰ ਕਹੇ ਕਿ ਇਹ ਕੀ ਕਰਨੀ ਸੀ ਇੱਥੇ, ਤੁਸੀਂ ਕਿਉਂ ਕਰਦੇ ਹੋ। ਸੋ ਇਹ ਕੁਛ ਬੇਨਤੀਆਂ ਨੇ ਜਿਹੜੀਆਂ ਰੈਲੀ ਦੀਆਂ। ਅੱਜ 12 ਵਜੇ ਤੁਸੀਂ 72 'ਤੇ ਸਕੋਟ 'ਤੇ ਸਟ੍ਰਾਬਰੀ ਹਿੱਲ ਦੇ ਉੱਥੇ ਪਾਰਕਿੰਗ, ਖਾਸ ਖਿਆਲ ਰੱਖ ਕੇ ਕਿਸੇ ਨੂੰ ਟ੍ਰੈਫਿਕ 'ਚ ਤੰਗੀ ਨਾ ਹੋਵੇ, ਕਾਨੂੰਨ ਦਾ ਪੂਰਾ ਖਿਆਲ ਰੱਖਣਾ, ਹੁੱਲੜਬਾਜ਼ੀ ਨਹੀਂ ਕਰਨੀ ਅਤੇ ਟਾਰਗੇਟ ਤੋਂ ਬਾਹਰ ਨਹੀਂ ਜਾਣਾ। ਜਿਹੜੀ ਗੱਲ ਕਿਸਾਨਾਂ ਦੀ ਆ, ਜਿਹੜੇ ਸੰਘਰਸ਼ ਦੀ ਗੱਲ ਆ, ਉਹਦੇ 'ਤੇ ਕੇਂਦਰਿਤ ਰਹੇ, ਉਹੀ ਤੁਹਾਡੇ ਸਾਈਨ ਹੋਣ, ਉਹੀ ਤੁਹਾਡੇ ਨਿਸ਼ਾਨ ਹੋਣ, ਚਿੰਨ ਹੋਣ। ਇਹ ਜ਼ਰੂਰ ਖਾਸ ਦੇਖਿਓ, ਵਿਰੋਧੀਆਂ ਨੂੰ ਜੇ ਸਮਾਂ ਦਿਓਗੇ ਉਹ ਪਹਿਲਾਂ ਤਿਆਰ ਬੈਠੇ ਆ, ਉਹ ਹੁਣ ਨਹੀਂ ਟਿਕਣ ਦਿੰਦੇ। ਜੇ ਤੁਸੀਂ ਉਹਨਾਂ ਦੇ ਹੱਥ ਦੇ ਵਿੱਚ ਸ਼ਮਕ ਫੜਾਓਗੇ ਅਗਲੇ ਮਾਰਨਗੇ। ਫਿਰ ਇਹ ਖਾਸ ਖਿਆਲ ਰੱਖਣ ਦੀ ਲੋੜ ਹੈ। ਸਰ ਰਿਸ਼ਪਾਲ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ, ਸਿਹਤਯਾਬ ਹੋ ਕੇ ਵਾਪਸ ਆਏ ਆ, ਆਪਣੇ ਪ੍ਰੋਗਰਾਮ ਸ਼ੁਰੂ ਕਰਤਾ, ਬਹੁਤ ਵਧੀਆ ਗੱਲ ਆ। ਧੰਨਵਾਦ ਜੀ, ਬਹੁਤ ਬਹੁਤ। ਤੇ ਦੂਸਰੀ ਗੱਲ, ਜਿਹੜਾ ਭਾਰਤ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਆ ਭਾਰਤ ਪੱਧਰ ਤੇ, ਹੁਣ ਪੰਜਾਬ ਤੇ ਹਰਿਆਣਾ ਪੱਧਰ ਤੇ ਨਹੀਂ, ਭਾਰਤ ਪੱਧਰ ਤੇ ਚੱਲ ਪਿਆ ਆ। ਉਹ ਬੜਾ ਹੀ ਡਿਸਿਪਲਨ ਤੇ ਬਹੁਤ ਵਧੀਆ ਤਰੀਕੇ ਨਾਲ ਸਟੈਪ ਸਟੈਪ ਅੱਗੇ ਵੱਧ ਰਿਹਾ ਤੇ ਇਤਿਹਾਸ ਦੇ ਵਿੱਚ ਸੰਘਰਸ਼ ਦੀਆਂ ਲੋਕ ਮਿਸਾਲਾਂ ਲਿਆ ਕਰਨਗੇ। ਤੇ ਉਮੀਦ ਆ ਭਈ ਉਹ ਇਸੇ ਤਰ੍ਹਾਂ ਚੱਲੂਗਾ ਤੇ ਬਹੁਤ ਜਲਦੀ ਉਹ ਜਿੱਤ ਪ੍ਰਾਪਤ ਕਰੂਗਾ। ਤੇ ਦੂਸਰੀ, ਉਹਦੀ ਪਿੱਠ ਤੇ ਉਹਦੀ ਸਪੋਰਟ ਤੇ ਸਾਰੀ ਦੁਨੀਆਂ ਆ ਚੁੱਕੀ ਆ। ਜਿਹੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਆ ਇਸ ਵੇਲੇ ਅਲੰਬਰਦਾਰ ਕਨੇਡਾ ਸਾਡਾ ਦੇਸ਼ ਆ, ਇਹਦੀ ਪਾਰਲੀਮੈਂਟ ਵਿੱਚ ਵੀ ਗੂੰਜ ਪੈ ਗਈ, ਇਹਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ, ਬਹੁਤ ਵਧੀਆ ਗੱਲ ਆ। ਤੇ ਦੂਸਰੀ ਗੱਲ ਆ, ਦੇਖੋ ਭਾਈ ਗੁਰਦਾਸ ਜੀ ਨੇ ਇੱਕ ਅਕਿਰਤ ਘੜਾ ਬਾਰੇ ਵਾਰ ਲਿਖੀ ਆ, ਉਹ ਸਰੋਤਿਆਂ ਨੂੰ ਪਤਾ ਹੀ ਆ, ਉਹਦੇ ਬਾਰੇ ਮੈਂ ਬਹੁਤਾ ਕਹਿਣਾ ਨਹੀਂ ਚਾਹੁੰਦਾ। ਅਕਿਰਤ ਘਣ ਦੁਨੀਆਂ ਤੇ ਸਭ ਨੂੰ ਬੁਰਾ ਹੁੰਦਾ ਆ। ਪੰਜਾਬ ਦੇ 3 ਪੁੱਤ ਇੱਕ ਕਿਸਾਨ ਸੰਘਰਸ਼ ਦੇ ਵਿੱਚ ਅਕਿਰਤ ਘਣ ਸਾਬਤ ਹੋਏ ਆ। ਸਭ ਤੋਂ ਪਹਿਲਾਂ ਤਾਂ ਫਿਲਮੀ ਅਦਾਕਾਰ ਸੀ ਸਨੀ ਦਿਓਲ, ਉਹਨੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਕਿਰਤ ਘਣਤਾ ਕੀਤੀ ਆ। ਜੇ ਸੀ ਆਪਣੇ ਗੁਰਦਾਸ ਮਾਨ ਸਾਹਿਬ, ਦੇਖੋ ਇਹਨੇ ਆਪ ਹੀ ਗਾਣਾ ਗਾਇਆ ਵੀ ਜਿਸ ਦੇਸ਼ ਦਾ ਖਾਈਏ ਉਹ ਦੇਸ਼ ਦਾ ਬੁਰਾ ਭਲਾ ਬੁਰਾ ਨਹੀਂ ਮੰਗੀਦਾ ਹੁੰਦਾ, ਲੱਭਿਆ ਵੀ ਨਹੀਂ ਕਿਤੇ। ਕਿਸਾਨਾਂ ਦਾ ਖਾ ਕੇ ਰੋਟੀ ਪਾਣੀ ਤੇ ਅੱਜ ਉਹ ਕੀ ਉਹਦਾ ਕਿਰਦਾਰ ਕੀ ਆ। ਤੇ ਦੂਜਾ ਤੀਜਾ ਪੰਜਾਬ ਦਾ ਪੁੱਤ ਸੀ ਹੰਸਰਾਜ ਹੰਸ, ਉਹਨੇ ਉਹਨੂੰ ਪੰਜਾਬ ਦੇ ਉਹਨੂੰ ਅੱਖਾਂ ਤੇ ਬਿਠਾਇਆ ਸੀ, ਜੇ ਉਹ ਪੰਜਾਬ ਨਾਲ ਅੱਖਾਂ ਵਢਾਉਂਦਾ ਤਾਂ ਦਿੱਲੀ ਜਾ ਕੇ ਉਹ ਸੀਟ ਨਾ ਜਿੱਤਦਾ। ਉਹ ਵੀ ਅੱਜ ਮਤਲਬ ਕਿਸਾਨਾਂ ਮਜ਼ਦੂਰਾਂ ਦੇ ਵਿਰੁੱਧ ਆ। ਸੋ ਕਿਰਤ ਘਣਤਾ ਨੂੰ ਛੱਡੋ, ਜਿਹਦਾ ਖਾਨੇ ਆ ਉਹਦੇ ਗੁਣ ਗਾਓ ਤੇ ਕਿਸਾਨ ਸੰਘਰਸ਼ ਨੂੰ ਸਿਰੇ ਪਚਾਓ ਤੇ ਉਹਦੇ ਲਈ ਅਰਦਾਸਾਂ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਰ ਜੀ ਬਹੁਤ ਵਧੀਆ ਜਾਣਕਾਰੀ ਦੇ ਗਏ ਹੋ, ਬਹੁਤ ਵਧੀਆ ਸਮਝਾ ਕੇ ਵੀ ਗਏ। ਸਰ ਦਲਜੀਤ ਸਿੰਘ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਤੁਸੀਂ ਬਹੁਤ ਆ ਜਿਹੜਾ ਵਿਸਤਾਰ ਦੇ ਵਿੱਚ ਰੈਲੀ ਬਾਰੇ ਹੈ ਨਾ ਬਹੁਤ ਵਧੀਆ ਦੱਸਿਆ ਆ, ਔਰ ਜਿਹੜੇ ਵੀ ਇਹਦੇ ਆਰਗੇਨਾਈਜ਼ਰ ਨੇ ਨੌਜਵਾਨ ਜਾਂ ਜਿਹੜੇ ਵੀ ਨੇ ਉਹਨਾਂ ਨੂੰ ਇਹ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਜੀ, ਕਿਉਂਕਿ ਸਾਡੇ ਸ਼ਹਿਰ ਵੀ ਕੱਲ ਰੈਲੀ ਹੋਈ ਸੀ, 2-2.5 ਕਿਲੋਮੀਟਰ ਦੀ ਰੈਲੀ ਸੀਗੀ ਇਹ, ਪਾਰਲੀਮੈਂਟ ਬਿਲਡਿੰਗ ਤੱਕ ਗਈ ਸੀਗੀ। ਔਰ ਇਹਦੇ ਵਿੱਚ ਦੇਖੋ ਹਰ ਵਰਗ ਦੇ, ਚਾਹੇ ਇੰਟਰਨੈਸ਼ਨਲ ਸਟੂਡੈਂਟ ਸਨ, ਚਾਹੇ ਉਹ ਆਪਣੇ ਬਜ਼ੁਰਗ ਸਨ, ਇੱਥੋਂ ਦੇ ਬੋਰਨ ਬੱਚੇ ਸਨ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਅੱਛੇ ਕਿਸਾਨਾਂ ਦੇ ਸਲੋਗਨ ਗੱਡੀਆਂ ਦੇ ਉੱਤੇ ਲਾ ਕੇ, ਔਰ ਆਪਣੀ ਆਪਣੀ ਕਾਰ ਦੇ ਵਿੱਚ ਬਹਿ ਕੇ, ਔਰ ਜਾਬਤੇ ਦਾ ਇੰਨਾ ਕੁ ਖਿਆਲ ਸੀਗਾ ਕਿ ਇੱਕ ਲੈਨ ਦੇ ਵਿੱਚ ਗੱਡੀਆਂ ਗਈਆਂ ਤੇ ਟਾਊਨ ਤੱਕ 2-2.5 ਕਿਲੋਮੀਟਰ ਇੱਕੋ ਹੀ ਲੈਨ ਦੇ ਵਿੱਚ ਗਈਆਂ ਗੱਡੀਆਂ, ਉਹ ਕਿਸੇ ਨੇ ਕੱਟ ਵੱਟ ਨਹੀਂ ਗੱਡੀਆਂ ਦੀ ਕੀਤੀ ਤਾਂ ਕਿ ਜਿਹੜੀ ਦੂਜੀ ਟ੍ਰੈਫਿਕ ਆ ਉਹਨੂੰ ਡਿਸਟਰਬੈਂਸ ਨਾ ਹੋਵੇ। ਤੁਸੀਂ ਸਾਡੇ ਵੀ, ਮੈਂ ਤੁਹਾਡੇ ਵੀ ਇਹ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਜਾਂ ਪ੍ਰਬੰਧਕਾਂ ਨੂੰ
ਕਿ ਜੇ ਤੁਸੀਂ ਇੱਕ ਲਾਈਨ ਦੇ ਵਿੱਚ ਜਾ ਰਹੇ ਹਾਂ ਨਾ, ਉਸੇ ਲਾਈਨ ਦੇ ਵਿੱਚ ਹੀ ਜਾਓ। ਕੋਈ ਗੱਲ ਨੀ, ਆਪਾਂ ਅੱਗੇ ਅੱਗੇ ਜਾ ਕੇ ਇੱਕ ਦੂਜੇ ਤੋਂ ਅੱਗੇ ਜਾ ਕੇ ਭੱਜਣ ਦੀ ਕੋਸ਼ਿਸ਼ ਨੀ ਕਰਨੀ। ਔਰ ਇਹਦੇ ਵਿੱਚ ਜਿਹੜੇ ਤੁਹਾਡੇ ਪ੍ਰਬੰਧਕਾਂ ਨੇ ਤੁਹਾਨੂੰ ਕਿਸਾਨ ਰੈਲੀ ਨੂੰ ਸਮਰਪਿਤ ਆ, ਤੇ ਕਿਸਾਨ ਰੈਲੀ ਦੇ ਹੀ ਇਹਦੇ ਵਿੱਚ ਜੋ ਵੀ ਗੱਲਬਾਤ ਆ ਹੋਣੀ ਚਾਹੀਦੀ, ਔਰ ਜੋ ਵੀ ਤੁਹਾਡੇ ਫਲੈਗ ਲੱਗੇ ਹੋਣ ਉਹ ਕਿਸਾਨ ਰੈਲੀ ਦੇ ਨਾਲ ਹੀ ਲੱਗੇ ਹੋਣ, ਜਿੱਦਾਂ ਤੁਸੀਂ ਦੱਸਿਆ ਆ ਕਿ ਇੱਕ ਵੀ ਬੰਦੇ ਦੀ ਗਲਤੀ ਆ ਜਿਹੜੀ ਹੈ ਨਾ ਉਹ ਹਾਈਲਾਈਟ ਹੋ ਜਾਣੀ ਆ, ਉਹਦੇ ਨਾਲ ਸਾਰਿਆਂ ਦੇ ਉੱਤੇ ਉਹਦਾ ਬੁਰਾ ਪ੍ਰਭਾਵ ਪੈਣਾ। ਜਿਵੇਂ ਕਿ ਆਪਣੇ ਜਿਹੜੀ ਇੰਡੀਆ ਦੇ ਵਿੱਚ ਕਿਸਾਨ ਰੈਲੀ ਚੱਲ ਰਹੀ ਆ, ਉਹਦੇ ਵਿੱਚ ਵੀ ਦੇਖੋ ਕੋਈ ਇੱਕ ਵਿਅਕਤੀ ਕੁਛ ਗਲਤ ਬੋਲ ਦਿੰਦਾ ਤੇ ਜਿਹੜਾ ਮੀਡੀਆ ਆ ਜਾਂ ਜਿਹਨੂੰ ਤੁਸੀਂ ਗੋਦੀ ਮੀਡੀਆ ਕਹਿੰਦੇ ਆ, ਉਹ ਉਹਨੂੰ ਉਹਦਾ ਉਹਦਾ ਮਤਲਬ ਇੰਨਾ ਜ਼ਿਆਦਾ ਉਹਨੂੰ ਉਭਾਰ ਦਿੰਦਾ ਆ, ਜਿਹੜੀਆਂ ਦੂਜੀਆਂ ਗੱਲਾਂ ਆ ਉਹ ਥੱਲੇ ਦੱਬੀਆਂ ਜਾਂਦੀਆਂ। ਸੋ ਇਹਨਾਂ ਗੱਲਾਂ ਦਾ ਸਾਡੇ ਸਾਰੇ ਵੀਰਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ, ਬਹੁਤ ਹੀ ਵਧੀਆ ਤਰੀਕੇ ਦੀ ਮਿਸਾਲ ਦੇਣੀ ਚਾਹੀਦੀ ਆ, ਔਰ ਜਾਬਤੇ ਦੇ ਵਿੱਚ ਰਹਿਣਾ ਚਾਹੀਦਾ, ਮਾਸਕ ਬਕਾਇਦਾ ਪਾਉਣੇ ਚਾਹੀਦੇ ਆ, ਸੈਨੇਟਾਈਜ਼ਰ ਵਗੈਰਾ ਆਪਣਾ ਲੈ ਕੇ ਜਾਣਾ ਚਾਹੀਦਾ, ਤੇ ਜਿਹੜੇ ਨਿਸ਼ਾਨ ਵਗੈਰਾ ਲਾਉਣੇ ਆ ਗੱਡੀਆਂ ਦੇ ਉੱਤੇ ਉਹ ਕਿਸਾਨ ਰੈਲੀ ਨੂੰ ਸਮਰਪਿਤ ਹੀ ਲਾਓ। ਧੰਨਵਾਦ ਜੀ ਸਰਦਲਜੀਤ ਸਿੰਘ ਵਿਕਟੋਰੀਆ ਤੋਂ। ਸੁਨੀਲ ਜੀ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਅੱਛਾ, ਵੈਸੇ ਤਾਂ ਜਿਹੜੇ ਮੁੰਡੇ ਕੱਢ ਰਹੇ ਫਿਰ ਰਾਤੀ ਇੱਥੇ ਉਹ ਮੁਜ਼ਾਹਰਾ ਵੀ ਕਰ ਰਹੇ ਸੀਗੇ 172 ਤੇ, ਮੇਰਾ ਖਿਆਲ ਆ ਵੀ ਉਹਨਾਂ ਤੱਕ ਇਹ ਮੈਸੇਜ ਪਹੁੰਚ ਗਿਆ, ਪਰ ਕੁਐਸਚਨ ਫਿਰ ਵੀ ਆਪਣੇ ਬੱਚੇ ਨੇ ਕਈ ਵਾਰੀ ਗਲਤੀ ਕਰ ਜਾਂਦੇ ਨੇ, ਉਹ ਦੱਸਣਾ ਫਰਜ਼ ਆ, ਉਹ ਕੋਸ਼ਿਸ਼ ਕੀਤੀ ਗਈ ਆ ਉਹਨਾਂ ਨੂੰ ਕਮਿਊਨੀਕੇਟ ਕਰਨ ਦੀ ਇਹਨਾਂ ਗੱਲਾਂ ਦੀ ਕੱਲ, ਤੇ ਬਾਕੀ ਇਹ ਆ ਕਿ ਦੇਖੋ ਆਪਾਂ ਨਾ ਕਈ ਵਾਰੀ ਆਈਡਲਿਜ਼ਮ ਜੇ ਚ ਰਹਿੰਦੇ ਆ, ਉਹ ਬੱਚੇ ਆ ਜਿਹੜੇ ਵੀ ਮੇਰੇ ਵੀਰ ਭੈਣ ਆ, ਉਹ ਸਗੋਂ ਜਾ ਕੇ ਜੇ 12 ਵਜੇ ਜਾ ਸਕਦੇ ਸਟ੍ਰਾਬਰੀ ਹਿੱਲ ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਗੱਲ ਦੱਸਣ ਦੀ ਕੋਸ਼ਿਸ਼ ਕਰਨ ਜੇ ਕਰ ਸਕਦੇ ਆ, ਤੇ ਇੱਕ ਨੋਟ ਵੀ ਦਿੱਤਾ ਜਾ ਸਕਦਾ ਬਣਾ ਕੇ, ਪਲੱਸ ਇੱਕ ਗੱਲ ਦੀ ਜ਼ਰੂਰਤ ਹੈਗੀ ਜਿਹੜੀ ਮੈਂ ਸਮਝਦਾ, ਕੋਸ਼ਿਸ਼ ਵੀ ਕਰਾਂਗੇ ਕਿ ਕੋਈ ਉਹਨਾਂ ਕੋਲ ਇਹੋ ਜਿਹਾ ਲਿਟਰੇਚਰ ਹੋਵੇ ਜਿਹੜੇ ਕਿ ਡਾਊਨ ਟਾਊਨ ਦੇ ਵਿੱਚ ਜਦੋਂ ਤੁਸੀਂ ਮੁਜ਼ਾਹਰਾ ਕਰ ਦੋ ਉੱਥੇ ਪੁੱਛਦੇ ਆ ਜਿਹੜੇ ਬੰਦੇ ਆਪਣੀ ਬੈਕਗਰਾਉਂਡ ਦੇ ਨਹੀਂ, ਬਈ ਇਹ ਗੱਲ ਕੀ ਆ ਵੀ ਕਿਉਂ ਨਿਕਲ ਰਿਹਾ, ਠੀਕ ਆ, ਉਹਦਾ ਕੋਈ ਛੋਟਾ ਜਿਹਾ ਲਿਟਰੇਚਰ ਜਿਹੜਾ ਉਹ ਵੰਡਣ ਵਾਸਤੇ ਜਿਹੜੇ ਅੱਜ ਤੋਂ ਬਾਅਦ ਕਰਨੀ ਹੈ। ਪਰ ਮੈਂ ਇੱਥੇ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਮੈਂ ਉਹਦੇ 'ਤੇ ਆਉਣਾ ਜੀ। ਦੇਖੋ ਕੱਲ 3 ਤਰੀਕ ਆ, 3 ਤਰੀਕ ਫਿਰ ਇੱਕ ਮੀਟਿੰਗ ਕੱਲ ਸੱਦੀ ਗਈ ਹੋਈ ਆ, ਮੇਰਾ ਆਪਣਾ ਆਈਡੀਆ, ਬਾਕੀ ਜਿਹੜੇ ਵੀ ਵੀਰ ਭੈਣ ਸੁਣਨ ਵਾਲੇ ਆ ਉਹ ਆਪਣਾ ਵਿਚਾਰ ਲੈਣ ਕਿੱਦਾਂ ਕਰਨੀ ਆ ਉਹ ਵੀ ਵਿਚਾਰ ਲੈਣ, ਕਿਵੇਂ ਨਹੀਂ ਕਰਨੀ ਉਹ ਵੀ ਵਿਚਾਰ ਲੈਣ। ਮੇਰਾ ਇੱਕ ਆਈਡੀਆ ਕਿ ਜੇ ਕੱਲ ਫੈਸਲਾ ਨਹੀਂ ਹੁੰਦਾ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਪ੍ਰੈਸ਼ਰ ਬਣਾਉਣ ਵਾਸਤੇ, 10 ਤਰੀਕ ਆ ਰਹੀ ਆ, 10 ਦਸੰਬਰ ਜਿਹੜੀ ਆ ਵਰਲਡ ਓਵਰ UNO ਵੱਲੋਂ ਹਿਊਮਨ ਰਾਈਟਸ ਡੇ ਮਨਾਇਆ ਜਾਂਦਾ, ਕਿਉਂ ਨਾ ਅਜਿਹੀ ਕਾਲ ਦਿੱਤੀ ਜਾਵੇ ਕਿ ਜਿੱਥੇ ਜਿੱਥੇ ਵੀ ਪੰਜਾਬੀ ਸਿੱਖ ਜਾਂ ਫਾਰਮਰ ਹਿਤੇਸ਼ੀ ਵੱਸਦੇ ਨੇ ਭਾਰਤ ਤੋਂ ਬਾਹਰ ਜਾਂ ਭਾਰਤ ਦੇ ਅੰਦਰ, ਉਦਣ ਮੁਜ਼ਾਹਰਾ ਕੀਤਾ ਜਾਵੇ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੀ ਮਸਲਾ ਆ। ਜੀ ਜੀ ਜੀ। ਸੋ ਜੇ ਇਸ ਤਰੀਕੇ ਦੇ ਨਾਲ ਜੇ ਕੋਈ ਬੇਸਿੱਟਾ ਰਹਿੰਦੀ ਆ ਮੀਟਿੰਗ, ਤਾਂ ਏਦਾਂ ਦਾ ਕੋਈ ਪ੍ਰੋਗਰਾਮ ਹੋਵੇ 5-7 ਦਿਨ ਤੁਹਾਨੂੰ ਲੱਗ ਜਾਂਦੇ ਆ ਕਿਸੇ ਨਾ ਕਿਸੇ ਚੀਜ਼ ਨੂੰ ਆਰਗਨਾਈਜ਼ ਕਰਨ ਨੂੰ। ਜੀ। ਤਾਂ ਏਦਾਂ ਦਾ ਜੇ ਕੋਈ ਸੰਗਠਿਤ ਪ੍ਰੋਗਰਾਮ ਬਾਹਰਲੇ ਮੁਲਕਾਂ 'ਚ ਚੱਲੇ, ਸਾਰੇ ਮੁਲਕਾਂ 'ਚ ਜਿੱਥੇ ਵੀ ਗੌਰਮੈਂਟ ਦੇ ਆਫਿਸ ਹੈਗੇ ਨੇ, ਕੌਂਸੂਲੇਟਸ ਨੇ, ਦੇਖੋ ਕੌਂਸੂਲੇਟ ਦੇ ਵਿੱਚ ਜਿਹੜੇ ਇੰਪਲਾਈ ਆ ਉਹ ਤਾਂ ਗੌਰਮੈਂਟ ਦੇ ਇੰਪਲਾਈ ਆ, ਉਹਨਾਂ ਨਾਲ ਆਪਣਾ ਕੋਈ ਗੁੱਸਾ ਗਿਲਾ ਨਹੀਂ ਹੈਗਾ, ਦੇ ਆਰ ਇੰਪਲਾਈਜ਼। ਪਰ ਜਿਹੜੇ ਉਹਨਾਂ ਦੇ ਅਦਾਰਿਆਂ ਦੇ ਅੱਗੇ ਪ੍ਰੋਟੈਸਟ ਕਰਨਾ ਉਹਨੂੰ ਨੀ ਕੋਈ ਰੋਕ ਸਕਦਾ। ਦੇਖੋ ਏਦਾਂ ਦੇ ਵੀਰ ਭੈਣ ਸੋਚਣ ਤੇ ਪੀਸਫੁਲ ਤੇ ਡਿਸਿਪਲਿਨ ਤਰੀਕੇ ਦੇ ਨਾਲ, ਜੇਕਰ ਉਸ ਹਿਊਮਨ ਰਾਈਟਸ ਡੇ ਦੇ ਉੱਤੇ ਕੋਈ ਏਦਾਂ ਦੀ ਜਾਂ ਅੱਗੇ ਇੱਕ ਅੱਧਾ ਦਿਨ ਅੱਗੇ ਪਿੱਛੇ ਕਰਕੇ ਕਰਨਾ ਚਾਹੁੰਦੇ ਆ, ਤਾਂ ਮੇਰੇ ਖਿਆਲ ਨਾਲ ਉਹ ਇੱਕ ਆਪਾਂ ਪ੍ਰੈਸ਼ਰ ਕ੍ਰੀਏਟ ਕਰ ਸਕਦੇ। ਆਪਾਂ ਬਾਹਰ ਬੈਠੇ ਹੋਰ ਕੁਛ ਨਹੀਂ ਕਰ ਸਕਦੇ, ਸਰਕਾਰ ਤੇ ਪ੍ਰੈਸ਼ਰ ਕ੍ਰੀਏਟ ਕਰ ਸਕਦੇ ਹਾਂ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਤੇ ਮੰਨਣ। ਠੀਕ ਹੈ ਜੀ, ਇਹੀ ਵਿਚਾਰ ਸੀ। ਧੰਨਵਾਦ ਜੀ। ਪਰਿੰਦਰਪਾਲ ਸਿੰਘ ਜੀ, ਥੋੜ੍ਹਾ ਹੀ ਸਮਾਂ ਮੇਰੇ ਕੋਲ, ਸੋਰੀ ਤੁਹਾਡੀ ਵੀ ਲਾਈਨ ਕੱਟੀ ਗਈ। ਚਲੋ ਖਬਰਾਂ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਜੀ। ਹੁਣ ਸਰਦਾਰ ਸੁਰਜਨ ਸਿੰਘ ਜੀ, ਤੁਸੀਂ ਏਅਰ ਤੇ ਹੋ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਰਦਾਰ ਸੁਰਜਨ ਸਿੰਘ ਜੀ, ਤੁਸੀਂ ਏਅਰ ਤੇ ਹੋ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਅਕਾਲ ਪੁਰਖ ਦਾ ਧੰਨਵਾਦ ਤੁਹਾਡੀ ਸਿਹਤ ਜਾਬੀ ਲਈ। ਧੰਨਵਾਦ ਬਹੁਤ ਬਹੁਤ ਜੀ। ਮੇਰਾ ਖਿਆਲ ਹੈ ਤੁਹਾਡੀ ਯਾਦ ਤਖਤੀ ਤੇ ਕਿਤੇ ਨਾਮ ਮੇਰਾ ਸ਼ਾਇਦ ਪਹਿਲਾਂ ਹੋਵੇ, ਕਈ ਸਾਲ ਪਹਿਲਾਂ। ਬਿਲਕੁਲ ਹੈ ਜੀ। ਹੈਗਾ ਜੀ? ਬਿਲਕੁਲ, ਸੰਤੋਖ ਸਿੰਘ ਗਿੱਲ ਦੇ ਰੇਡੀਓ ਤੇ। ਹਾਂਜੀ 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 ਹਾਂਜੀ। ਮੈਂ ਇਹੋ ਬੇਨਤੀ ਕਰਨੀ ਸੀ ਕਿ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੁਨੇਹਾ ਪਹੁੰਚਦਾ ਹੋ ਜਾਵੇ,
ਕਿ ਅਸੀਂ ਨਾ ਤਾਂ ਸਿੱਖ ਮੂਵਮੈਂਟ ਤੇ ਨਾ ਹੀ ਪੰਜਾਬੀ ਕਿਸਾਨਾਂ ਦੀ ਮੂਵਮੈਂਟ, ਇਹ ਹੈਗੇ ਭਾਰਤੀ ਕਿਸਾਨ ਯੂਨੀਅਨ ਜੀ, ਇਹ ਰਹਿਣੀ ਚਾਹੀਦੀ ਆ। ਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਕਿਸਾਨ ਮਾਰੂ ਲਾ ਪਾਸ ਕੀਤੇ ਆ ਉਹਨਾਂ ਨੂੰ ਕਾਉਂਸਲ ਕਰਨ ਤੋਂ ਬਾਅਦ ਇੱਕ ਸਵਾਮੀ ਨੇਤਨ ਦੀ ਜਿਹੜੀ ਆ ਰਿਪੋਰਟ ਉਹ ਲਾਗੂ ਕਰਨੀ ਚਾਹੀਦੀ ਆ, ਤਾਂ ਕਿ ਸਾਰੇ ਸਾਰੇ ਕਿਸਾਨਾਂ ਦਾ ਇਸ ਕਰਕੇ ਆਧਾਰ ਹੋਊਗਾ। ਜੇ ਅਸੀਂ ਇਹ ਲਾ ਜਿਹੜੇ ਹੁਣੇ ਵਾਪਸ ਕਰਾ ਕੇ ਤੇ ਵਾਪਸ ਆ ਗਏ ਤੇ ਇਹ ਐਡਾ ਵੱਡਾ ਕੰਮ ਮੁੜ ਕੇ ਇਤਿਹਾਸ ਦੇ ਵਿੱਚ ਹੋਣਾ ਬੜਾ ਕਠਿਨ ਆ ਜੀ ਜੀ। ਤੇ ਇਹ ਸਾਰੇ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਸੁਨੇਹਾ ਦੇਣਾ ਚਾਹੁੰਦਾ ਉੱਥੇ ਦੀਆਂ ਕਾਰਕੁਨ ਸੰਸਥਾਵਾਂ ਨੂੰ ਜੀ, ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ, ਵੀ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਵੀ ਇਕੱਲੇ ਇਹ ਤਿੰਨ ਕਾਨੂੰਨ ਵਾਪਸ ਕਰਾ ਕੇ ਮੁੜਨ ਦੀ ਲੋੜ ਨਹੀਂ, ਹੁਣ ਥੋੜ੍ਹਾ ਜਿਹਾ ਹੋਰ ਹੰਬੜਾ ਮਾਨ ਤੇ ਬਾਕੀ ਜਿਹੜੇ ਕਲਾਕਾਰ ਤੇ ਹੋਰ ਸਾਰੀਆਂ ਸੰਸਥਾਵਾਂ ਦੇ ਲੋਕਾਂ ਨੇ ਸਮਰਥਨ ਦਿੱਤਾ ਹੈ ਉਹ ਸਭ ਧੰਤਾ ਦੇ ਯੋਗ ਹਨ। ਤੇ ਇਹਦੇ ਵਿੱਚ ਇਕੱਲੇ ਕਿਸਾਨ ਨਹੀਂ ਹੈ, ਕਿਸਾਨ ਮਜ਼ਦੂਰ ਜੋ ਵੀ ਤੁਸੀਂ ਆਪਣੇ ਮੰਡੀਆਂ ਦੇ ਵਿੱਚ ਹਿਸਾਬ ਲਾ ਕੇ ਦੇਖੋਗੇ ਇੱਕ ਆੜਤੀਆ ਦੇ ਕੋਲ ਕਿੰਨੇ ਕਿੰਨੇ ਬੰਦੇ ਕੰਮ ਕਰਦੇ ਆ, ਸਾਰੇ ਬੇਰੁਜ਼ਗਾਰ ਹੁੰਦੇ ਇਹਨਾਂ ਕਾਨੂੰਨਾਂ ਦੇ ਨਾਲ, ਤਾਂ ਉਹ ਜਿਹੜੇ ਜ਼ਿਮੀਦਾਰਾਂ ਨੂੰ, ਜ਼ਿਮੀਦਾਰ ਨਹੀਂ ਕਿਸਾਨ, ਕਿਸਾਨਾਂ ਨੂੰ ਤਾਂ ਬੇਜ਼ਮੀਨੇ ਪੇ ਘਰੇ ਕਰਨਾ ਹੀ ਆ, ਤੇ ਉਹ ਜਿਹੜੇ ਹਜ਼ਾਰਾਂ ਲੱਖਾਂ ਮਜ਼ਦੂਰ ਤੇ ਉਹਨਾਂ ਦਾ ਕੀ ਬਣੂਗਾ, ਉਹ ਸਾਰੇ ਇੰਨੀ ਬੇਰੁਜ਼ਗਾਰੀ ਫਿਰ ਹਿੰਦੁਸਤਾਨ ਦਾ ਕੀ ਹਾਲ ਹੋਊਗਾ, ਸੋਚਣ ਵਾਲੀ ਗੱਲ ਆ। ਠੀਕ ਹੈ ਜੀ, ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ ਗਿੱਲ ਸਾਹਿਬ। ਧੰਨਵਾਦ ਜੀ ਸਰਾਰ ਜੀ, ਧੰਨਵਾਦ ਸਰਾਰ ਸੰਤੋਖ ਸਿੰਘ ਗਿੱਲ, ਉਹਨਾਂ ਨੂੰ ਯਾਦ ਕਰਾਇਆ ਸਰਾਰ ਜੀ ਨੇ, ਅਤੇ ਉਹਦੇ ਅਸੀਂ ਸਾਰੇ ਪੱਕੇ ਕੋਲਰਸ ਹਾਂ, ਮੈਂ, ਸੁਨੀਲ ਜੀ ਹੋਣੀ, ਸੁਖਦੀਪ ਸਿੰਘ ਹੋਣੀ, ਸਰਾਬ ਰਜਿੰਦਰ ਸਿੰਘ ਹੋਣੀ, ਸਾਰੇ ਅਸੀਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਜਾਂ ਟੈਕਸੀ ਚਲਾਉਂਦੇ ਐਨ ਲਾਈਨ ਬੰਨ ਕੇ, ਸਰਾਰ ਸੁਰਜਨ ਸਿੰਘ ਜੀ ਹੋਣੀ ਵੀ ਫੋਨ ਕਰਦੇ ਹੁੰਦੇ ਸੀ। ਕਮਾਲ ਹੋ ਗਈ, 15 ਵਰਿਆਂ ਬਾਅਦ 16 ਵਰਿਆਂ ਬਾਅਦ ਤੁਸੀਂ ਯਾਦ ਕਰਾਈ, ਧੰਨਵਾਦ ਸਰਾਰ ਸਾਹਿਬ, ਬਹੁਤ ਬਹੁਤ। ਰਾਜਸਥਾਨੀ ਸਾਹਿਬ ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਰ ਜੀ ਸਤਿ ਸ਼੍ਰੀ ਅਕਾਲ। ਉਹ ਸੰਤੋਖ ਸਿੰਘ ਦੀ ਆਵਾਜ਼ ਵੀ ਤੁਹਾਡੇ ਨਾਲ ਮਿਲਦੀ ਜੁਲਦੀ ਸੀ, ਗੜਕਾ ਬਹੁਤ ਸੀਗਾ ਤੁਹਾਡੇ ਵਿੱਚ ਵੀ, ਇਹ ਚੀਜ਼ ਕੋਈ ਪਰਮਾਤਮਾ ਵੱਲੋਂ ਹੀ ਹੈਗੀ ਆ, ਗੁਰੂ ਕਿਰਪਾ, ਰੇਡੀਓ ਦਾ ਤੁਸੀਂ ਥੰਬ ਹੈ ਇੱਕ ਤਰ੍ਹਾਂ ਦਾ, ਗੁਰੂ ਕਿਰਪਾ ਜੀ, ਤੇ ਮਹਾਰਾਜ ਦੀ ਕੋਈ ਮਿਹਰਬਾਨੀ ਹੋਈ ਹੈ, ਤੁਸੀਂ ਬਹੁਤ ਹੀ ਵਧੀਆ ਤੁਹਾਡੀ ਹੁੰਦਾ ਹੈਗਾ ਕਾਰੋਬਾਰ ਜੋਬ ਜਿਹੜੀ ਤੁਹਾਡੀ, ਤੇ ਮੇਰੇ ਵਿਚਾਰ ਹੈਗੇ ਆ ਵੀ ਬਜ਼ੁਰਗ ਨੇ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਸੀ ਵਾਜਪੇਈ ਪ੍ਰਧਾਨ ਮੰਤਰੀ ਦੇ ਟਾਈਮ ਤਿਆਰ ਹੋਈ ਸੀਗੀ ਜੀ ਜੀ, ਤੇ ਲਾਗੂ ਨਹੀਂ ਕੀਤੀ ਉਹਨਾਂ ਨੇ, ਬੀਜੇਪੀ ਦੀ ਸਰਕਾਰ ਸੀ ਉਦੋਂ, ਤੇ ਫਿਰ ਉਦੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ, 10 ਸਾਲ ਮਨਮੋਹਨ ਸਿੰਘ ਰਿਹਾ ਪ੍ਰਧਾਨ ਮੰਤਰੀ, ਉਹਨਾਂ ਨੇ ਨਹੀਂ ਲਾਗੂ ਕੀਤੀ, ਤੇ ਚਲੋ ਉਹਨਾਂ ਨੇ ਕੀਤੀ ਸੀ ਉਹ ਲਾਗੂ ਕਰ ਦਿੰਦੇ, ਤੇ ਇਹ ਵੈਸੇ ਤਾਂ ਕਾਂਗਰਸ ਹੋਈ ਜਾਂ ਬੀਜੇਪੀ 19-21 ਆ, ਦੋਨੇ ਪਾਰਟੀਆਂ ਬਰਾਬਰ ਦੀਆਂ ਹੀ ਹੈ, ਥੋੜਾ ਜਿਹਾ ਫਰਕ ਹੈਗਾ ਜੀ ਜੀ, ਤੇ ਅੱਜ ਵੀ ਮੰਗ ਡਿਮਾਂਡ ਜਿਹੜੀ ਸਵਾਮੀਨਾਥਨ ਦੀ, ਬਹੁਤ ਰੈਲੀਆਂ ਡਿਮਾਂਡ ਕਿਸਾਨਾਂ ਦੀ ਹੋਈ ਆ ਪਰ ਨਹੀਂ ਦਿੱਤੀ ਜਾ ਰਹੀ, ਤੇ ਇਹਦੇ ਤੇ ਗੱਲ ਸਾਹਿਬ ਵੀ ਮੈਂ ਇੱਕ ਅਪੀਲ ਕਰਦਾ ਹੈਗਾ ਵੀ ਜਿਹੜੇ ਇਹ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ, ਬਹੁਤ ਹੀ ਪਹਿਲੀ ਵਾਰੀ ਇਹ ਐਡਾ ਵੱਡਾ ਸੰਘਰਸ਼ ਇਕੱਠੇ ਹੋਏ ਕਿਸਾਨ ਭਾਰਤ ਦੇ ਸਾਰਿਆਂ ਸੂਬਿਆਂ ਦੇ, ਤੇ ਪਹਿਲਾਂ ਏਦਾਂ ਨਹੀਂ ਹੋਇਆ ਕਦੇ ਵੀ, ਤੇ ਇੱਧਰੋਂ ਪੰਜਾਬ ਵੱਲੋਂ ਵੀ ਤਗੜਾ ਹਮਲਾ ਬਚ ਰਿਹਾ, ਹਰਿਆਣਾ ਖੜ ਗਿਆ, ਤੇ ਬਹੁਤ ਹੀ ਸੰਗਠਨ ਮਜ਼ਬੂਤ ਹੋ ਗਿਆ, ਜਿੱਦਾਂ ਵੀ ਜੇ ਦਿੱਲੀ ਨੂੰ ਘੇਰਾ ਪੈ ਜਾਵੇ ਚਾਸ਼ ਫੇਰੇ, ਤੇ ਫਿਰ ਇਹਦਾ ਕੋਈ ਨਾ ਕੋਈ ਨਿਰਣਾ ਮਤਲਬ ਬਹੁਤ ਨਿਕਲ ਸਕਦਾ ਹੈਗਾ, ਪਰ ਸੰਘਰਸ਼ ਬਹੁਤ ਲੰਬਾ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਜਿੱਦੀ ਬਹੁਤ ਹੈਗਾ, ਮੈਂ ਥੋੜ੍ਹਾ ਬਹੁਤਾ ਕੰਮ ਕੀਤਾ ਉਸ ਪਾਰਟੀ ਦੇ ਵਿੱਚ, ਤੇ ਉਹ ਕਾਫੀ ਜਿੱਦੀ ਬੰਦੇ ਹੈਗੇ, ਜਿੱਦਾਂ ਵੀ ਦੋਨੇ ਜਿਹੜੇ ਅਮਿਤ ਸ਼ਾਹ ਤੇ ਜੋੜੀ ਹੈਗੀ ਦੋਹਾਂ ਦੀ, ਵਾਜਪੇਈ ਦੀ ਅਡਵਾਨੀ ਦੀ ਜੋੜੀ ਸੀ, ਅਮਿਤ ਸ਼ਾਹ ਦੀ ਤੇ ਇਹਦੀ ਬੇਦੀ ਦੀ ਜੋੜੀ ਹੈਗੀ ਆਪਣੇ ਦੀ ਮੋਦੀ ਦੀ, ਇਹ ਦੋ ਸਟਾਰ ਹੈਗੇ, ਇਹਨਾਂ ਦੇ ਦੋਨੇ ਤਾਨਾ ਸ਼ਾਹ ਹੈਗੇ, ਇਹਨਾਂ ਦੇ ਹੱਥ ਭਾਰਤ ਦੀ ਲੋੜ ਆ, ਤੀਸਰਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਥੋੜਾ ਬਹੁਤ, ਪਰ ਉਹਨੂੰ ਪਿਛਾ ਰੱਖਦੇ ਇਹ, ਰੱਖਦੇ ਹਾਂਜੀ ਹਾਂਜੀ, ਪਰ ਇਹਨਾਂ ਦੋਵਾਂ ਕੋਲ ਕਮਾਂਡ ਆ ਇਸ ਵੇਲੇ, ਤੇ ਹੁਣ ਕਮਾਂਡ ਦੇ ਦਿੱਤੀ ਹੈਗੀ ਅਮਿਤ ਸ਼ਾਹ ਨੂੰ ਇਸ ਵੇਲੇ ਕਿਸਾਨਾਂ ਦੀ ਅੰਦਰਗਤੀ,
ਤੇ ਜਿਹੜਾ ਪੰਜਾਬ ਹੈਗਾ ਪੰਜਾਬੀ ਨੂੰ ਨਾ ਬਣਾਇਆ ਜਾਵੇ ਭਾਰਤੀ ਕਿਸਾਨ ਦਾ ਦਿੱਤੀ ਜਾਵੇ ਸਾਰੀ ਗੱਲਬਾਤ ਤੇ ਜਿਹੜਾ ਪੰਜਾਬ ਦੇ ਲੀਡਰ ਹੈਗੇ ਆ ਇਹ ਪਿਆਸੇ ਹੈਗੇ ਚੰਡੀਗੜ੍ਹ ਦੀ ਕੁਰਸੀ ਦੇ ਗੁੱਸਾ ਨਾ ਕਰਿਓ ਜਿੰਨਾ ਨੁਕਸਾਨ ਪੰਜਾਬ ਦੇ ਲੀਡਰਾਂ ਨੇ ਪੰਜਾਬ ਦਾ ਕੀਤਾ ਨਾ ਇੰਨਾ ਸੈਂਟਰ ਸਰਕਾਰ ਨੇ ਜਾਂ ਆਰ ਐਸ ਨੇ ਜਾਂ ਬੀਜੇਪੀ ਨੇ ਜਾਂ ਕਾਂਗਰਸ ਨੇ ਨੀ ਕੀਤਾ ਹੈ ਜਿੰਨਾ ਇਹ ਪੰਜਾਬ ਦੇ ਜਿਹੜੇ ਲੀਡਰ ਬਣਨਾ ਚਾਹੁੰਦੇ ਆ ਵੀ ਚੰਡੀਗੜ੍ਹ ਦੀ ਕੁਰਸੀ ਜਿਹੜੀ ਹੈ ਇਹ ਮਿਲ ਜੇ ਸਾਨੂੰ ਪੰਜਾਬ ਭਾਵੇਂ ਸਾਰਾ ਹਟ ਜੇ ਸਾਰਾ ਪਾਣੀ ਚੱਲ ਜਾਵੇ ਕੁਛ ਹੋ ਜੇ ਇਹਨਾਂ ਦੀ ਅੱਖ ਉੱਥੇ ਹੈਗੀ ਕਿਤੇ ਇਸ ਮੂਵਮੈਂਟ ਨੂੰ ਖਾਲਿਸਤਾਨ ਦਾ ਜਾਂ ਰਾਜ ਏਜੰਸੀਆਂ ਰਾਹੀਂ ਜਾਂ ਬਹੁਤ ਕੁਛ ਏਦਾਂ ਦਾ ਨਾ ਪਰਮਾਤਮਾ ਨਾ ਕਰੇ ਤੇ ਸਾਫ਼ ਲਾਈਨ ਜਲਦੀ ਰਹੇ ਤੇ ਇਸ ਪਾਸੇ ਕੋਈ ਕੋਈ ਇਹ ਜਿਹਾ ਟਾਰਗੇਟ ਨਾ ਹੋ ਜਾਵੇ ਜਿਵੇਂ ਬਿੱਟੂ ਨੇ ਬਿਆਨ ਦਿੱਤਾ ਵੀ ਇਹ ਤਾਂ ਖਾਲਿਸਤਾਨ ਹੈਗੇ ਆ ਗੁਜਰਾਂ ਦੀ ਰੈਲੀ ਸੀ ਉਹ ਸਫਲ ਹੋਈ ਸੀਗੀ ਇੱਕ ਜਾਟ ਰੈਲੀ ਆ ਜਿਹੜੇ ਜਾਟ ਹੈਗੇ ਆ ਬਨਾਰਸ ਤੋਂ ਲਾ ਕੇ ਹਰਿਆਣਾ ਰਾਜਸਥਾਨ ਬਹੁਤ ਲੰਬਾ ਜਾਟਾਂ ਦੀ ਜਨਸੰਖਿਆ ਹੈ ਤੇ ਉਹਦੇ ਦਬਾਅ ਚ ਆ ਕੇ ਮੋਦੀ ਨੇ ਉਹਨੇ 5% ਆਰਕਸ਼ਣ ਦੇਤਾ ਸੀਗਾ ਕਿਉਂਕਿ ਦਿੱਲੀ ਘੇਰ ਲਈ ਸੀ ਉਹਨਾਂ ਨੇ ਇਸੇ ਹਿਸਾਬ ਨਾਲ ਹੁਣ ਸਾਰੇ ਭਾਰਤ ਦੇ ਕਿਸਾਨ ਇਕੱਠੇ ਹੋਏ ਹੈਗੇ ਆ ਤੇ ਜੇ ਕੁਛ ਨਾ ਕੁਛ ਪੱਲੇ ਪੈ ਸਕਦਾ ਜੇ ਦਿੱਲੀ ਘੇਰੀ ਧੰਨਵਾਦ ਰਾਜਸਥਾਨੀ ਸਾਹਿਬ ਥੈਂਕ ਯੂ ਸਰ ਚਮਕੌਰ ਸਿੰਘ ਲਾਈਨ ਨੰਬਰ 2 ਅੰਕਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਥੋਂ ਬੈਠਾ ਹਰ ਇੱਕ ਬੰਦਾ ਪੰਜਾਬ ਦੇ ਬਾਰੇ ਬਹੁਤ ਜ਼ਿਆਦਾ ਸੋਚ ਰਿਹਾ ਜੀ ਜਿਹਦਾ ਵੀ ਹੈਗਾ ਲਿੰਕ ਉੱਥੇ ਜੀ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਕਿਉਂਕਿ ਆਪ ਜੀ ਦਾ ਪ੍ਰੋਗਰਾਮ ਹੀ ਇਸੇ ਦੇ ਉੱਤੇ ਨਿਰਭਰ ਹੈਗਾ ਜਣੀਆਂ ਕਹਿ ਲਓ ਵੀ ਇਸ ਨੂੰ ਇੱਕ ਜ਼ਖਮ ਦੇ ਉੱਤੇ ਫੈਹਾ ਰੱਖਣ ਵਾਲਾ ਫੰਬਾ ਰੱਖਣ ਵਾਲਾ ਪ੍ਰੋਗਰਾਮ ਆ ਧੰਨਵਾਦ ਜੀ ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨਾ ਵੀ ਹੋਰ ਵੀ ਕਈ ਹੈਗੇ ਨੇ ਇੱਥੇ ਦੇ ਮਾਧਿਅਮ ਉਹ ਵੀ ਕਾਫੀ ਕੋਸ਼ਿਸ਼ ਕਰ ਰਹੇ ਆ ਲੇਕਿਨ ਇੱਕ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਤੁਹਾਡੇ ਇਸ ਰੇਡੀਓ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਹੈਗੇ ਮੈਨੇਜਮੈਂਟ ਨੂੰ ਜਿਹੜਾ ਕੰਮ ਸ਼ਾਮ ਨੂੰ ਹੁੰਦਾ ਉਹ ਸਾਰੇ ਫੈਹੇ ਰੱਖਿਆ ਦੇ ਉੱਤੇ ਉਹਨੂੰ ਉਚੇੜ ਕੇ ਉੱਥੇ ਲੂਣ ਪਾਇਆ ਜਾਂਦਾ ਅੱਜ ਵੀ ਤੁਸੀਂ ਦੇਖ ਲਿਓ ਅੱਜ ਵੀ ਰੈਲੀ ਦੇ ਉੱਤੇ ਹੋਊਗਾ ਤਕਰੀਬਨ ਪ੍ਰੋਗਰਾਮ ਜੇ ਜਸਟਿਨ ਟਰੂਡੋ ਨੇ ਹਾਮੀ ਭਰੀ ਹੈ ਮਾੜੀ ਮੋਟੀ ਇਸ ਸੰਘਰਸ਼ ਦੇ ਹੱਕ ਦੇ ਵਿੱਚ ਤਾਂ ਉਹਦੇ ਉੱਤੇ ਵੀ ਲੂਣ ਛਿੜਕਿਆ ਗਿਆ ਕੱਲ੍ਹ ਇਸ ਦੀ ਬੇਨਤੀ ਕਰ ਦਿਓ ਜੀ ਜੇ ਕਰ ਸਕੋ ਤੁਸੀਂ ਧੰਨਵਾਦ ਜੀ ਸਰਾਰ ਜੀ ਮੈਨੇਜਮੈਂਟ ਦੇ ਕੰਮ ਨੇ ਮੈਨੇਜਮੈਂਟ ਜਾਣੇ ਜੀ ਤੁਸੀਂ ਸੁਨੇਹਾ ਦੇਤਾ ਸੁਣ ਰਹੇ ਨੇ ਉਹ ਸਾਹਿਬ ਮਕਾਨ ਸਿੰਘ ਗਿੱਲ ਜੀ ਲਾਈਨ ਨੰਬਰ 3 ਗਿੱਲ ਸਾਹਿਬ ਬਹੁਤ ਸਤਿਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇਖੋ ਜੇ ਕਈ ਵਾਰ ਨਾ ਮੈਂ ਇਸ ਗੱਲ ਪੁੱਠੇ ਪਾਸੇ ਜਾਣ ਵਾਸਤੇ ਕਈ ਚੀਜ਼ਾਂ ਹੋ ਰਹੀਆਂ ਕੋਈ ਕਹਿ ਰਿਹਾ ਕਿ ਸਿੱਖ ਜਾਂ ਕਿਸਾਨ ਹੈ ਇਹ ਖੁਦਕੁਸ਼ੀਆਂ ਕਰਦੇ ਤਾਂ ਬਤਲ ਇਹਦਾ ਹੱਲ ਇਹ ਨਹੀਂ ਸੀ ਇਹਦਾ ਹੱਲ ਤਾਂ ਇਹ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਮੰਨਿਆ ਜਾਵੇ ਸਹੀ ਕੀਮਤਾਂ ਦਿੱਤੀਆਂ ਜਾਣ ਕਿਸਾਨਾਂ ਦੀ ਮੰਗ ਹੋਈ ਸੀ ਇਹ ਨਹੀਂ ਵੀ ਮੰਡੀਆਂ ਤੋੜ ਕੇ ਤੇ ਐਮ ਐਸ ਪੀ ਖਤਮ ਕਰਕੇ ਇਹਨੂੰ ਖਤਮ ਕੀਤਾ ਜਾਵੇ ਇਹ ਸਿਰਫ ਚਾਲ ਹੈ ਬੀਜੇਪੀ ਦੀ ਇਹਦਾ ਮੁੱਢ ਨਿਸ਼ਾਨਾ ਇਹ ਹੈ ਕਿ ਕਿਸਾਨਾਂ ਨੂੰ ਭਿਖਾਰੀ ਤੇ ਮੰਗ ਤੇ ਬਣਾ ਕੇ ਤੇ ਉਹ ਆਪੇ ਦਿਹਾੜੀਆਂ ਕਰਦੇ ਮਜਬੂਰ ਕੀਤਾ ਜਾਵੇ ਇਹਨੂੰ ਇੱਕ ਨਵਾਂ ਟ੍ਰੈਂਡ ਦਿੱਤਾ ਜਾ ਰਿਹਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਛ ਤਾਂ ਬੀਜੇਪੀ ਵੱਲੋਂ ਵੀ ਤੇ ਇਸ ਨੂੰ ਖਾਲਸਾ ਕਿਸੇ ਨੇ ਕੋਈ ਖਾਲਸਾ ਦੀ ਮੰਗ ਨਹੀਂ ਜਿਹਨੇ ਕਰਨੀ ਅੱਡ ਕਰੂਗਾ ਸਿਰਫ ਨਿਰੋਲ ਕਿਸਾਨੀ ਮੰਗਾਂ ਹੈ ਤੇ ਇਹਨਾਂ ਦੇ ਮੰਗਾਂ ਦੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਤੇ ਨਾਲ ਦੀ ਨਾਲ ਹੀ ਜਦੋਂ ਕਿਸਾਨੀ ਮੋਰਚੇ ਨੂੰ ਇਹ ਬੇਨਤੀ ਹੈ ਕਿ ਉਹ ਨਾਲ ਹੀ ਇਹ ਕਹਿਣ ਕਿ ਜਿਹੜੀ ਐਮ ਐਸ ਪੀ ਹੈ ਸਵਾਮੀਨਾਥਨ ਕਮਿਸ਼ਨ ਦੇ ਹਿਸਾਬ ਨਾਲ ਇਹਨਾਂ ਦੀ ਮੈਨੀਫੈਸਟੋ ਸੀ ਬੀਜੇਪੀ ਦਾ ਇਹ ਆਪਣੇ ਮੈਨੀਫੈਸਟੋ ਤੇ ਅਮਲ ਕਰਨ ਇਹਨਾਂ ਦੇ ਮੂਹਰੇ ਇੰਨਾ ਜ਼ਰੂਰ ਰੱਖਣ ਤੁਹਾਡਾ ਧੰਨਵਾਦ ਗਿੱਲ ਸਾਹਿਬ ਧੰਨਵਾਦ ਜੀ ਸਰ ਜੀ ਗਿੱਲ ਸਾਹਿਬ ਗੁਰਮੁਖ ਸਿੰਘ ਦਿਓਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮਤਲਬ ਪਹਿਲਾਂ ਤਾਂ ਜਿਹੜੀ ਉਹ ਅੱਜ ਰੈਲੀ ਹੋਣੀ ਆ ਜਾਂ ਆਮ ਹੋ ਰਹੀ ਆ ਮੇਰੇ ਖਿਆਲ ਨਾਲ ਇਹ ਬਹੁਤ ਜ਼ਰੂਰੀ ਆ ਤੇ ਦੇਖੋ ਪਿੱਛੇ ਜੇ ਆਪਣੇ ਬਲੈਕ ਲਾਈਵਜ਼ ਮੈਟਰ ਦਾ ਆਇਆ ਸੀਗਾ ਇਸ਼ੂ ਉਦੋਂ ਵੀ ਕੋਵਿਡ ਦਾ ਕਾਫੀ ਸਹਾਰਾ ਸੀਗਾ ਮੰਨ ਲਓ ਕਾਫੀ ਪਰ ਉਹਦੇ ਬਾਵਜੂਦ ਵੀ ਲੋਕਾਂ ਨੇ ਇੱਥੇ ਵੀ ਸਾਰੇ ਨੌਰਥ ਅਮੈਰੀਕਾ ਦੁਨੀਆਂ ਭਰ 'ਚ ਮੰਨ ਲਓ ਉਹਦਾ ਸਾਥ ਦਿੱਤਾ ਕਿ ਉਹ ਜ਼ਰੂਰੀ ਵੀ ਸੀਗਾ ਬਣਦਾ ਕਿਉਂਕਿ ਜਦੋਂ ਕਿਸੇ ਭਾਈਚਾਰੇ ਦੀ ਖਾਸ ਮੰਨ ਲਓ ਗੱਲਬਾਤ ਹੋ ਰਹੀ ਫਿਰ ਤੁਸੀਂ ਬੇਸ਼ੱਕ ਸਾਨੂੰ ਪਤਾ ਇਹ ਐਮਰਜੈਂਸੀ ਦਾ ਇੱਦਾਂ ਦਾ ਸਮਾਂ ਹੁੰਦਾ ਪਰ ਫਿਰ ਵੀ ਉਹਦੇ ਬਾਵਜੂਦ ਸਾਨੂੰ ਖੜਨਾ ਪੈਂਦਾ ਤੇ ਮੈਨੂੰ ਲੱਗਦਾ ਸਾਡੇ ਜਿੰਨੇ ਅੱਗੇ ਵੀ ਇਤਿਹਾਸ ਦੇ ਵਿੱਚ ਇੱਥੇ ਜਿੰਨੇ ਸਾਡੇ ਪ੍ਰੋਗਰਾਮ ਹੋਏ ਭਵਨ ਨਗਰ ਕੀਰਤਨ ਤੇ ਸਾਡੀ ਐਗਜ਼ਾਮਪਲ ਬਹੁਤ ਵਧੀਆ ਐਸੈਟ ਆ ਇੱਦਾਂ ਦੀ ਗੱਲ ਨਹੀਂ ਮੈਨੂੰ ਲੱਗਦਾ ਸਾਰੀ ਜ਼ਿੰਮੇਵਾਰੀ ਵਾਲੀ ਆਈ ਆ ਤੇ ਉਹ ਮੁੰਡੇ ਵੀ ਜਿਹੜੇ ਕਰਦੇ ਉਹ ਬੜੇ
ਔਰਗਨਾਈਜ਼ਰ ਕਿਉਂਕਿ ਇਹ ਜ਼ਰੂਰੀ ਇੰਟਰਨੈਸ਼ਨਲ ਪ੍ਰੈਸ਼ਰ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਉੱਥੇ ਹਰ ਤਰ੍ਹਾਂ ਸਟੇਟ ਨੇ ਆਪਣੇ ਨਹੀਂ ਤਾਂ ਹਜੇ ਵਰਤਣਾ ਹੁੰਦਾ ਢੰਗ ਤਰੀਕੇ ਤੇ ਦੂਜੀ ਜਿਹੜੀ ਗੱਲ ਆ ਵੀ ਮੈਂ ਕਹਿੰਦਾ ਵੀ ਉੱਥੇ ਦੇਖੋ ਇੱਕ ਸਾਨੂੰ ਸਮਝਣਾ ਚਾਹੀਦਾ ਬੇਸ਼ੱਕ ਇਹ ਕਿਸਾਨ ਆ ਇਹ ਅੰਦੋਲਨ ਆ ਪੰਜਾਬ ਦੀਆਂ ਪੰਜਾਬ ਮੋਹਰੀ ਬਣਿਆ ਜਾਂ ਭਾਰਤ ਦੇ ਸਾਰੀਆਂ ਸਟੇਟਾਂ ਦੇ ਵੀ ਆ ਰਹੇ ਆ ਪਰ ਬਹੁਤਿਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਆ ਸਾਨੂੰ ਇਹ ਵੀ ਇਹ ਸਮਝ ਲੈਣਾ ਚਾਹੀਦਾ ਉੱਥੇ ਇਕੱਲਾ ਇਹ ਬੀਜੇਪੀ ਨਹੀਂ ਜਿਹੜੀ ਭਾਰਤੀ ਰਾਸ਼ਟਰਵਾਦੀ ਮਾਇੰਡ ਵਾਲੀ ਸਟੇਟ ਆ ਪਿੱਛੇ ਕੁਝ ਕਾਂਗਰਸ ਵਾਲੇ ਨਵਰੀਤ ਬਿੱਟੂ ਵਰਗੇ ਹੋਣ ਭਵਾਂ ਕੇਜਰੀਵਾਲ ਜਾਂ ਉਹ ਰਾਘਵ ਚੱਡਾ ਹੋਣੀ ਜਿਹੜੇ ਜਸਟਰ ਟੂਡੋ ਹੋਣਾ ਨੂੰ ਵੀ ਕਹਿੰਦੇ ਸਾਡੇ ਇੰਟਰਫੇਅਰ ਨਾ ਕਰੋ ਇਹ ਸਾਰੇ ਜਦੋਂ ਇੱਕ ਪਾਸੇ ਹੁਣ ਇਹਨਾਂ ਨੇ ਸੌਫਟ ਟਾਰਗੇਟ ਲੱਭਣੇ ਆ ਤੇ ਕਿਹੜੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਵੀ ਕਿਉਂਕਿ ਇਹ ਸੰਘਰਸ਼ ਤੱਕ ਨਹੀਂ ਗੱਲ ਰੁਕਣੀ ਇਹਦਾ ਭਵਿੱਖ ਗਾਂ ਦੇ ਵਿੱਚ ਇਹ ਖੁਦਮੁਖਤਿਆਰੀ ਜਾਂ ਉਹ ਜਿਹੜੀ ਫੈਡਰਲ ਢਾਂਚੇ ਦੀਆਂ ਹੀ ਪ੍ਰੋਬਲਮਾਂ ਸਾਰੀਆਂ ਇਹ ਉੱਧਰ ਨੂੰ ਗੱਲ ਜਦੋਂ ਤੁਰਨੀ ਆ ਤੇ ਉਹ ਇੱਥੇ ਵੀ ਆਪਾਂ ਨੂੰ ਪੱਕੇ ਬੰਦਿਆਂ ਦਾ ਪਤਾ ਹੈ ਜਿੱਧਰ ਜਿੱਧਰ ਮਾਇੰਡ ਸੈੱਟ ਆ ਜਾਂ ਕਾਲਰਾਂ ਦਾ ਜਾਂ ਹੋਸਟਾਂ ਦਾ ਜਾਂ ਕੋਈ ਪੱਤਰਕਾਰ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਹਰ ਇੱਕ ਦਾ ਹੱਕ ਆ ਪਰ ਉਹ ਗੱਲ ਉੱਧਰ ਨੂੰ ਤੁਰਨੀ ਕਰਕੇ ਉਹ ਪਹਿਲਾਂ ਹੀ ਇੱਕ ਸੌਫਟ ਟਾਰਗੇਟ ਨੂੰ ਮੰਨ ਲਓ ਇਹ ਕਰ ਲੈਂਦੇ ਆ ਤੇ ਮੇਰੇ ਖਿਆਲ ਨਾਲ ਇਹ ਸਿੱਖ ਭਾਵੇਂ ਕੋਈ ਵੀ ਹੋਵੇ ਭਾਵੇਂ ਖਾਲਿਸਤਾਨੀ ਹੋਵੇ ਭਾਵੇਂ ਉਹ ਲਿਬਰਲ ਹੋਵੇ ਭਾਵੇਂ ਰਾਸ਼ਟਰਵਾਦੀ ਹੋਵੇ ਜੋ ਉਹ ਹਰ ਇੱਕ ਬੰਦਾ ਜਿਹੜਾ ਆਪਣੀ ਤਰੀਕੇ ਨਾਲ ਕਰਦਾ ਮਦਦ ਇਕੱਲਾ ਸਿੱਖਾਂ ਦਾ ਖਾਲਿਸਤਾਨੀਆਂ ਦਾ ਨਹੀਂ ਮਸਲਾ ਤੇ ਹਰ ਇੱਕ ਨੇ ਆਪਣੀ ਮਦਦ ਕਰਨੀ ਵੀ ਆ ਤੇ ਮੇਰੇ ਖਿਆਲ ਨਾਲ ਸਿਵਾਏ ਉਹ ਇੱਕ ਧਿਰ ਨੂੰ ਜਾਂ ਖਾਲਿਸਤਾਨੀਆਂ ਨੂੰ ਟਾਰਗੇਟ ਕਰਕੇ ਗੱਲ ਕਰਨੀ ਆਪਣੇ ਆਪ ਚ ਰਹੋਗੇ ਕਿਉਂਕਿ ਉੱਥੇ ਸਾਰੀਆਂ ਹੀ ਧਿਰਾਂ ਜਿਹੜੀਆਂ ਉਹ ਵੀ ਆਪਣੇ ਆਪਣੇ ਵੱਖਰੇ ਵੱਖਰੇ ਅਕੀਦੇ ਵਾਲੀਆਂ ਕੋਈ ਹਿੰਦੂ ਰਾਸ਼ਟਰ ਵਾਲਾ ਆ ਕੋਈ ਸਮਾਜਵਾਦ ਵਾਲਾ ਆ ਉਹ ਵੀ ਤਾਂ ਕਰੇ ਰਹੀਆਂ ਉਹਨਾਂ ਨੂੰ ਕੋਈ ਕੁਐਸਚਨ ਨਹੀਂ ਕੀਤਾ ਜਾਂਦਾ ਤੇ ਮੇਰੇ ਖਿਆਲ ਨਾਲ ਇਹ ਪੱਤਰਕਾਰਾਂ ਨੂੰ ਵੀ ਆਮ ਮੀਡੀਆ ਨੂੰ ਵੀ ਚਾਹੀਦਾ ਵੀ ਉਹ ਜਾਣ ਬੁੱਝ ਕੇ ਨਾ ਇੱਧਰ ਨੂੰ ਗੱਲ ਜਾਵੇ ਕਿਉਂਕਿ ਸਟੇਟ ਨੇ ਤਾਂ ਕਰਨੀ ਆ ਤੇ ਸਾਡੇ ਬੰਦੇ ਵੀ ਜਾਣ ਬੁੱਝ ਕੇ ਜਿਹੜੇ ਹਮੇਸ਼ਾ ਹੀ ਉਹ ਵਿੱਚ ਉਹ ਲੱਭਦੇ ਨੇ ਨੁਕਤਾ ਚੀਨੀ ਵਾਲੇ ਉਹ ਇੱਧਰ ਨੂੰ ਲਿਜਾਂਦੇ ਆ ਤੇ ਸਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਮੇਰੇ ਖਿਆਲ ਉਹਨਾਂ ਦਾ ਵਾਧੂ ਸਾਵਧਾਨ ਲੋੜ ਰੈਲੀਆਂ ਆਰਗੇਨਾਈਜ਼ ਤਾਂ ਲੋਕਾਂ ਨੇ ਮੇਰੇ ਖਿਆਲ ਨਾਲ ਵਧੀਆ ਕਾਫੀ ਆ ਕਰ ਲੈਣ ਕਿਉਂਕਿ ਫੈਮਲੀਆਂ ਵੀ ਇਨਵੋਲਵ ਆ ਇਹ ਇਕੱਲਾ ਸਟੂਡੈਂਟਾਂ ਤੱਕ ਨਹੀਂ ਸੀਮਿਤ ਹੈਗਾ ਧੰਨਵਾਦ ਜੀ ਹੁਣ ਕਹਾਣੀ ਦਾ ਸਮਾਂ ਹੋ ਗਿਆ ਜੀ ਬਾਕੀ ਕਾਲਰਾਂ ਨੂੰ ਮੈਂ ਬੇਨਤੀ ਕਰਾਂਗਾ ਕਹਾਣੀ ਤੋਂ ਬਾਅਦ ਤੁਹਾਡੀ ਗੱਲਬਾਤ ਮੈਂ ਸੁਣਾਂਗਾ ਬਾਈ ਜੱਗੀ ਗੁੱਸੇ ਦੀ ਕਹਾਣੀ ਜੱਟ ਦੀ ਗੈਰਤ 77 ਦੀ ਗੱਲ ਹੈ 1970 ਹੀ ਸਾਡੇ ਪਿੰਡ ਬੰਤਾ ਸਿਉਹ ਹੁੰਦਾ ਸਿੱਧਾ ਸਪਸ਼ਟ ਬੰਦਾ ਘਰ ਵਾਲੀ ਬਚਨੀ ਰੱਬ ਦੀ ਰਜ਼ਾ 'ਚ ਰਹਿਣ ਵਾਲੀ ਸਾਦੀ ਔਰਤ ਕਿਸਮਤ ਦਾ ਵਿਰੋਧੀ ਕੌਣ ਰੱਬ ਦੀ ਮਿਹਰ ਨਾਲ ਉਹਨਾਂ ਦੇ ਘਰ 3 ਮੁੰਡੇ ਹੋਏ ਬੰਤਾ ਕੰਜੂਸ ਸੀ ਇਸ ਕਰਕੇ ਰਿਉੜੀਆਂ ਮੂੰਗਫਲੀਆਂ ਵੀ ਨਾ ਬਣ ਸਕਿਆ ਗੁੜ ਵੰਡ ਕੇ ਹੀ ਬਹਿਜਾ ਬਹਿਜਾ ਕਰਾਤੀ ਓਏ ਵਧੀਆ ਨਹੀਂ ਹੁੰਦੀਆਂ ਰਿਉੜੀਆਂ ਚੀਨੀ ਮਾੜੀ ਹੁੰਦੀ ਹੈ ਸ਼ੂਗਰ ਹੋ ਜਾਂਦੀ ਹੈ ਗੁੜ ਖਾਓ ਨਾਲੇ ਵੰਡਦਾ ਬੋਲੀ ਜਾਵੇ ਖੈਰ ਦਿਨ ਲੰਘਦਿਆਂ ਦਾ ਕੀ ਪਤਾ ਲੱਗਦਾ ਚੜ੍ਹਦਾ ਛਿਪ ਗਿਆ ਅਤੇ ਜਵਾਕ ਜਾਂ ਤਕੜੇ ਹੋਣ ਲੱਗ ਗਏ ਤਾਂ ਗੁਆਂਢੀਆਂ ਨੇ ਕਈਆਂ ਨੇ ਕਿਹਾ ਕਿ ਸਕੂਲ ਪੜ੍ਹਾ ਦੇਗਾ ਨਾ ਪੜ੍ਹ ਕੇ ਜਵਾਕਾਂ ਨੇ ਕਿਹੜਾ PT ਮਾਸਟਰ ਲੱਗਣਾ ਹੈ ਬਲਦਾਂ ਦੀਆਂ ਪੂੰਛਾਂ ਮਰੋੜਨੀਆਂ ਜਦ ਮਰਜ਼ੀ ਮਰੋੜ ਲੈਣ ਆਖਰ ਨੇ ਬਸੰਤੇ ਪੁੱਤ ਨੇ ਹੱਟੀ ਉਹ ਬਹਿਣਾ ਹੈ ਜੇ ਕੋਈ ਬੰਤੇ ਨੂੰ ਮੁੜ ਕੇ ਕਹਿੰਦਾ ਉਹ ਬੰਤਿਆ ਹੋ ਜਵਾਕਾਂ ਨੂੰ ਪੜ੍ਹ ਲਾ ਦੇ ਆਪ ਤਾਂ ਸਾਰੀ ਉਮਰ ਖੱਪਰ ਖਿਓਇਆ ਜਵਾਕ 4 ਅੱਖਰ ਪੜ੍ਹ ਕੇ ਸਿਆਣੂ ਹੋ ਜਾਣਗੇ ਨਾਂ ਬਦਲਾ ਲੈ ਇਹਨਾਂ ਤੋਂ ਨਾ ਬਾਈ ਨਾ 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 ਆਪਣੇ ਕੋਲ ਰੱਖ ਰਹਿਣ ਦੇ ਬਾਈ ਸਿਆ ਇਹੋ ਜਿਹੀ ਮੱਤ ਨੂੰ ਅਸੀਂ ਅੱਖਰਾਂ ਤੋਂ ਬੇਸਿਆਣੇ ਹੀ ਚੰਗੇ ਹਾਂ ਸਕੂਲਾਂ 'ਚ ਜਾ ਕੇ ਜਾਂ ਤਾਂ ਕੌਮਨਿਸਟੀ ਬਣਨਗੇ ਜਾਂ ਰੱਬ ਭਲਾ ਕਰੇ ਜੇ ਵੱਡੇ ਕਾਲਜ 'ਚ ਚਲੇ ਗਏ ਫਿਰ ਨਕਸਲਵਾੜੀਏ ਪੱਕੇ ਨੇ ਜਵਾਕ ਵੀ ਹੱਥੋਂ ਗੁਆਵਾਂਗੇ ਤਾਂ ਮਾਤਰਾਂ ਦੀ ਦਾੜੀ ਪੁਲਿਸ ਬਾਅਦ 'ਚ ਪੱਟੂ ਅਸੀਂ ਨਹੀਂ ਬਈ ਦੋਨੇ ਹੱਥ ਖੜ੍ਹੇ ਕਰਦਾ ਬੰਤਿਆ ਤੂੰ ਸਿੱਧਰ ਹੈ ਜਵਾਕਾਂ ਨੂੰ ਦੁਨੀਆਂ ਦੀ ਕੋਈ ਸੂਹ ਆਊਗੀ ਨਾਲੇ ਪੜ੍ਹਾਈ ਕਹਿੰਦੇ ਬੰਦੇ ਦਾ ਤੀਜਾ ਨੇਤਰ ਹੈ ਹੋਊਗਾ ਬਾਈ ਸਿਆਂ ਹੋਊਗਾ ਤੁਹਾਡੇ ਖਾਤਰ ਨੇਤਰਾ ਪਤਾ ਨਹੀਂ ਧਲਿਆਰਾ ਸੂਹ ਸਾਦਾ ਇਹਨਾਂ ਨੂੰ ਨਹੀਂ ਪਤਾ ਪੜਾਕੂ ਸਿੱਧੇ ਝਾਕਦੇ ਝਾਕਦੇ ਟੀਰ ਮਾਰਨ ਲੱਗ ਜਾਂਦਾ ਤੂੰ ਖੁਦ ਹੀ ਸੋਚ ਆ ਪਣਤਾਂ ਦਾ ਜਿਹੜਾ ਟੁੰਡਾ ਨਾ ਟੁੰਡਾ ਸਾਰੇ ਪਿੰਡ ਜਿੰਨਾ ਇਕੱਲਾ ਹੀ ਪੜ੍ਹਿਆ ਹੋਇਆ ਮੱਤ ਮਾਰੀ ਉਹ ਫਿਰਦਾ ਡੱਕ ਡੱਕ ਵੱਜਦਾ ਅਖੇ ਮੈਂ ਇਨਕਲਾਬ ਲਿਆਉਣਾ ਪੁਲਿਸ ਨੇ 20 ਵਾਰ ਝੰਬਿਆ ਪਰ ਉਹਨੂੰ ਅਕਲ ਹੀ ਨਹੀਂ ਆਈ ਸਾਈਕਲ 'ਤੇ ਲਾਲ ਜਿਹੀ ਝੰਡੀ ਬੰਨੀ ਫਿਰੂ ਆਖੇ ਇਹਦੇ ਸਮੇਂ ਸ਼ਹੀਦਾਂ ਦਾ ਖੂਨ ਹੈ ਬਾਈ ਸਿਆਂ ਮੈਂ ਇੱਕ ਦਿਨ ਉਹਨੂੰ ਕਹਿ ਕੇ ਰੋਕ ਕੇ ਕਿਹਾ ਪਣਤਾ ਕਹਿੰਦਾ ਹਾਂਜੀ ਆ ਉਰੇ ਫੜਾਓ ਤੇਰਾ ਇਨਕਲਾਬ ਉਨਕਲਾਬ ਤਾਂ ਨਹੀਂ ਆਉਣਾ ਲਾਲ ਜਿਹੀ ਝੰਡਾ ਫੜਾ ਉਰੇ ਕਿਸੇ ਜਵਾਕ ਦੀ ਨੀਕਰ ਬਣਾਈਏ ਇਹਦੇ ਨਾਲ ਮੈਨੂੰ ਕਹਿੰਦਾ ਬੰਤਾ ਸਿੰਘ ਇਹੀ ਲਾਲ ਝੰਡਾ ਇੱਕ ਦਿਨ ਇਨਕਲਾਬ ਲੈ ਕੇ ਆਊਗਾ ਮੈਂ ਕਿਹਾ ਪੜਤਾ ਭੁੱਲ ਜਾ ਭੁੱਲ ਜਾ ਸਾਰੀ ਉਮਰ ਚੱਜ ਨਹੀਂ ਆਉਣਾ ਬਈ ਇਹ ਝੰਡਾ ਇੱਕ ਤੋਪ ਹੈ ਭੰਗੀਆਂ ਵਾਲੀ ਤੁਹਾਡੀ ਅਕਲ ਤਾਂ ਇਨਕਲਾਬ ਬਾਹਰਲੀ ਫਿਰਨੀ ਉਹ ਰਹਿੰਦਾ ਬਾਈ ਸਿਆਂ ਬੰਤਾ ਇਕੱਲਾ ਹੀ ਕਈ ਵਾਰ ਬੋਲ ਲੈਂਦਾ ਲੋਕ ਕੋਲ ਦੀ ਲੰਘ ਜਾਂਦੇ ਬੰਤਿਆ ਇਹ ਸਰਮਾਏਦਾਰੀ ਖਤਮ ਕਰਨਗੇ ਸਰਮਾਏਦਾਰਾਂ ਨੂੰ ਸੂਤ ਕਰਨਗੇ ਗਰੀਬਾਂ ਨੂੰ ਬਰਾਬਰ ਦਾ ਹਿੱਸਾ ਦਿਵਾਉਣਗੇ ਕੋਈ
खब्बे पक्षी आके है कह के बोलदा वकी गल है अपनी माँ का झाटा करे हिस्सा करे सरमाएदार सूद मंडी ला मंडी वाला बाणिया तो लौट नहीं आता कराड़ किसी सीधे मूँह गल नहीं करता नाले दूरा तीरा ब्याज लाउंदा ला के कन्न नूं चकीरा जिहा जाड़ां जिहा कढ़ी जांदा सोने का दंद जिहा लिशकाउंदा ना मेरा जी करदा सन्नी लैके इहदा दंद फड़न शहर वाले आड़तीए दा टैलीफोन ते नाल सोने का दंद बहुत बंते नूं तंग करदा जे कोई कम्युनिस्ट पार्टी का जथा इनकलाब जिंदाबाद दे नारे मारदा गली चों लंघदा बंता अग अंगू बाहर नूं जांदा हा मुंडिओ चुप करो साड़ी गां डरदी है रस्सा तड़ाजू फिर थोड़ा प्यो बनू आके तो पिंड का मुंडा सुना ताया जी ताई असरीकाल असरीकाल तू कि ना चाहो मैं परलियां दा केड़े परलियां दा फिरनी वाले दा केड़ी फिरनी वाले दा वो सुरजन का हाँ हाँ अच्छा दा बोल असी लोगों जागृत करना ताया जी जे किसान ते गरीब तबके लिए असी जाना वार गए असी पिछे नहीं हटा बंता आक के कहता ना 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 गल मूलों ही झूठ है मूलों ही झूठ है लिख के ला लै साडे लई ना बाई सां जान दई जिहदा सिर दुखू उही पट्टी बन्नू साडी खातर जाना वारन दी लोड़ नहीं थोड़ा बुढ़ा दो सीरमियां चीरमियां साग दियां तां थोड़े खूह तां तोड़ नहीं दिंदा बार तू जान बार देगा जा मेरा वीर तुरदा मन मुंडे हसदे हसदे लंघ जांदे ताया नूं नहीं ताए नूं नहीं पता फिर भी ताया दिल दा साफ है कोई तुरिया जांदा पॉजिटिव बंदा कहिंदा देखी सही जिदन पड़ाके मंगू चलिया उस कने चलू साथीओ ये लोग इन्ने गूढ़ हनेरे च गर्क चुके ने इन्हां चानण की कोई लकीर कित नज़र नहीं आती इन्ने भोले ने इनकलाबी ऊर्जा नू टटैण का चानण समझ के भुलेखा ला रहे ने इनकलाब जिंदाबाद के नारे फिर शुरू होंदे बंता फिर आके आखदा लंडर मंडीर आ लंडर मंडीर और रोटियां भन्नदे फिरदे हो रोटी ते चाह दा हीला करदे फिरदे हो कख नहीं थोड़े पल्ले जा बग जो डांग ना मेरे तो खा मैं पहला क्या मझ साड़ी खुल जू जा गां खुल जू बन्नू कौन एक दिन कामरेडा दी ड्रामा पार्टी पिंड च आ गई ड्रामा करन दा प्रोग्राम पिंड चो फंड इकट्ठा करना सी अगर आही कर दी पार्टी बंता सिंह दे दरवाजे ते पुल गई आ गई सवेर दी चाह सी हले बंता पैरां भार बैठा बड़ी सारे छन्ने नूं दोनों पास्यों फड़े फड़ के चाह दे सड़ाके मारदा सी जां फुर दी आवाज़ आउंदी गुआंढ तक पता लगदा भी चाह पी रहा ते चाह गुड़ दी ते लौंग लैचियां पा के उबाली हुई चिक्कर की चाह दी भाफ बंत दे नक ते कलोलां करदी उपरलियां मुछां जानी चाह दी भाफ नाल भिज्जियां पईयां पुठा हथ फेर के नाले बाल पिछे नूं करदा मुछां दे नाली नासां दे कोल चाह दी भाफ कलोलां करदी दरवाजे वल पिठ सी पंतां दे मुंडे ने आवाज़ बल दी ताई असरीकाल हो कौन है सतरीकाल उरे तां होयो माड़ा जिहा कॉम्युनिस्ट बेड़ा बह जा थोड़ा रब्बा मेरिया होए वो तड़के तड़की मत्थे लागे वो थोड़ा रेहा कख ना काले मूँह वाले रोटी नसीब ना होवे ਉਹ ਮੇਰੇ ਦੱਦ ਲੱਗ ਗਏ ਬੇੜਾ ਬਹਿ ਗਿਆ ਕਾਲੇ ਮੂੰਹ ਵਾਲਿਓ ਅੱਜ ਕੁਛ ਨਹੀਂ ਹੁੰਦਾ ਅੱਜ ਜਾਂ ਬੱਦਲ ਪਾਟੂ ਜਾਂ ਅੱਜ ਗੜੇ ਪੈਣਗੇ ਜਾਂ ਪਿੰਡ 'ਚ ਰੋ ਆਊ ਅੱਜ ਮਰੂ ਕੋਈ ਤਾਂ ਹੀ ਮੈਂ ਸਵੇਰ ਦਾ ਕਹਿੰਦਾ ਵੀ ਕੁੱਤੇ ਸਾਰੀ ਰਾਤ ਭੌਂਕੀ ਗਏ ਨੇ ਮੈਨੂੰ ਹੁਣ ਪਤਾ ਲੱਗਿਆ ਆਖੇ ਬੈਠਾ ਬੈਠਾ ਪੱਬਾਂ ਭਾਰ ਹੋ ਕੇ ਬੰਤਾ ਸਿਉਂ ਸੱਪ ਕੱਢਣ ਵਾਲਾ ਜਿਵੇਂ ਬੀਨ ਵਜਾਉਣਾ ਹੁੰਦਾ ਪੈਰਾਂ 'ਤੇ ਕੁੱਕਣ ਲੱਗ ਗਿਆ ਜਿਵੇਂ ਮਾੜੀ 'ਤੇ ਕੋਈ ਭਗਤ ਨੱਚਦਾ ਹੁੰਦਾ ਅਤੇ ਸੰਗਲ ਮਾਰਦਾ ਹੁੰਦਾ ਬੰਤਾ ਬੈਠਾ ਹੀ ਘੁੰਮੇ ਸਾਡੀ ਵੀ ਕੋਈ ਗੱਲ ਸੁਣੇਗਾ ਸਾਥੀ ਜਾਂ ਫਿਰ ਕੋਈ ਆਪਣੀਓ ਗੱਲ ਕਰੇਗਾ ਇੱਕ ਸੁਲਝਿਆ ਹੋਇਆ ਸਾਥੀ ਕਹਿ ਕੇ ਬੋਲਿਆ ਤੁਸੀਂ ਡੰਡੀ ਪਾਓ ਬਾਈ ਸਿਆਂ ਮੈਂ ਨਹੀਂ ਤੁਹਾਡੀ ਗੱਲ ਸੁਣਨੀ ਤੁਹਾਡੀ ਚੀਨ ਤੋਂ ਸ਼ੁਰੂ ਹੋ ਕੇ ਰੂਸ 'ਤੇ ਜਾਂਦੀ ਆ ਗੱਲ ਮੈਨੂੰ ਨਹੀਂ ਬਾਈ ਸਿਆਂ ਸਮਝ ਆਉਂਦੀ ਜਾਂ ਤਾਂ ਤੁਸੀਂ ਇਉਂ ਕਰਦੇ ਰੂਸ 'ਤੇ ਚੀਨ ਤੋਂ ਕੋਹ ਕਾਫ ਤੋਂ ਘੱਟੋ ਘੱਟ 500-400 ਤੀਵੀਆਂ ਹੀ ਲਿਆ ਕੇ ਪਿੰਡ 'ਚ ਛੱਡਦੇ ਜੜਿਆਂ ਦੇ ਕੋਈ ਪੈਸੇ ਦਾ ਹੀਲਾ ਕਰਦੇ ਕਿਸੇ ਦੀ ਰੋਟੀ ਪੱਕਦੀ ਮੈਂ ਤੁਹਾਡੀ ਸੁਣਦਾ ਤੁਸੀਂ ਚੀਨ ਤੋਂ ਵੜਦੇ ਆ ਰੂਸ ਜਾ ਵੜਦੇ ਆ ਮੈਂ ਨਹੀਂ ਸੁਣਦੀ ਤੁਹਾਡੀ ਬੰਤਾ ਨਾਬਰ ਹੋਇਆ ਪਿਆ ਜਾ ਵਗ ਜਾਓ ਮੇਰਾ ਵੀਰ ਤੁਸੀਂ ਤਾਂ ਵਿਹਲੇ ਹੈ ਸਾਨੂੰ ਕੰਮ ਕਰ ਲੈਣ ਦਿਓ ਅਸੀਂ ਤਾਂ ਕੰਮ ਕਰਕੇ ਜਵਾਕਾਂ ਨੂੰ ਰੋਟੀ ਖਵਾਉਣੀ ਆ ਤੁਸੀਂ ਆਹ ਲਾਲ ਝੰਡੀ ਜਾਗਣੋਗੇ ਕਿਸੇ ਕਾਮਰੇਡ ਦੇ ਘਰੇ ਅਤੇ ਆਟੇ ਵਾਲਾ ਭੜੋਲਾ ਕਰ ਦਿਓਗੇ ਵਿਹਲਾ ਹੱਥਾਂ ਨੂੰ
ਕੁੱਖਾਂ ਕੱਢ ਕੇ ਮਾਰ ਮਾਰ ਕੇ ਗਜ ਗਜ ਦੇ ਟਕਾਰ ਲੱਗ ਜਾਓਗੇ ਇਨਕਲਾਬ ਉਨਕਲਾਬ ਜੇ ਕਰਨ। ਕਾਮਰੇਟੋ ਜਿਵੇਂ ਕਹਿੰਦੇ ਤੁਹਾਡਾ ਦਿਵਾਲੀ ਸਦਾ ਸਦਾ ਦਿਵਾਲੀ ਸਾਧ ਦੀ ਚੋਰਾਂ ਦੀਆਂ ਰਾਤਾਂ, ਤੁਹਾਡਾ ਨਿੱਤ ਇਨਕਲਾਬ ਇਨਕਲਾਬ ਆ। ਜਦੋਂ ਬਾਈ ਸਾਹਿਬ ਮੁਫਤ ਦੀ ਰੋਟੀ ਅਤੇ ਚੈੱਕ ਕਰਕੇ ਚਾਹ ਮਿਲਦੀ ਹੈ ਸਾਡੇ ਜਵਾਕਾਂ ਨੂੰ, ਤਾਂ ਬਾਈ ਸਾਹਿਬ ਇਨਕਲਾਬ ਕਿਸੇ ਦੇ ਰੋਟੀ ਮਿਲਦੀ ਹੋਵੇ। ਮੈਂ ਸਵੇਰੇ ਬੋਲਣ ਲਾ ਦਿਆਂ ਤੜਕੇ ਤੋਂ ਅੱਥਣ ਤੱਕ ਇਨਕਲਾਬ ਹੀ ਕਹਿਣ। ਜੇ ਕਿਸੇ ਨੂੰ ਭਕਾਈ ਮਾਰੀ ਤਾਂ ਰੋਟੀ ਮਿਲਦੀ ਵੀ ਉਹਨੇ ਕੀ ਲੈਣਾ, ਤੁਹਾਡਾ ਉਹ ਹਾਲ ਹੈ। ਬੰਤ ਅਸੀਂ ਇੱਕ ਵਾਢਿਓਂ ਬੋਲਿਆ ਬਦਾਈ ਚਾਹ ਅਤੇ ਸਵੇਰ ਦੇ ਛਕੇ ਰਾਸ਼ਨ ਨੇ ਉਹਦੀ ਗਰਾਰੀ ਬੰਨੀ ਹੁੰਦੀ। ਬੰਤ ਅਸੀਂ ਗੱਲ ਤਾਂ ਸੁਣ ਲੈ। ਹਾਂ ਬਾਈ ਦੱਸ ਲੈ, ਤੇਰੇ ਪਿੰਡ ਪਾਰਟੀ ਨੇ ਪ੍ਰੋਗਰਾਮ ਕਰਨਾ। ਇੱਕ ਨੇ ਕੰਨ 'ਚ ਹੋ ਕੇ ਐਂ ਕਿਹਾ ਜਿਵੇਂ ਉਹਨੇ ਰਾਕਟ ਚੰਦ ਤੈਨੂੰ ਛੱਡਣਾ ਹੁੰਦਾ। ਜਲਸਾ ਜੁਲਸਾ ਕਰਨਾ ਕੋਈ, ਉਹਨੇ ਪੁੱਛਿਆ। ਹਾਂ ਅੱਛਾ, ਬੁੜੀਆਂ ਵਾਲੇ ਲੀੜੇ ਪਾ ਕੇ ਲੱਕ ਲੁੱਕ ਵੀ ਹਿਲਾਓਗੇ ਜਾਂ ਭਕਾਈਓ ਮਾਰੋਂਗੇ? ਪਾਰਟੀ ਬੋਲੀ ਨਾ, ਕਿਉਂ ਹੁਣ ਨਹੀਂ ਬੋਲਿਆ? ਹੁਣ ਆ ਕਚੋਤਾ ਫਣ 'ਤੇ ਘੁੱਗੂ ਬਣ ਕੇ ਖੜ ਗਏ ਜਿਵੇਂ ਮੈਂ ਸੇਲਾ ਮਾਰਤਾ। ਕਾਮਰੇਟੋ ਤੁਹਾਡੇ ਜਲੂਸ ਜਲਾਸ 'ਤੇ ਕੁੜੀਆਂ ਵਰਗੇ ਮੁੰਡੇ ਦੇਖ ਕੇ ਨੱਚਣ ਨਚਈਆ ਕਰਦੇ ਤਾਂ ਕੋਈ ਆਜੂ ਦੇਖਣ? ਆ ਮੇਰੀ ਘਰ ਵਾਲੀ ਨੂੰ ਤਰੰਗ ਹੋਇਆ, ਮੰਜੇ 'ਤੇ ਪਈ ਦੇਖਦੀ ਨਹੀਂ? ਜੇ ਤਾਂ ਲੱਕ ਲੁੱਕ ਹਿਲਾਓਗੇ ਫਿਰ ਤਾਂ ਆਜੂ, ਨਾਲੇ ਤੁਹਾਡਾ ਇਨਕਲਾਬ ਉਨਕਲਾਬ ਸੁਣ ਲੂੰ, ਨਹੀਂ ਤਾਂ ਬਾਈ ਮੇਰਾ ਜਵਾਬ ਹੈ। ਬੰਤਾ ਸਿੰਘ, ਇਨਕਲਾਬ ਦੀ ਵੀ ਗੱਲ ਹੋਏਗੀ, ਲੱਕ ਵੀ ਹਿੱਲੇਗਾ ਅਤੇ ਵੱਡਾ ਜਲਸਾ ਵੀ ਹੋਣਾ, ਅਤੇ ਪਾਰਟੀ ਲਈ ਫੰਡ ਚਾਹੀਦਾ ਥੋੜ੍ਹਾ ਜਿਹਾ। ਇੱਕ ਬੰਤੇ ਦੀ ਟੈਂ ਟੈਂ ਤੋਂ ਤੰਗ ਸੀ। ਫੰਡ ਕੀ, ਕਦ, ਕਿਵੇਂ, ਕਾਹਦੇ ਵਾਸਤੇ? ਬੰਤੇ ਨੇ ਕਿਹਾ, ਜਲਸੇ ਵਾਸਤੇ, ਜਲਸੇ 'ਤੇ ਖਰਚਾ ਹੁੰਦਾ ਸਾਥੀ। ਕਈ ਝੂਠ, ਜਮਾਂ ਹੀ ਝੂਠ ਆ। ਮੈਂ ਕਹਿੰਦਾ ਭਾਈ ਸਾਹਿਬ ਤੁਹਾਨੂੰ ਜੇ ਫੰਡ ਦੇਣਾ, ਫੰਡ ਇਕੱਠੇ ਕਰਕੇ ਮੈਂ ਬੀਕਾਨੇਰ ਨਹੀਂ ਵੱਜੂ। ਆ ਬਚਨੀ ਬਿਮਾਰ ਪਈ ਆ, ਮੈਂ ਘਰ ਵਾਲੀ ਨਾਲ ਲਿਆਊਂ ਉੱਥੋਂ, ਰੋਟੀ ਪੱਕਦੀ ਹੋਊ, ਨਾਲੇ ਮੇਰੀ ਫੰਡ ਫੁੰਡ ਨਹੀਂ ਬਾਈ ਸਿਆਂ। ਚਿੱਟਾ ਹੀ ਜਵਾਬ ਹੈ, ਜੇ ਜਲਸਾ ਕਰਨਾ ਮੁਕਤ ਕਰੋ, ਨਹੀਂ ਆਪਦੇ ਰਾਹ ਪਾਓ। ਪੈਸਿਆਂ ਦੀ ਖਾਤਰ ਜਲਸੇ ਕਰਦੇ ਕਰਦੇ ਤੁਸੀਂ ਬੜਾ ਇਨਕਲਾਬ ਲਿਆਓਗੇ? ਦੇਸੀ ਟੱਟੂ ਅਤੇ ਕੁਰਾਸ਼ਾਨੀ ਦਲੱਤੇ ਆਖੇ ਅੰਨਿਆਂ 'ਚ ਕਾਣਾ ਰਾਜਾ। ਅਨਪੜ੍ਹ ਲੋਕਾਂ, ਦੋ ਚਾਰ ਪੜ੍ਹੇ ਲਿਖੇ ਇਨਕਲਾਬੀ ਨਾ ਜੇ ਪੈਸੇ ਦੇ ਕੇ ਪਿੰਡ 'ਚ ਜਲਸਾ ਕਰਾਉਣਾ, ਪੈਸੇ ਇਕੱਠੇ ਕਰਕੇ ਕੋਈ ਚੱਜ ਵਾਲੀ ਗਾਉਣ ਵਾਲੀ ਨਹੀਂ ਲਿਆਵਾਂਗੇ ਰਣਜੀਤ ਕੌਰ ਵਰਗੀ, ਨਾਲੇ ਸਿਰੇ ਦੀਆਂ ਸੱਡੂ, ਨਾਲੇ ਕੋਲ ਬੈਠ ਕੇ ਦੇਖਾਂਗੇ, ਚਾਰ ਖੜਕ ਦੇ ਗੀਤ ਸੁਣਾਂਗੇ। ਬੰਤਾ ਫਿਰ ਹੱਸ ਪਿਆ। ਚਲੋ ਸਾਥੀ ਅੱਗੇ ਚਲੋ, ਸੰਜੀਤ ਦੇ ਚਿਹਰੇ ਵਾਲੇ ਮੁੰਡੇ ਨੇ ਪਾਰਟੀ ਨੂੰ ਕਿਹਾ। ਪਾਰਟੀ ਤੁਰ ਪਈ। ਕਾਮਨਾਸ਼ਟੋ ਗੱਲ ਦਾ ਜਵਾਬ ਦੇ ਕੇ ਜਾਇਓ ਇੱਕ, ਉਹਨੇ ਲਲਕਾਰ ਮਾਰੀ ਪਿੱਛੋਂ। ਪੁੱਛੋ, ਆਹ ਜਿਹੜਾ ਤੁਹਾਡੇ ਨਾਲ ਸਤਮਾਹਾ ਜਿਹਾ ਫਿਰਦਾ ਹੈ, ਇਹ ਵੀ ਇਨਕਲਾਬ ਲਿਆਊ? ਬੰਤ ਦੇ ਨਾਲ ਇੱਕ ਬੰਤੇ ਨੇ ਇੱਕ ਮਧਰੇ ਜਿਹੇ ਬੰਦੇ ਨੂੰ ਕਿਹਾ ਜਿਹੜਾ ਪਾਰਟੀ ਦੇ ਨਾਲ ਸੀ। ਜਮਾਂ ਹੀ ਪੌਣੇ 5 ਫੁੱਟ ਦਾ ਸੀ, ਝੋਲੀ ਵਾਲਾ ਪਜਾਮਾ ਸੀ, ਥੱਲੇ ਜਲਸਾ ਪਾਇਆ ਸੀ, ਝੱਗਾ ਉੱਚਾ ਅਤੇ ਉੱਪਰ ਬਾਸਕਟ ਸੀ, ਬਾਸਕਟ ਦੀਆਂ ਜੇਬਾਂ 'ਚ ਦੋਨੇ ਹੱਥ ਪਾਏ ਹੋਏ ਸੀ, ਮਾਵੇ ਵਾਲੀ ਪੱਗ ਚਿੱਪੀ ਬੰਨੀ ਸੀ, ਮਾਵੇ ਦੀ ਪੱਗ ਨੇ ਪਿਛਲੇ ਬਾਲ ਨਹੀਂ ਸਾਂਭੇ, ਜਟੂਰੀਆਂ ਲਮਕਦੀਆਂ ਸੀ, ਲਾਲ 50 ਸੀ, ਕਾਲੀ ਪੱਗ ਸੀ, ਮੂੰਹ 'ਤੇ ਮਾਤਾ ਦੇ ਦਾਗ ਸੀ, ਨੱਕ ਬਹੁਤ ਚੌੜਾ ਸੀ ਲੰਮਾ, ਅਤੇ ਨੱਕ 'ਤੇ ਇੱਕ ਤਿਣ ਵੀ ਸੀ, ਪੋਚਵੀਂ ਪੱਗ ਅਤੇ ਉੱਪਰ ਚਾਰਕ ਵਾਲਾਂ ਦੀ ਜੂੜੀ ਸੀ ਨਾ ਜਿਹੜੀ ਟੁੱਟੀ ਵਾਂਗੂ ਝਾਕਦੀ। ਆ ਵੀ ਆਹ ਜਿਹੜਾ ਨਾਲ ਲਈ ਫਿਰਦੇ ਹੋ, ਇਹ ਵੀ ਕਰਦਾ ਕੁਛ? ਇਹ ਬਹੁਤ ਲਿਟਰੇਚਰ ਤੋਂ ਵਾਕਫ ਹੈ ਦਾ ਸਾਥੀ, ਤਜਰਬੇਕਾਰ ਸੁਲਝਿਆ ਸਾਥੀ ਹੈ ਇਹ। ਲੇਚਰ ਲੇਚਰ ਲੂਚਰ ਤੇ ਦਾ ਸੁਲਝ ਸਲਝਦਾ ਪਤਾ ਨਹੀਂ, ਪਰ ਜੇ ਜੇ ਕਿਸੇ ਹੌਲਦਾਰ ਨੇ ਭੁੱਕੀ ਖਾ ਕੇ ਇਹਦੇ ਮੌਰਾਂ 'ਤੇ ਡਾਂਗ ਮਾਰੀ ਨਾ, ਇਹਦੇ 24 ਘੰਟੇ ਨਹੀਂ ਉੱਠਦਾ, ਜਿਵੇਂ ਸੱਪ ਡੰਗ ਮਾਰ ਕੇ 24 ਘੰਟੇ ਨਹੀਂ ਹਿਲਦਾ ਹਿਲਦਾ ਮੇਰਾ ਵੀਰ, ਇਹਨੂੰ ਬਚਾ ਕੇ ਰੱਖਿਓ, ਆਲੇ ਦੁਆਲੇ ਹੋ ਜਾਓ, ਗੱਬੇ ਕਰ ਲਓ ਇਹਨੂੰ, ਬੰਦਾ ਕਿੱਥੋਂ ਲਿਆਂਦਾ ਫੜਕੇ, ਇਹਨੂੰ ਮੇਰੇ ਕੋਲ ਛੱਡ ਜਾਓ, ਹਰੇ ਫਰੇ ਦਾ ਕੰਮ ਕਰਾਂ, ਨਾਲੇ ਇਹਦਾ ਕਾਠ ਦਾ ਟਾਈਮ ਹੋਇਆ, ਨਾਲੇ ਇਹਨੂੰ ਇਹ ਚਾਹ ਪਿਲਾਵਾਂ। ਬੰਤਾ ਇੱਕ ਵਾਢਿਓ ਹੀ ਲੱਗਿਆ ਹੋਇਆ ਸੀ, ਪਾਰਟੀ ਨੇ ਸੋਚਿਆ ਜੱਟ ਮਸਤ ਆ ਹੋਇਆ, ਖੁਦਾ ਨੂੰ ਚੋਰ ਲੈ ਗਏ ਇਹ ਤੋਂ ਚਲੋ। ਕਾਮਰੇਟੋ ਹੋਰ ਸੁਣਿਓ ਇੱਕ ਗੱਲ, ਫੰਡ ਮੈਥੋਂ 2 ਵਾਰੀ ਲੈ ਦਿਓ, ਪਰ ਮੇਰਾ ਇੱਕ ਕੰਮ ਕਰ ਦਿਓ ਬਾਈ, ਦੱਸ ਆਹ ਜਿਹੜਾ ਤੁਹਾਡਾ ਅਣਦਾੜੀ ਜਿਹਾ ਮੁੰਡਾ ਹੈ, ਇਹਨੂੰ ਛੱਡ ਜਾਓ ਮੇਰੇ ਕੋਲ, ਇਹ ਤੋਂ ਮੈਂ ਘਰ ਦੇ ਕੰਮ ਕਰਾਉਣੇ ਨੇ ਕਈ, ਰੋਟੀ ਟੁੱਕ ਇਹਨੂੰ ਤਾਂ ਇੱਕ ਸਿਖਾ ਦੂੰ ਮੈਂ, ਬਚਨੀ ਢਿੱਲੀ ਹੈ, ਭਾਂਡੇ ਮਾਂਜਣੇ ਸਿਖਾ ਦੂੰ ਅਤੇ ਕੱਪੜੇ ਸਿਉਣੇ ਸਿਖਾ ਦੂੰ, ਇਹ ਮੇਰੇ ਕੋਲ ਛੱਡ ਜਾਓ, ਫੰਡ ਲੈ ਜਾਓ। ਪਾਰਟੀ ਮੋੜ ਮੁੜ ਗਈ, ਬਸ ਕੰਮ ਇੱਕ ਨਹੀਂ ਜੱਟ ਦਾ ਕਰਦੇ, ਲਿਆਓਗੇ ਇਨਕਲਾਬ ਰੂਸ ਤੋਂ ਸਿੱਧਾ ਹੀ, ਰੂਸ ਤਾਂ ਆਪ ਟੁੱਟਣ ਨੂੰ ਫਿਰਦਾ ਬੁਰਾ ਹਾਲ, ਬਾਂਕੇ ਦਿਹਾੜੇ ਚੀਨ ਦੇ ਵਿੱਚ ਲੋਕ ਫੀਮ ਫਾਂ ਖਾ ਕੇ ਉਂਬਰੇ ਹਾਲੀ ਨੇ, ਅੰਦਰ ਆ ਜਾ ਵੇ ਜੈ ਵੱਡੇ ਦਿਆ, ਲੱਗਿਆ ਬੀਹੀ 'ਚ ਖੜਕੇ ਕੁੱਤੇ ਵਾਂਗੂ ਭੌਂਕਣ, ਸ਼ਰਮ ਲਾ ਤੀ ਚੌਰਿਆ, ਅੰਦਰੋਂ ਬਚਨੀ ਨੇ ਕੋਵਿਡਾ ਛੰਦ ਪੜਿਆ, ਬੂੰਦਾ ਨਾ ਪਟਵਾ ਲਈ, ਹੋਰ ਕਿਹੜਾ ਸੱਗੀ ਫੁੱਲ ਪਾਉਣੇ ਨੇ, ਟਿਕ ਜਾ, ਤੇਰਾ ਹੀਲਾ ਕਰਦਾ ਸੀ, ਪਈਆਂ ਮੰਜੇ 'ਤੇ ਸਿੱਧੀ, ਰੋਟੀ ਪਾਣੀ ਦਾ ਹੀਲਾ ਕਰਕੇ ਕਹਿੰਦਾ ਸੀ, ਹੱਥ ਨੇ ਡਰਾਮਾ ਹੋ ਗਿਆ ਸ਼ੁਰੂ।
बुलारे ने स्पीच की लोटू टोले बारे जानी कराया दाती थौड़ा कढ लिया है किसानों के हकों की गल होई लियाई इतों घोटना लियाई इतों घोटना थानेदार के सिर ते ठोकना कुरबल कुरबल होने लग गई एक मुठ होने की जल चित करता जहर पी जा मैं बढ़ती महंगाई देख के सुरीला बोर बोल चलिया महंगाई की सताई जट्टी एक जट नूं सुनवाई कर रही सी बंता अधिया पी के मूहरे होया बैठा सी खेसी की बुक्कल मारी ऊँ ही सिर तो उपर की खेसी घुमा के तो मूँह ढकी बै बीबी नूं सौ वारी जहर पी के मर जी ये पट होनी महंगाई ते तो सूत नहीं आनी भाई एदियां जड़ा बहुत लम्मी हैं पर सच लोको बीबी कानू है ये तो बीबा है सवेरे आए थी मेरे तो फंड फुंड लैन वो जड़ा थोड़े गब्बे सी पौने पांच फुट वाला वह कित्थे ओ रागट ओ वो तो लियाओ अंदरों कट के वह जड़ा जकीन लेचर लूचर तो खासा बाखब है ओ कम्युनिस्टो तुसीं इधर ध्यान ना दिओ तुसीं मेरा वीर ये इवों ही चलनिया गल जिन्ना स्यों बंता स्यों बैठा यही गल करूँ किसी ने पिछे उन्होंने हाक मारी भी यदि ना सुनो पगड़ी ज संभाल जट्टा नाटक शुरू हो गया नाटक खत्म हो गया बंता नश की लोड़ तो फिर खड़ा हो गया बांह चक ली सज्जी सवा छे फुट कर दी बांह दे नाल सत्त फुट ते बांह गई कौन नष्टो गल सुनो घंटा रौला पाई गया पगड़ी संभाल जट्टा पगड़ी संभाल जट कोल केड़ी पगड़ी आए की संभालोंगे तुझ तो इं कही जाने भी जट नरकंडी की पग लैके दिया नंगी नहाऊ की नचोड़ू की लिया के दो पगा फिर संभाल भी लेवे तो आ साफे जे है जे कहो तो ला के सलूक च सामभ के रख दें पग लिया के दो पहला बंते की गलते लोग रिड़ करके हसन लगे तीन बज गए ग्रंथी सिंह वाहगुरु कह के कोल बैठा उठ के जान लगे भाई साहब ज्ञानी जी थोड़ा टाइम होने वाला चलो तुम तो नहाओ जाके चल नहाते ही हो अज कड़ा सुते हो तुम जाते ही तोर लो तुम भी कम अज पाठ लॉट स्पीकर तो बिना करो लोग नींदर आ तो आ कॉम्युनिस्टा बाले नींदर आ नाले मैं सुनया रब नू नहीं मानते होर ना आके हुए थोड़े पिछे ही आ जाण ग्रंथी चुप चा गया बस कर सियाणप करी दिया बंदा सियाणप वाली कड़ी गल है तेरे फायदे की गल करदा है रौला ना भाई मेरा वीर जाके बिना स्पीकर तो कर ली नाले तैनू भी ऊँग आऊ तीन बजे तक तू देखी गया नाटक भला तेरा नाटक देखने का की काम है गुरु दे वजीर का पिछों बाली काम नष्टो हो जाओ भी कैम साबाशे रब थोड़ा भला करे जिन्हें रात लंघाती नाले घर दियाँ तीवियां आराम नाल सुतियां रही साढ़े बकड़वा तो बचियां नहीं मेरे अर्गा पी के रात नूं वधिया कन्न खाई जांदा बचनी दे अद्धी रात तक बाकी तुसीं पढ़े लिखे हैं बंदे नूं कड़ा पता लगता है सवेर तो आथन तक झुलसी जांदे ने पता नहीं की खाई जांदे जनानियां भी की करन जनानियां दा मगज खा जांदे ने मेरे अर्गे पर थोनू तां गालां ही कढ़दियां होणियां ने क्योंकि कलियां रह गईयां डरदियां असीं इत्थे बैठे हां भला पिछे चोर आ जावे हफ्ते बाद अचानक एक मसहूर बहुत मनहूस खबर सुनी बंता सिंह बैठा सी बंते पता सी भी दिल उहदा की है हसदा सी कम्युनिस्टां नूं पर अंदरों उहनूं पता सी इह की करदे ते मैं की करना मनहूस खबर ने सारा इलाका जिहड़ा घेर लिया मुंडा पुलिस ने थाने अंदर कुट के मार दिता जलसे वाला लाश बीड़ च लिजा के ठाती सारती लोग बहुत आई बीड़ नूं भज्जे लाश सड़ी नहीं सी हेठला पासा झुलस गया छाती तो उपर लाश साफ सी अध छड़ी लाश जद बंते ने जाके देखी उहदा सीत निकल गया अणदाड़िए उही मुंडे दी लाश थी जिहनूं कहिंदा सी घरे छड़ जाओ देख के बंते दी अग निकल आई ओ मुंडा मारता लगर अरगा ओए वो लगर का मुंडा मारता लोको इन्होंने आ लाल कुत्तियां ने इन्होंने बंते का शरीर जोश से क्रोध नाल सड़ उठा अखां चों चिंगाड़े पुलिस के तशद्दुद विरुद्ध गुस्से नालों कंब रहा सी अणखनिया वाला मारिया गैत जागी बांह चक ली फिर सत्त फुट तो जद बांह गई जोर नाल नारा मारिया इनकलाब जिंदाबाद खून का बदला खून नाल पंजाब पुलिस मुर्दाबाद नारे मारदा पता ही नहीं बंता सिंह कद थाने दे बल दे नूं तुर पिया लोग पिछे जा रहे सी सारी जिहड़ी जलसा पार्टी सी उह तुरिया जा रहे सी पिछे पौने पांच फुट वाला नाल दे नूं कहिंदा कहिंदा क्यों साथी उदण मैं थोनू की कहिंदा सी वी बोलो ना इहदे अंदर गैरत आ गैरत जट दी गैरत आ जट दी गैरत बंता सिंह जानू थाने दा दरवाजा टप के थाने की सवात च खड़ा सी जाके बहुत कॉलर कहानी तो पहला गलबात करनी चाहते सी हुण सारे बेनती है 604-204-0600 ते तुसीं गलबात कर सकते सरा अमनदीप सिंह लाइन नंबर 1
कहानी भी किसान संघर्ष बारे ही कहानी ये जिहड़ा अंदर जिहड़ा जज्बा जी ये मेनू ते थोनू भी पता वा कि यह जिहड़ा जज्बा ये सिखी आला जज्बा जिहड़ा मर मिटन दा शहीदी देण दा हुण भी जिहड़े ओह बन तोड़ तोड़ के जिहड़े पंजाब तो लैके दिल्ली तक पहुंचे है वह कोई लाल रंग की झंडी वाले नहीं पहुंचे है वह तो कहते पिछे ही बह जाने अभी ये सिखी जज्बे वाले ने कहा कि सानू कोई आह टोए पट के या बैरीकेड ला के रोक नहीं सकता कोई भी ये जिहड़ी सिखी खून दे जिहड़े मन दे विच कुश्तां चो बसी हुई है ना ये अवाले मार दी है ते यही सानू मूहरे लिआउण तक जाने के प्रेरित कर रही है ते जिहड़े हाँ ये गल जरूर है जिहड़े लाल झंडियां वाले आ ये लोग एक गल दे जरूर माहर ने जिहड़ी गल दे माहर ने आपां उहदी तारीफ जरूर करांगे ये लामबंदी बहुत कर लैंदे आ छेती है लोकां नूं प्रभावित ऑर्गनाइज ये बहुत लोग ऑर्गनाइज करन च माहर पर ये डरपोक बहुत ने जब पैंदियां ने ये सब तो पहला भजदे ने ये लोग सारे कट्ठे हुण ने कोई वध कोई घट लामबंदी यूनियन ने सारी ने कीती यस सिरड़ ओह पंजाब दे विच आप भी मनदे आ ओह उहनां चों 95% सिखी सरूप च ने दाड़ियां केस रखे ने सिर ते दस्तारां ने ठीक है उहनां दी इक विचारधारा ये तो बुद्धिजीवी अखौतियां दा बेड़ा बैठा जिन्हां ने इस कॉम्यूनिज़म नूं कौम तो धर्म तो परां करता नहीं तो बहुत नरलेवां नेड़े दियां सिधांतक चीज़ां बहुत ने जिहड़ियां धर्म दे नेड़े सिख धर्म दे खास तौर ते एनीवेज़ वह अपना विशा नहीं आपां अज दी रैली दे बारे उत्थे दी रैली दे बारे आपां गल्लबात करदे हां सरदार सुखवीर सिंह पूनिया जी लाइन नंबर 2 हैलो सत श्री अकाल वीर जी हाँ जी गिल साहब मैं अज रैली वाले यही बेनती करनी चाहूंगा अपने सारे भैन भरावां नूं जां जिहड़े अपने जंग हैगा ब्लड प्लीज जाबते दे विच रह के एक अनुशासन बना के आपां रैली करनी हैगी आ क्योंकि जिस तरह सारे नूं पता है कि जिहड़ा भारतीय मीडिया हैगा गोदी मीडिया हैगा आज तक हो गए जां ओह जिहड़े अनवर गोस्वामी जिहड़ा उहनां दा हैगा रिपोर्टर उहनां दा पूरा अंजू कल के मैं राती एक सुणिया सी एक लेडी अंजू वर्मा संजू वर्मा तो ਉਹ ਕਹਿੰਦਾ ਕਿ ਉਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਜਿਹੜੀ ਇਹ ਅੰਦੋਲਨ ਚੱਲ ਰਿਹਾ ਇਹਨੂੰ ਖਾਲਿਸਤਾਨ ਦੇ ਨਾਲ ਜੋੜ ਦਿੱਤਾ ਜਾਵੇ ਕਹਿੰਦਾ ਕਿਉਂਕਿ ਹੁਣ ਇਹ ਜਿਹੜਾ ਭਾਰਤੀ ਕਿਸਾਨ ਯੂਨੀਅਨ ਹੈਗਾ ਠੀਕ ਆ ਪੰਜਾਬ ਵਾਲਿਆਂ ਤੋਂ ਖਾਲਿਸਤਾਨ ਨਾਲ ਜੋੜ ਦਿੰਦੇ ਪਰ ਜਿਹੜੇ ਰਾਜਸਥਾਨ ਵਾਲੇ ਗੁਜਰਾਤ ਵਾਲੇ ਜਾਂ ਹੋਰ ਵੀ ਸੂਬੇ ਦੇ ਜਿਹੜੇ ਕਿਸਾਨ ਇਕੱਠੇ ਹੋਏ ਹੈਗੇ ਕਿ ਉਹ ਸਾਰੇ ਖਾਲਿਸਤਾਨੀ ਹੈਗੇ ਆ ਪਲੀਜ਼ ਉਹ ਇੱਕ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਚੀਜ਼ ਨੂੰ ਆਪਾਂ ਸਮਝਣ ਦੀ ਲੋੜ ਹੈ ਜਿਹੜੇ ਆਪਾਂ ਨਾ ਕਮੈਂਟਬਾਜ਼ੀ ਵੀ ਕਰਦੇ ਹਾਂ ਸੋਸ਼ਲ ਮੀਡੀਆ ਤੇ ਉਹ ਬਹੁਤ ਸੋਚ ਸਮਝ ਕੇ ਇੱਕ ਵਧੀਆ ਲੈਂਗੁਏਜ ਯੂਜ਼ ਕਰੋ ਜੇ ਉਹਦਾ ਜਵਾਬ ਦੇਣਾ ਹੈ ਤਰਕ ਦੇ ਨਾਲ ਦੇਵੋ ਨਾ ਕਿ ਕਿਸੇ ਨੂੰ ਆਪਾਂ ਗੰਦੀ ਗਾਲਾਂ ਕੱਢਣ ਲੱਗ ਪਈਏ ਉਹ ਆਪਣੇ ਹੀ ਖਿਲਾਫ ਜਾਂਦੀਆਂ ਹੈਗੀਆਂ ਜੀ ਜੀ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਜਾਬ ਦੇ ਵਿੱਚ ਰਹਿ ਕੇ ਇੱਥੇ ਵੀ ਟ੍ਰੈਫਿਕ ਕੋਈ ਹੋਵੇ ਨਾ ਕੋਈ ਉਹੋ ਜਿਹੇ ਕਹਿ ਲਓ ਕਿ ਗਰਮ ਖਿਆਲੀ ਨਾਰੇ ਨਾ ਮਾਰੇ ਜਾਣ ਜਿਸ ਦੇ ਨਾਲ ਜਿੱਦਾਂ ਕਿ ਹੁਣ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਹੈਗਾ ਫਿਰ ਤਾਂ ਭਾਰਤੀ ਮੀਡੀਆ ਨੇ ਖੋਰ ਮਿਲ ਜਾਣਾ ਦੇਖਿਆ ਜੀ ਇਹ ਤਾਂ ਖਾਲਿਸਤਾਨੀ ਹੈਗੇ ਆ ਇਸ ਕਰਕੇ ਸਿਰਫ ਕਿਸਾਨ ਸੰਘਰਸ਼ ਦੀ ਗੱਲ ਕੀਤੀ ਜਾਵੇ ਕਿਸਾਨਾਂ ਬਾਰੇ ਗੱਲ ਕੀਤੀ ਜਾਵੇ ਜਿਹੜੇ ਸਲੋਗਨ ਵੀ ਹੋਵੇ ਉਹ ਵੀ ਕਿਸਾਨਾਂ ਬਾਰੇ ਹੋਣ ਜੀ ਪੁਨੀਆ ਸਾਹਿਬ ਥੈਂਕ ਯੂ ਸਰਾ ਹਰਜੀਤ ਸਿੰਘ ਕਹਿਲੇ ਜੀ ਹੈਲੋ ਸਤਿ ਸ੍ਰੀ ਅਕਾਲ ਹਰਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਤੁਹਾਡੀ ਕਹਾਣੀ ਵੀ ਬਿਲਕੁਲ ਸੰਘਰਸ਼ ਨਾਲ ਮੇਲ ਖਾਂਦੀ ਸੀ ਜਿਸ ਜਿਹਾ ਜਜ਼ਬਾ ਉਹਨਾਂ ਦੇ ਵਿੱਚ ਉਸ ਤਰ੍ਹਾਂ ਹੀ ਇਹਦੇ ਵਿੱਚ ਵੀ ਜਜ਼ਬੇ ਦੀ ਗੱਲ ਸੀ ਤੇ ਸੰਘਰਸ਼ ਪੂਰਾ ਜ਼ੋਰਾਂ ਤੇ ਆ ਲੱਗਦਾ ਕੋਈ ਵਧੀਆ ਉਹਦੇ ਵਿੱਚੋਂ ਨਤੀਜਾ ਨਿਕਲੂਗਾ ਪਰ ਮੈਂ ਥੋੜਾ ਜਿਹਾ ਇੱਕ ਹਟ ਕੇ ਗੱਲ ਕਰਨੀ ਚਾਹੁੰਦਾ ਆਪਾਂ ਇੱਥੇ ਮਤਲਬ ਸਾਰੇ ਹੁਣ ਪੜ੍ਹੇ ਲਿਖੇ ਨੌਜਵਾਨ ਵੀ ਉੱਥੇ ਜ਼ੋਰ ਲਾ ਰਹੇ ਨੇ ਕਿ ਮਤਲਬ ਮੀਡੀਆ ਤੇ ਵੀ ਉਹਨਾਂ ਨੂੰ ਜਵਾਬ ਠੋਕ ਕੇ ਦਿੱਤਾ ਜਾਵੇ ਮਤਲਬ ਟਵਿੱਟਰ ਤੇ ਜਾਂ ਫੇਸਬੁੱਕ ਤੇ ਜਾਂ ਹੋਰ ਜਿਵੇਂ ਉੱਥੇ ਗੋਦੀ ਮੀਡੀਆ ਸਾਡੀ ਗੱਲ ਨੀ ਸੁਣ ਰਿਹਾ ਪਰ ਮੈਂ ਇੱਕ ਹੋਰ ਮਤਲਬ ਗੱਲ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਆਪਾਂ ਇੱਥੇ ਬੈਠੇ ਰੌਲਾ ਤਾਂ ਪਾ ਰਹੇ ਹਾਂ ਉੱਥੇ ਸਾਡਾ ਮੀਡੀਆ ਸਾਥ ਨੀ ਦੇ ਰਿਹਾ ਜਾਂ ਸਾਨੂੰ ਮਤਲਬ ਸਾਡੇ ਵਿਰੁੱਧ ਬੋਲ ਰਿਹਾ ਇੱਕ ਦੀਵੇ ਥੱਲੇ ਹਨੇਰੇ ਵਾਲੀ ਗੱਲ ਜਿਹੜੀ ਇੱਥੇ ਹੋ ਰਹੀ ਹੈ ਉਹਦੇ ਬਾਰੇ ਕੋਈ ਸੋਚਦਾ ਨੀ ਹੈ ਦੇਖੋ ਮੈਂ ਕਹਿਣਾ ਨੀ ਚਾਹੁੰਦਾ ਕਿਸੇ ਨਾਂ ਲੈ ਕੇ ਦੇਖੋ ਸਾਰੇ ਜਿੰਨੇ ਰੇਡੀਓ ਸਟੇਸ਼ਨ ਨੇ ਪੂਰੇ ਇੱਕ ਮੁੱਠ ਹੋ ਕੇ ਕਿਸਾਨਾਂ ਦੇ ਨਾਲ ਖੜੇ ਆ ਉੱਥੇ 70-70 ਸਾਲ ਦੇ ਬਜ਼ੁਰਗ 80 ਸਾਲ ਦੀਆਂ ਮਾਵਾਂ ਉੱਥੇ ਬੈਠੀਆਂ ਨੇ ਦੇਖੋ ਕਿੰਨੇ ਉਹ ਠੰਡ ਦੇ ਵਿੱਚ ਕਿੰਨੇ ਤਕਲੀਫ਼ ਦੇ ਵਿੱਚ ਹੈਗੇ ਆ ਉਹ ਉੱਥੇ ਸੰਘਰਸ਼ ਕਰ ਰਹੇ ਪਰ ਮੈਨੂੰ ਬੜੀ ਦੁੱਖ ਨਾਲ ਕਹਿਣਾ ਪੈਂਦਾ ਤੁਹਾਡਾ ਜਿਹੜਾ ਰੇਡੀਓ ਸਟੇਸ਼ਨ ਆ ਭਾਈਚਾਰੇ ਨੇ
ਮਤਲਬ ਇਹਨਾਂ ਦੇ ਲਈ ਦੁਆਵਾਂ ਕੀਤੀਆਂ, ਇਹਨਾਂ ਨੂੰ 3 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਨੰਬਰ 1 ਤੇ ਲਿਆ ਕੇ ਖੜਾ ਕਰ ਦਿੱਤਾ ਤੇ ਭਾਈਚਾਰੇ ਨੇ ਦੀ ਮਤਲਬ ਸਪੋਰਟ ਨਾਲ ਇਹ ਸਾਰਾ ਕੁਛ ਹੋਇਆ। ਮੈਨੂੰ ਏਡਾ ਦੁੱਖ ਹੁੰਦਾ ਕਿ ਮਤਲਬ ਤੁਹਾਡਾ ਰੇਡੀਓ ਸਟੇਸ਼ਨ ਜਿਹੜਾ ਕਹਿੰਦਾ ਹੱਕ ਤੇ ਸੱਚ ਦੀ ਗੱਲ ਕਰਦੇ ਹੋ, ਤੁਹਾਡਾ ਰੇਡੀਓ ਸਟੇਸ਼ਨ 3 ਮਹੀਨੇ ਤੋਂ ਕਿਸਾਨਾਂ ਦੇ ਵਿਰੁੱਧ ਬੋਲ ਰਿਹਾ, ਇਹ ਮੇਰਾ ਜਵਾਬ ਕੌਣ ਦਊਗਾ? ਤੁਹਾਡੀ ਮੈਨੇਜਮੈਂਟ ਨੂੰ ਪਤਾ ਨੀ ਹੈ ਕੀ ਜਖਮਾਂ ਤੇ ਨੂਨ ਛਿੜਕਿਆ ਜਾ ਰਿਹਾ, ਉਹਨਾਂ ਦੇ ਮਖੌਲ ਉਡਾਇਆ ਜਾ ਰਿਹਾ, ਮਤਲਬ ਕੀ ਗੱਲ ਹੈ? ਤੁਹਾਡੀ ਮੈਨੇਜਮੈਂਟ ਨੂੰ ਕੀ ਪਤਾ ਨੀ ਲੱਗਦਾ ਇਹ ਗੱਲਾਂ ਕੀ? ਉਹ ਭਾਈਚਾਰੇ ਦੇ ਮਤਲਬ ਇੱਕ ਪਾਸੇ ਕਹਿੰਦੇ ਹੱਕ ਤੇ ਸੱਚ ਦੀ ਗੱਲ ਕਰ, ਦੂਜੇ ਪਾਸੇ ਤੁਸੀਂ ਭਾਈਚਾਰੇ ਦੇ ਜਖਮਾਂ ਦੇ ਨੂਨ ਛਿੜਕਦੇ ਹੋ। ਥੈਂਕ ਯੂ ਵੀਰ ਜੀ, ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਘੱਟੋ ਘੱਟ ਇੱਥੇ ਮੈਂ ਕਾਲਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਜਿੰਨੇ ਵੀ ਇੱਥੇ ਆਪਣੇ ਪ੍ਰੋਗਰਾਮਾਂ ਵਿੱਚ ਕਿਤੇ ਵੀ ਭਾਗ ਲੈਣਾ, ਜਦੋਂ ਵੀ ਕੋਈ ਇਹੋ ਜਿਹਾ ਕਿਸਾਨਾਂ ਦੇ ਵਿਰੁੱਧ ਕੋਈ ਇਹੋ ਜਿਹਾ ਪ੍ਰੋਪੋਗੰਡਾ ਕਰਦਾ ਤਾਂ ਉੱਥੇ ਵੱਧ ਚੜ ਕੇ ਹਿੱਸਾ ਲਓ ਤੇ ਪੂਰੇ ਤਰਕ ਨਾਲ ਗੱਲ ਕਰੋ ਤੇ ਅਗਲੇ ਨੂੰ ਮਤਲਬ ਜਵਾਬ ਦਿਓ ਵੀ ਉਹਨੂੰ ਵੀ ਸੱਚ ਕੀ ਆ, ਤੇ ਜੇ ਕੋਈ ਗਲਤ ਗੱਲ ਕਰਦਾ ਫੋਨ ਕੱਟਦਾ, ਗਲਤ ਗੱਲ ਕਰਦਾ ਮੈਨੇਜਮੈਂਟ ਨਾਲ ਗੱਲ ਕਰੋ। ਮਤਲਬ ਇਹ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਇਹ ਜਿਹੜਾ ਇੱਥੇ ਪ੍ਰੋਪੋਗੰਡਾ ਬੀਜੇਪੀ ਦੇ ਮਤਲਬ ਸਪੋਰਟ ਦੇ ਵਿੱਚ ਹੋ ਰਿਹਾ, ਸਾਰਿਆਂ ਨੂੰ ਬਾਅਦ ਤੁਹਾਡੇ ਰੇਡੀਓ ਸਟੇਸ਼ਨ ਤੇ ਹੋ ਰਿਹਾ, ਇਹਦਾ ਜ਼ਿੰਮੇਵਾਰ ਕੌਣ? ਇਹਦਾ ਜਵਾਬ ਤੁਸੀਂ ਕਿਉਂ ਨਹੀਂ ਦਿੰਦੇ ਹੈਗੇ? ਤੇ ਮੈਨੇਜਮੈਂਟ ਨੂੰ ਮੇਰੀ ਬੇਨਤੀ ਹੈ ਕਿ ਇਹ ਤੇ ਹੈਗੇ ਜਵਾਬ ਦੇਣ ਕਿ ਤੁਸੀਂ ਕਿਸਾਨਾਂ ਦੇ ਹੱਕ 'ਚੋਂ ਜਾਂ ਵਿਰੋਧ ਦੇ ਵਿੱਚੋਂ, ਤੁਸੀਂ ਲੁਕਵੇਂ ਤਰੀਕੇ ਨਾਲ ਤੁਸੀਂ ਤੁਸੀਂ ਨਾਲੇ ਸਪੋਰਟ ਕਰੀ ਜਾਂਦੇ ਹੋ, ਅਸੀਂ ਹੱਕ ਸੱਚਦੇ ਹੋ, ਨਾਲੇ ਤੁਸੀਂ ਉਹਨਾਂ ਦਾ ਹਰ ਰੋਜ਼ ਵਿਰੋਧ ਕਰੀ ਜਾਂਦੇ ਹੋ, ਇਹ ਕੀ ਮਤਲਬ ਡਬਲ ਸਟੈਂਡਰਡ ਕਿਉਂ ਹੋ ਤੁਹਾਡਾ? ਇਹ ਲੋਕਾਂ ਦੇ ਭਾਈਚਾਰਾ, ਜੇ ਤੁਹਾਨੂੰ ਇੰਨੀ ਸਪੋਰਟ ਕਰਦਾ ਨੰਬਰ 1 ਤੇ ਤੁਹਾਨੂੰ ਲਿਆਂਦਾ, ਇਹਦਾ ਮਤਲਬ ਇਹ ਥੋੜੀ ਆ ਤੁਸੀਂ ਭਾਈਚਾਰੇ ਦੀ ਜੜਾਂ ਵੱਢੀ ਜਾਓ, ਇਹਦਾ ਨਿਤਾਰਾ ਹੋਣਾ ਚਾਹੀਦਾ, ਤੁਹਾਡੀ ਮੈਨੇਜਮੈਂਟ ਨੂੰ ਆ ਕੇ ਜਵਾਬ ਦੇਣਾ ਚਾਹੀਦਾ ਜੇ ਉਹ ਸੁਣਦੇ ਹੁਣ ਤਾਂ। ਥੈਂਕ ਯੂ ਜੀ। ਥੈਂਕ ਯੂ ਬਾਈ ਜੀ, ਆਪਣੇ ਸ਼ੋਅ ਦੀ ਮੈਂ ਗੱਲ ਕਰ ਸਕਦਾ, ਮੈਂ ਹੋਰ ਕਿਸੇ ਹੋਸਟ ਦੀ ਗੱਲ ਨਹੀਂ ਕਰ ਸਕਦਾ, ਬਾਕੀ ਮੈਨੇਜਮੈਂਟ ਨੂੰ ਸੁਣਦੇ ਨੇ ਜੀ ਉਹ ਸਾਰਾ ਕੁਛ, ਬਾਦ ਸਾਹਿਬ ਵੱਡੇ ਵੀ ਸੁਣਦੇ ਨੇ, ਬਾਕੀ ਉਹਨਾਂ ਦੇ ਡਿਸੀਜ਼ਨ ਨੇ ਜੀ, ਮੈਂ ਆਪਣੀ ਗੱਲ ਕਰ ਸਕਦਾ। ਬਹੁਤ ਤੁਹਾਡੇ ਫੋਨ ਜਿਹੜੇ ਮੈਨੂੰ ਨਿੱਜੀ ਵੀ ਆਉਂਦੇ ਨੇ, ਇਹੀ ਮੈਂ ਜਵਾਬ ਜਦ ਤੁਹਾਨੂੰ ਦਿੰਦਾ ਹੁੰਦਾ ਜੀ ਵੀ ਮੈਂ ਆਈ ਐਮ ਵਨ ਆਫ ਇੰਪਲੋਏ, ਪਰ ਤੁਸੀਂ ਜਿਹੜਾ ਤੁਹਾਡਾ ਰੋਸ ਆ ਉਹ ਮੈਨੇਜਮੈਂਟ ਤੱਕ, ਹੁਣ ਜਿਵੇਂ ਹਰਜੀਤ ਸਿੰਘ ਉਹਨਾਂ ਨੇ ਗੱਲ ਕੀਤੀ, ਪਹੁੰਚਦਾ ਵੀ ਕਰੋ ਬਈ ਅਸੀਂ ਇਸ ਤਰ੍ਹਾਂ ਸੋਚ ਰਹੇ ਹਾਂ, ਉਹਨਾਂ ਤੱਕ ਪਹੁੰਚਦਾ ਵੀ ਕਰੋ। ਸਾ ਕੁਲਵੀਰ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਜਿਵੇਂ ਆਪਾਂ ਉੱਥੇ ਸੰਘਰਸ਼ ਦੇ ਵਿੱਚ ਹੈਗੇ ਹਾਂ ਤੇ ਸਾਨੂੰ ਜਿੱਦਾਂ ਕਹਿੰਦੇ ਵੀ ਸੰਕੋਚ ਰੱਖਣਾ ਚਾਹੀਦਾ, ਇਹਦੇ ਵਿੱਚ ਜਿੱਦਾਂ ਕਈ ਕੋਈ ਸ਼ਰਾਰਤੀ ਅਨਸਰ ਹੁੰਦੇ ਜਿਹੜੇ ਇਹਦੇ ਵਿੱਚ ਕੋਈ ਗਲਤ ਹਰਕਤ ਕਰ ਜਾਂਦੇ ਹਨਾ, ਉਹਨਾਂ ਤੋਂ ਸਾਰਿਆਂ ਨੂੰ ਸਾਨੂੰ ਉਹਨਾਂ ਦੇ ਮਗਰ ਲੱਗ ਕੇ ਹਾਂ ਜੀ ਹਾਂ ਨਹੀਂ ਲਾਉਣੀ ਚਾਹੀਦੀ, ਉਹਨੂੰ ਬਚਣਾ ਚਾਹੀਦਾ ਵੀ ਇਹ ਕੀ ਕਰ ਰਿਹਾ ਹਨਾ, ਵੀ ਸਾਡੇ ਵਿੱਚ ਆ ਕੇ ਇਹ ਕੀ ਕੰਮ ਗਲਤ ਕਰੂਗਾ ਕਿ ਨਹੀਂ ਕਰੂਗਾ। ਜਿੱਦਾਂ ਹੁਣ ਉੱਥੇ ਦਿੱਲੀ ਦੇ ਵਿੱਚ ਕਈ ਉਹਨੇ ਫੜੇ ਆ ਬੰਦੇ ਹਨਾ, ਵੀ ਉਹ ਗਲਤ ਕੰਮ ਕਰਾਉਂਦੇ ਆ ਤੇ ਉਹ ਫੜ ਲੈਂਦੇ ਆ, ਉਹ ਮੁੜ ਕੇ ਪੁਲਿਸ ਨੂੰ ਦਿੰਦੇ, ਉਹਨੂੰ ਕੁੱਟਦੇ ਵੀ ਕੁਛ ਨਹੀਂ ਕਰਦੇ ਹਨਾ। ਇਸ ਤਰੀਕੇ ਨਾਲ ਆਪਾਂ ਨੂੰ ਇੱਥੇ ਵੀ ਜਿਹੜਾ ਵੀ ਹੈਗਾ ਸੰਕੋਚ ਹੀ ਵਰਤਣਾ ਚਾਹੀਦਾ ਜਿੰਨਾ ਵੀ ਵਰਤਿਆ ਜਾਵੇ। ਬਾਕੀ ਮੈਂ ਇੱਕ ਆਪਣੇ ਬੱਚੇ ਜਿਹੜੇ ਜਿੰਨੇ ਵੀ ਰੈਲੀ ਕੱਢਦੇ ਸੜਕਾਂ ਤੇ ਜਦੋਂ ਹੌਰਨ ਹੂਰਨ ਮਾਰਦੇ ਨਾ ਬਹੁਤ ਵਜਾਉਂਦੇ ਹਨਾ, ਉਹ ਬਹੁਤ ਗਲਤ ਆ, ਕਈ ਵਾਰੀ ਕੋਈ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਆ। ਮੈਂ ਰਾਤ 128 ਤੇ ਗਿਆ ਸੀਗਾ ਤੇ ਉਧਰੋਂ ਕੁਛ ਸਮਾਨ ਲੈਣ ਗਏ, ਉੱਥੇ 5-4 ਬੱਚੇ ਖੜੇ ਸੀਗੇ ਬੈਨਰ ਲੈ ਕੇ, ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਕੋਈ ਚਾਹ ਪਾਣੀ ਚਾਹੀਦੀ ਆ, ਕਹਿੰਦੇ ਨਹੀਂ ਜੀ। ਮੈਂ ਫਿਰ ਇੱਕ ਮੁੰਡਾ ਕਹਿੰਦਾ ਲਿਆ ਦੋ ਜੀ ਲਿਆ ਦੋ, ਮੈਂ ਤਾਂ ਫਿਰ ਕੌਫੀ ਉਹਨਾਂ ਨੂੰ ਲਿਆ ਕੇ ਤਾਂ ਡੋਨ ਟੂ ਦਿੱਤੇ। ਮੈਂ ਕਿਹਾ ਤੁਸੀਂ ਜਿਹੜਾ ਨਾ ਹੌਰਨ ਮਾਰਦੇ ਇਹ ਗਲਤ ਆ ਨਾ, ਇਹ ਗਲਤ ਦੇ ਨਾਲ ਹੌਰਨ ਦੇ ਨਾਲ ਆਪਾਂ ਦੂਸਰਾ ਬੰਦਾ ਨਾਲ ਦਾ ਘਬਰਾ ਕੇ ਕਈ ਵਾਰੀ ਕੋਈ ਐਕਸੀਡੈਂਟ ਕਰ ਲਵੇ, ਆਪਾਂ ਇਹ ਚੀਜ਼ਾਂ ਤੋਂ ਤੇਜ਼ ਕਰੀਏ, ਕਿਉਂ ਬਹੁਤ ਹੋਰਨ ਮਾਰੇ ਬਹੁਤ ਜ਼ਿਆਦਾ ਮਾਰੇ ਜਾਂਦੇ ਆ। ਇਸ ਤਰੀਕੇ ਨਾਲ ਗੱਡੀਆਂ ਘੁਮਾਈ ਜਾਂਦੀਆਂ ਸੜਕਾਂ 'ਤੇ ਘੁਮਾਈ ਜਾਂਦੇ, ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਸੜਕਾਂ 'ਤੇ ਗੱਡੀਆਂ ਘੁਮਾਉਣ ਦਾ। ਬਿਲਕੁਲ ਜੀ, ਹੌਂਕ ਅੱਜ ਵੀ ਈਵਨਿੰਗ ਦੇ ਵਿੱਚ ਵੀ ਮੈਂ ਬੇਨਤੀ ਕਰਾਂ, ਮੈਂ ਹੁਣ 12 ਵਜੇ ਜਦ ਤੁਸੀਂ ਇਕੱਠੇ ਹੋਣਾ, ਕੋਈ ਹੌਂਕ ਇੱਥੇ ਮਾੜਾ ਮੰਨਦੇ ਨੇ, ਇੱਥੇ ਸਿਸਟਮ ਦੇ ਵਿੱਚ ਬੇਇੱਜ਼ਤੀ ਮੰਨਦੇ ਆ, ਹੌਂਕਸ ਦੀ ਲੋੜ ਨਹੀਂ। ਤੁਹਾਡੀ ਕਾਰਾਂ ਤੁਹਾਡੀਆਂ 200 ਜਾ ਰਹੀਆਂ, ਸਲੋਗਨ ਲਿਖੇ ਨੇ ਹੱਥ ਦੇ ਵਿੱਚ, ਤੁਸੀਂ ਸਾਈਨ ਬੈਨਰ ਫੜੇ ਨੇ, ਗੱਡੀਆਂ ਤੋਂ ਬਾਹਰ ਨਹੀਂ ਝੂਲਣਾ, ਸਨਰੂਫ 'ਚ ਨਹੀਂ ਜਾਣਾ, ਲਾਈਨ 'ਚ ਜਾਣਾ, ਓਵਰਟੇਕ ਨਹੀਂ ਕਰਨਾ, ਜਾਬਤੇ 'ਚ ਰਹਿਣਾ, ਇਹ ਸਾਰਾ ਖਿਆਲ ਰੱਖਿਓ, ਨਹੀਂ ਫਿਰ ਇਹ ਵੇਖ ਲਓ ਸਾਰੀਆਂ ਚੀਜ਼ਾਂ ਆਪੋਜਿਟ ਜਾਣੀ ਹੈ। ਆਖਰੀ ਕਾਲਰ ਜੀ ਅੱਜ ਦੇ ਵਿਸ਼ੇ ਬਾਰੇ, ਅਰਸ਼ਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਂ ਇਹੀ ਗੱਲ ਕਰਨੀ ਸੀਗੀ, ਸਵੇਰੇ ਆਪਣੇ ਸ਼ੋਅ ਦੇ ਵਿੱਚ ਕੋਈ ਗੱਲ ਹੋਈ ਸੀਗੀ ਕਿ ਆਪਣੇ ਕੋਈ ਰਿਪੋਰਟਰ ਨੇ ਇੰਡੀਆ ਦੇ ਵਿੱਚ ਅਰਨਬ ਗੋਸਵਾਮੀ ਸ਼ਾਇਦ ਜਿਹੜੇ ਕਿਸਾਨਾਂ ਦੇ ਖਿਲਾਫ ਨੇ ਤੇ ਮੋਦੀ ਵਾਲ ਨੇ, ਮੈਂ ਬਸ ਇਹੀ ਕਹਿਣਾ ਸੀ ਕਿ ਆਪਣੇ ਚੈਨਲ ਦੇ ਉੱਪਰ ਵੀ ਜੀ ਸ਼ਾਮੀ ਆ ਰਹੇ ਨੇ 5 ਵਜੇ ਤੋਂ 8 ਵਜੇ ਤੱਕ, ਇੱਕ ਅਰਨਬ ਗੋਸਵਾਮੀ ਇੱਥੇ ਵੀ ਬੈਠੇ ਨੇ, ਤੇ ਬਸ ਉਹੀ ਗੱਲ ਕਰਨੀ ਸੀ। ਥੈਂਕ ਯੂ ਵੀਰ ਜੀ। ਦੇਖੋ ਜੀ, ਕਾਲਰਸ ਆਪਣੀ ਆਪਣੀ ਗੱਲ ਕਰਨੀ ਚਾਹੁੰਦੇ ਨੇ, ਉਹਨਾਂ ਨੂੰ ਰੋਕ ਨਹੀਂ ਸਕਦੇ, ਉਹਨਾਂ ਦੇ ਮਨ ਦੀ ਗੱਲ ਹੈ।
ਜਿਹੜੀ ਵੀ ਉਹ ਕਹਿਣੀ ਚਾਹੁੰਦੇ ਆ। ਬਾਕੀ ਕਰਨ ਵਾਲੇ ਦਾ ਆਪਣੀ ਮਰਜ਼ੀ ਹੈ। ਇੱਕ ਗੱਲ ਜ਼ਰੂਰ ਤੁਹਾਨੂੰ ਕਹਿ ਦੇਵਾਂ ਮੈਂ ਵੀ ਜਿਵੇਂ ਹੁਣ ਮੈਂ ਸ਼ੋਅ ਕਰਦਾ, ਮੈਨੂੰ ਮੈਨੇਜਮੈਂਟ ਜੇ ਮੈਂ ਕੋਈ ਗੱਲ ਕਰਨੀ ਆ 11 ਵਰ੍ਹਿਆਂ 'ਚ ਮੈਨੂੰ ਵੀ ਕਦੇ ਰੋਕਿਆ ਨਹੀਂ ਗਿਆ, ਮੈਂ ਆਪਣੀ ਮਰਜ਼ੀ ਦੀ ਗੱਲ ਕਰਦਾ। ਸਿਸਟਮ ਹੀ ਇਸ ਤਰ੍ਹਾਂ ਵੀ ਹੋਸਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦੇ ਹਾਂ ਵੀ ਉਹ ਕਿਸੇ ਦੀ ਬੇਇੱਜ਼ਤੀ ਨਾ ਕਰੇ, ਇਹ ਜ਼ਰੂਰੀ ਹੈ। ਉਹ ਕੁਝ ਵੀ ਕਰਦਾ, ਉਹਦੀਆਂ ਇੰਸਟਰਕਸ਼ਨਾਂ ਨਹੀਂ ਸਾਡੀ ਮੈਨੇਜਮੈਂਟ ਦਿੰਦੀ, ਇਹ ਮੈਂ ਜ਼ਰੂਰ ਤੁਹਾਨੂੰ ਦੱਸ ਦਿੰਦਾ। ਬਾਕੀ ਰੇਡੀਓ ਸਟੇਸ਼ਨਾਂ ਵਾਂਗੂ ਵੀ ਦੱਸਣਾ ਜਾਣਾ ਵੀ ਆਹ ਕਰਨਾ ਜਾਂ ਆਹ ਕਰਨਾ, ਇਸ ਤਰ੍ਹਾਂ ਨਹੀਂ ਸਾਡੇ ਕਰਦੇ। ਹੁਣ ਮੈਨੂੰ ਪਤਾ ਇਸ ਵਿਸ਼ੇ 'ਤੇ ਤੁਸੀਂ ਬਹੁਤ ਸਾਰੇ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹੋ, ਪਰ ਸਮਾਂ ਮੇਰੇ ਕੋਲ ਇੱਕ ਕਾਲਰ ਦਾ ਜੀ ਹੈ ਹੋਰ। ਸਰ ਸੁਖਦੇਵ ਸਿੰਘ ਸੇਖੋਂ ਜੀ। ਹਾਂਜੀ ਗਿਰ ਸਰ, ਸਤਿ ਸ੍ਰੀ ਅਕਾਲ ਜੀ। ਵੈਸੇ ਤਾਂ ਚਲੋ ਪਹਿਲੇ ਕਾਲਰ ਗੱਲ ਕਰ ਹੀ ਗਏ ਆ, ਮੈਂ ਨਾ ਜਿਹੜਾ ਸ਼ੇਰੇ ਪੰਜਾਬ ਨੂੰ ਵਾਕਿਆ ਬੜੇ ਚਿਰ ਤੋਂ ਸੁਣਦਾ, ਅੱਜ ਤੱਕ ਇਹਨਾਂ ਲੋਕਾਂ ਦੇ ਹੱਕ 'ਚ ਖੜਦਾ ਰਿਹਾ ਸ਼ੇਰੇ ਪੰਜਾਬ, ਪਰ ਮਹੀਨੇ ਕੁ ਅਰਸੇ ਤੋਂ ਨਾ ਪਤਾ ਨੀ ਕੀ ਹੋਇਆ, ਸ਼ਾਮ ਵਾਲੇ ਪ੍ਰੋਗਰਾਮ 'ਚ ਇੰਨੀ ਉਹ ਲੋਕ ਸੰਘਰਸ਼ ਦੇ ਉਲਟ ਹੀ ਬੋਲੀ ਜਾਂਦਾ ਇਹ ਰੇਡੀਓ। ਉਹ ਪਹਿਲਾਂ ਦਾ ਉਹ ਕੋਈ ਹੋਸਟ ਤੁਹਾਡਾ ਸੀਗਾ, ਉਹ ਹੋਰ ਰੇਡੀਓ ਦੇ ਕੰਮ ਕਰਦਾ ਸੀ, ਉੱਥੇ ਉਹਨੇ ਜਿੱਦਣ ਰਾਜ ਸਭਾ 'ਚ ਪਾਸ ਹੋਇਆ ਨਾ ਬਿੱਲ, ਉਹਨਾਂ ਦਾ ਇੱਕ ਕਾਲਰ ਨੇ ਵਧਾਈਆਂ ਦਿੱਤੀਆਂ ਤੇ ਇਹਨੇ ਵੀ ਆਖੀਆਂ ਜੀ ਵਧਾਈਆਂ ਬਈ ਮੋਦੀ ਜਿੰਦਾਬਾਦ, ਐ ਆ ਪਾਸ ਕਰਦੇ। ਉਹ ਹਰ ਵਕਤ ਉਲਟ ਹੀ ਬੋਲੀ ਜਾਂਦੇ, ਕੋਈ ਨਾ ਕੋਈ ਗੱਲ ਲੱਭ ਲੈਂਦੇ ਆ, ਲੱਭ ਕੇ ਤੇ ਉਲਟ ਬੋਲਦੇ ਆ। ਇੰਨਾ ਦੁੱਖ ਹੁੰਦਾ, ਸ਼ੇਰੇ ਪੰਜਾਬ ਇੱਕ ਨਾ ਲੰਬਰਦਾਰ ਸੀ ਲੋਕਾਂ ਦੀਆਂ, ਲੋਕਾਂ ਦੇ ਹੱਕ 'ਚ ਖੜਨ ਵਾਲਾ, ਪਰ ਹੁਣ ਨਹੀਂ ਰਿਹਾ, ਖਤਮ ਹੈ ਕੰਮ। ਸੇਖੋ ਸਾਹਿਬ ਇਹ ਜੀ ਗੱਲ ਨਹੀਂ, ਕੋਈ ਗੱਲ ਨਹੀਂ, ਮੈਨੇਜਮੈਂਟ ਸੋਚ ਰਹੀ ਹੈ, ਸੋਰੀ ਸੁਣ ਰਹੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਆਪਣੇ ਤੌਰ 'ਤੇ। ਫਿਰ ਮੈਂ ਪਹਿਲੀ ਗੱਲ ਫਿਰ ਦੁਹਰਾਵਾਂ, ਆਪਣਾ ਆਪਣਾ ਹੋਸਟ ਦਾ ਕਰੂਰ ਹੈ, ਆਪਣੀ ਉਹਦੀ ਮਰਜ਼ੀ ਹੈ। ਬਾਕੀ ਲੋਕ ਰਾਏ ਖਲਕਤ ਦੀ ਜਿਹੜੀ ਗੱਲ ਹੈ ਉਹ ਜਿਹੜੀ ਹੈ ਉਹ ਵੀ ਮੈਨੇਜਮੈਂਟ ਤੱਕ ਪਹੁੰਚ ਰਹੀ ਹੈ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਮੇਰੇ ਤੋਂ ਬਾਅਦ ਨਿਮੀ ਡੌਲਾ ਜੀ ਤੁਹਾਡੀ ਸੇਵਾ 'ਚ ਹਾਜ਼ਰ ਹੋਣਗੇ ਰੈਲੀ 'ਤੇ 12 ਵਜੇ। ਮਿਲਦੇ ਹਾਂ, ਰੱਬ ਰਾਖਾ ਅਤੇ ਚੜ੍ਹਦੀ ਕਲਾ।